Thank you.
ਕੀਤੀਆਂ ਇਕਾਗਰ ਕਰੋ, ਧਿਆਨ ਧਰੋ ਗੁਰੂ ਨਾਨਕ ਪਾਤਸ਼ਾਹ ਦਾ, ਦਰਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਰੋ, ਕੰਨਾਂ ਦੇ ਨਾਲ ਵਿਚਾਰਾਂ ਸੁਣੋ, ਬੁੱਧੀ ਨਾਲ ਵਿਚਾਰੋ, ਵਿਚਾਰ ਕੇ ਹਿਰਦੇ 'ਚ ਧਾਰਨ ਕਰੋ, ਪੂਰਾ ਪੂਰਾ ਸਤਸੰਗ ਦਾ ਲਾਭ ਪ੍ਰਾਪਤ ਹੋਏਗਾ। ਸੋ ਬੇਨਤੀ ਹੋਈ ਹੈ ਕਿ ਹੇ ਪ੍ਰਭੂ, ਬਹੁਤ ਜਨਮ ਲੰਘ ਗਏ ਸਾਡੇ ਪਿਛੜਿਆਂ ਹੋਇਆਂ ਦੇ, ਹੁਣ ਇਹ ਲੇਖੇ 'ਚ ਲਾਭ ਹੋ ਜਾਣ। ਜੇ ਹੁਣ ਵੀ ਲੇਖੇ 'ਚ ਨਾ ਲੱਗਿਆ ਤੁਹਾਡੇ 'ਚ ਬੜਾ ਔਖਾ ਹੋ ਜਾਏਗਾ, ਕਿਉਂਕਿ ਵਿਛੜੇ ਹੋਏ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਵਿੱਚ ਜੋਇਓ। ਮਹਾਰਾਜ ਨੇ ਇਹਦੇ ਵਿੱਚ ਜਿਹੜੀਆਂ ਚੂਨਾਂ ਨੇ ਲਿਖਿਤ 84 ਲੱਖ ਚੂਨਾ, ਇੱਕ ਘੱਟ 83,99,000 ਦਾ ਜ਼ਿਕਰ ਕਰਦੇ ਨੇ ਕਿ ਬਹੁਤ ਜਨਮ ਹੋ ਗਏ ਵਿਛੜਿਆਂ ਨੂੰ। ਇਹ ਨਹੀਂ ਵੀ 100, 200, 400 ਲੱਖਾਂ ਜਨਮ ਬੀਤ ਗਏ, ਹੁਣ ਲੇਖੇ 'ਚ ਲਾ ਲਓ ਕਿਉਂਕਿ ਮਨੁੱਖ ਜਨਮ ਮਿਲ ਗਿਆ। ਸੋ ਇਸ ਤਰ੍ਹਾਂ ਦੇ ਨਾਲ ਸਾਡਾ ਟਾਈਮ ਕਿੱਥੇ ਕਿਹੜੇ ਲੇਖੇ 'ਚ ਲੱਗ ਰਿਹਾ, ਵਿਚਾਰ ਇਹ ਕਰਨੀ ਕੀ ਵਾਹਿਗੁਰੂ ਦੇ ਲੇਖੇ 'ਚ ਲੱਗ ਰਿਹਾ ਜਾਂ ਬੱਚਿਆਂ ਦੇ ਲੇਖੇ 'ਚ ਲੱਗ ਰਿਹਾ, ਜਾਂ ਆਪਣੇ ਸਰੀਰ ਦੀ ਪਾਲਣਾ ਪੋਸਣਾ ਦੇ ਲੇਖੇ 'ਚ ਲੱਗ ਰਿਹਾ, ਜਾਂ ਘਰ ਵਗੈਰਾ ਮਾਇਆ ਜੋੜਨੀ, ਜਾਂ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ, ਮਹਾਰਾਜ ਨੇ ਕਿੰਨੇ ਗਿਣੇ ਨੇ, ਕੀ ਇਹਨਾਂ ਦੇ ਲੇਖਿਆਂ 'ਚ ਲੱਗ ਰਿਹਾ? ਜਾਂ ਹੁਣ ਜੁਗਤ ਬਿਹਾਨੇ ਕਈ ਜਨ ਬੜੇ ਬੜੇ ਜਨਮ ਲੱਗ ਚੁੱਕੇ ਨੇ, ਹੁਣ ਸੀਰੀਅਸਲੀ ਸੋਚੋ, ਕਿਉਂਕਿ ਆਪਾਂ ਸਾਰੇ ਮਾਨਸ ਜਨਮ 'ਚ ਆਏ ਹੋਏ ਹਾਂ। ਵਾਹਿਗੁਰੂ ਨੇ ਬੁੱਧੀ ਦਿੱਤੀ ਹੈ, ਵਿਚਾਰ ਦਿੱਤੀ ਹੈ, ਤੁਹਾਨੂੰ ਹੋਰ ਵੀ ਸਹੂਲਤਾਂ ਦਿੱਤੀਆਂ, ਸੋਹਣਾ ਜੀਵਨ ਦਿੱਤਾ ਹੈ, ਸੋਹਣੇ ਘਰ ਦਿੱਤੇ ਨੇ, ਦੇਸ਼ ਹੈ, ਰੋਟੀ ਕਮਾਉਣ ਦੇ ਬੇਅੰਤ ਸਾਧਨ ਨੇ, ਕੋਈ ਚਿੰਤਾ ਨਹੀਂ ਹੈ, ਵੈਰ ਵਿਰੋਧ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਆਧਾਰ ਕਰਦੇ ਕਰਦੇ ਅੱਜ ਇੱਕ ਕਬਰਸਥਾਨ 'ਚ ਬੈਠੇ ਨੇ, ਮਹਾਰਾਜ ਜੀ ਸਮਾਧੀ ਸਥਿਤ ਨੇ, ਮਰਦਾਨਾ ਭਾਈ ਮਰਦਾਨਾ ਜੀ ਉੱਠ ਕੇ ਥੋੜ੍ਹਾ ਟਹਿਲਣ ਲੱਗ ਗਏ। ਉਹ ਦੇਖਦੇ ਕੀ ਨੇ ਕਿ ਕਬਰਾਂ ਦੇ ਸਰਾਣੇ ਹਰੇਕ ਦੇ ਪੱਥਰ ਹੈ, ਅਤੇ ਉਹ ਪੱਥਰ ਦੇ ਉੱਤੇ ਕੁਛ ਲਿਖਿਆ ਹੋਇਆ, ਗੌ ਨਾਲ ਪੜਿਆ, ਕਿਸੇ 'ਤੇ ਲਿਖਿਆ ਹੋਇਆ 2.5 ਸਾਲ ਉਮਰ, ਕਿਸੇ 'ਤੇ ਲਿਖਿਆ ਹੋਇਆ 3 ਸਾਲ, ਕਿਸੇ 'ਤੇ 5 ਸਾਲ। ਹੈਰਾਨ ਹੋ ਗਿਆ ਵੀ ਇਸ ਸ਼ਹਿਰ ਦਾ ਨਗਰ ਦਾ ਕੰਮ ਕਿਵੇਂ ਚੱਲਦਾ ਹੋਊ, ਬੱਚਿਆਂ ਦੀਆਂ ਕਬਰਾਂ ਨਹੀਂ ਹੈ, ਕਬਰਾਂ 6-6 ਫੁੱਟ 'ਤੇ ਵੱਡੀਆਂ ਨੇ, ਚੌੜੀਆਂ ਨੇ 5-5 ਫੁੱਟ, ਬੱਚੇ ਦੀ ਕਬਰ ਤਾਂ ਛੋਟੀ ਜਿਹੀ ਹੁੰਦੀ ਹੈ, ਅਤੇ ਸ਼ਹਿਰ ਦਾ ਕੰਮ ਕਿਵੇਂ ਚੱਲਦਾ? ਉਸ ਵੇਲੇ ਜਦੋਂ ਮਹਾਰਾਜ ਜੀ ਸਮਾਧੀ ਤੋਂ ਉਥਾਨ ਹੋਏ, ਬੇਨਤੀ ਕਰੀ, ਪਾਤਸ਼ਾਹ ਅੱਜ ਮੈਂ ਇੱਕ ਅਜੀਬ ਗੱਲ ਦੇਖੀ ਹੈ, ਮੇਰਾ ਮਨ ਉਹਨੂੰ ਵਾਰ ਵਾਰ ਸੋਚੀ ਜਾਂਦਾ। ਉਹ ਇਹ ਹੈ ਕਿ ਮੈਂ ਕਬਰਸਤਾਨ ਦੇ ਵਿੱਚ ਘੁੰਮਦਾ ਸੀ, ਹਰੇਕ ਕਬਰ ਦੇ ਸਿਰਾਣੇ ਉਮਰ ਲਿਖੀ ਹੋਈ ਸੀ, ਅਤੇ ਕਿਸੇ ਦੀ 2.5, ਕਿਸੇ ਦੀ 3, ਕਿਸੇ ਦੀ 5, ਕਿਸੇ ਦੀ 7, ਇਹਦੋਂ ਵੱਧ ਮੈਂ ਉਮਰੇ ਨਹੀਂ ਦੇਖੀ। ਮਹਾਰਾਜ ਕਹਿਣ ਲੱਗੇ, ਮਰਦਾਨਿਆ ਸ਼ਹਿਰ ਦੇ ਅੰਦਰ ਜਲ ਪਾਣੀ ਛਕਿਆ,
ਆਪਣਾ ਸ਼ੰਕਾ ਨਿਵਰਤ ਕਰਿਆ ਕਿਸੇ ਸਿਆਣੇ ਪੁਰਸ਼ ਨਾਲ ਗੱਲ ਕਰਕੇ। ਭਾਈ ਮਰਦਾਨਾ ਸ਼ਹਿਰ ਭਰ ਨੂੰ ਚਲਿਆ ਗਿਆ ਅਤੇ ਪਹਿਲੇ ਜ਼ਮਾਨਿਆਂ ਦੇ ਅੰਦਰ ਪਿੰਡਾਂ ਵਿੱਚ ਵੀ ਸ਼ਹਿਰ ਵਿੱਚ ਵੀ ਦਰਵਾਜ਼ੇ ਹੁੰਦੇ ਸੀ, ਗੇਟ, ਉੱਥੇ ਬੈਠਣ ਨੂੰ ਥਾਂ ਹੋਇਆ ਕਰਦੇ ਸੀ। ਪਿੰਡਾਂ ਵਿੱਚ ਵੀ ਬੈਠਦੇ ਸੀ, ਭਲੇ ਪੁਰਸ਼ ਬਜ਼ੁਰਗ ਉੱਥੇ ਬੈਠਦੇ ਹੁੰਦੇ, ਕੋਈ ਮੱਤ ਦਿੰਦੇ ਸੀ ਬੱਚਿਆਂ ਨੂੰ, ਵਿਚਾਰਾਂ ਕਰਦੇ ਹੁੰਦੇ, ਪ੍ਰੋਬਲਮ ਕਰਾਉਂਦੇ ਸੋਚਦੇ ਹੁੰਦੇ, ਕੋਈ ਸੁੱਖ ਦੇ ਸਾਧਨ ਸੋਚਦੇ ਹੁੰਦੇ। ਉੱਥੇ ਜਿਸ ਵਕਤ ਗਿਆ ਤਾਂ ਉੱਥੇ ਪਰਮੇਸ਼ੁਰ ਦਾ ਜ਼ਿਕਰ ਹੋ ਰਿਹਾ, ਇੱਕ ਪ੍ਰੇਮੀ ਬਚਨ ਕਰ ਰਿਹਾ, ਦੂਸਰੇ ਰਾਮ ਨਾਲ ਬੈਠੇ ਨੇ। ਗੌਰ ਨਾਲ ਦੇਖਿਆ ਵੀ ਇਹ ਤਾਂ 100-100 ਸਾਲ 'ਤੇ ਵੀ ਉੱਪਰ ਬੈਠੇ ਨੇ। ਇਹ ਗਿਆ ਤਾਂ ਇਹਨੇ ਸਤਿਕਰਤਾਰ ਦਾ ਵਾਅਦਾ ਦਿੱਤਾ, ਉਹਨਾਂ ਨੇ ਵੀ ਯਥਾ ਸ਼ਕਤ ਇਹਨੂੰ ਰਿਸੀਵ ਕਰਿਆ। ਕਹਿਣ ਲੱਗੇ ਆਓ ਭਾਈ, ਪਰਦੇਸੀ ਲੱਗਦੇ ਹੋ? ਕਹਿੰਦੇ ਹਾਂ। ਕਿਵੇਂ ਆਏ? ਕਹਿਣ ਲੱਗੇ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ, ਉਹ ਮੈਂ ਉਹਦੇ ਸਮਾਧਾਨ ਵਾਸਤੇ ਆਇਆ। ਕਹਿਣ ਲੱਗੇ ਭਾਈ ਮਰਦਾਨਾ ਕੀ ਸ਼ੰਕਾ ਹੈ? ਕਹਿਣ ਲੱਗੇ ਮੈਂ ਤੁਹਾਡੇ ਕਬਰਸਤਾਨ 'ਚ ਗਿਆ ਸੀ, ਉੱਥੇ ਉਮਰਾਂ ਬੜੀਆਂ ਥੋੜ੍ਹੀਆਂ ਲਿਖੀਆਂ ਹੋਈਆਂ ਨੇ, ਇੱਥੇ ਆ ਕੇ ਮੈਂ ਦੇਖਿਆ 100-100 ਸਾਲ ਦੇ। ਕਹਿੰਦੇ ਹਾਂ ਭਾਈ ਮਰਦਾਨਾ, ਇਸ ਤਰ੍ਹਾਂ ਤੇਰਾ ਸ਼ੰਕਾ ਜਾਇਜ਼ ਹੈ। ਕਹਿਣ ਲੱਗੇ ਸਾਡਾ ਜਿਹੜਾ ਇਹ ਨਗਰ ਹੈ, ਇਹਦੇ ਵਿੱਚ ਨਾਸਤਿਕ ਨਹੀਂ ਹੈ, ਕੋਈ ਵੀ ਮਨੁੱਖ ਨਹੀਂ ਹੈ, ਇੱਥੇ ਸਾਰੇ ਪੀਰ ਪ੍ਰਸਤ ਨੇ, ਨਗੋਰਾ ਨਹੀਂ ਹੈ ਇੱਥੇ ਕੋਈ ਵੀ। ਸਾਡਾ ਇਹ ਰਿਵਾਜ਼ ਹੈ ਕਿ ਅਸੀਂ ਜਦੋਂ 5 ਸਾਲ ਦਾ ਹੋ ਜਾਂਦਾ ਬੱਚਾ, ਉਸਦੇ ਮਾਂ ਬਾਪ ਨੂੰ ਕਹਿੰਦੇ ਹਾਂ ਕਿ ਹੁਣ ਇਹ ਹੋਸ਼ ਵਿੱਚ ਆ ਗਿਆ, ਇਹਨੂੰ ਪਰਮੇਸ਼ੁਰ ਦੇ ਬਾਰੇ ਕੁਛ ਗੱਲਬਾਤ ਦੱਸ, ਕੋਈ ਇਹ ਤਾਂ ਭਜਨ ਕਰਾ, ਕੋਈ ਹੋਰ ਗੱਲ ਕਰਾ, ਰੱਬ ਦੇ ਰਾਹ 'ਤੇ ਲਾ। ਉਹਦੇ ਮਾਂ ਬਾਪ ਜਿਹੜੇ ਨੇ ਫਿਰ ਉਹ ਲਾਉਂਦੇ ਨੇ ਬੱਚੇ ਨੂੰ, ਵੀ ਇੰਨਾ ਚਿਰ ਤੋਂ ਰਾਮ ਰਾਮ ਅੱਲਾ ਅੱਲਾ ਕਰਿਆ ਕਰ। ਉਹ ਇੱਕ ਡਾਇਰੀ ਹੁੰਦੀ ਹੈ, ਉਹਦੇ 'ਤੇ ਲਿਖੀ ਜਾਂਦੇ ਨੇ। ਜਦੋਂ 18 ਸਾਲ ਦਾ ਹੋ ਜਾਂਦਾ, ਉਸ ਵੇਲੇ ਸਾਡੀ ਪੰਚਾਇਤ ਫਿਰ ਇਕੱਠੀ ਹੁੰਦੀ ਹੈ, ਉਦੋਂ ਵੱਡੀ ਡਾਇਰੀ ਅਸੀਂ ਉਹਨੂੰ ਦੇ ਦਿੰਦੇ ਹਾਂ, ਵੀ ਲੈ ਭਾਈ ਇਹਦੇ 'ਤੇ ਜਿੰਨਾ ਟਾਈਮ ਤੇਰਾ ਪਰਮੇਸ਼ੁਰ ਦੇ ਲੇਖੇ ਲੱਗਦਾ ਉਹ ਲਿਖੀ ਜਾਏ। ਜਦੋਂ ਸੰਸਾਰ ਤੋਂ ਚੜ੍ਹਾਈ ਕਰ ਜਾਂਦਾ, ਫਿਰ ਸਾਡੇ ਇੱਕ ਪੰਚਾਇਤ ਬੈਠ ਕੇ ਉਹਦੇ ਹਿਸਾਬ ਕਿਤਾਬ ਕਰਦੀ ਹੈ ਵੀ ਇਹਦੇ ਜੀਵਨ ਦੇ ਵਿੱਚ ਪਰਮੇਸ਼ੁਰ ਦੇ ਲੇਖੇ ਕਿੰਨਾ ਟਾਈਮ ਲੱਗਿਆ। ਸੋ ਭਾਈ ਮਰਦਾਨਾ, ਜਿਹੜਾ ਪਰਮੇਸ਼ੁਰ ਦੇ ਨਿਮਿੱਤ ਟਾਈਮ ਲੱਗਦਾ, ਉਹਨੂੰ ਤਾਂ ਅਸੀਂ ਗਿਣਦੇ ਹਾਂ ਲੇਖੇ ਦੇ ਵਿੱਚ, ਬਾਕੀ ਤਾਂ ਬੇਕਾਰ ਗਈ ਉਮਰ। ਉਮਰ ਹਾ ਵਿੱਚ ਲੇਖੇ ਦੇ ਜੋ ਯਾਰ ਸਾਈਂ ਵਿੱਚ ਗੁਜ਼ਰੇ, ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਗੁਜ਼ਰੇ ਸਾਂਝਦੇ ਪਏ। ਇਸ ਕਰਕੇ ਤੇਰਾ ਜਿਹੜਾ ਸ਼ੰਕਾ ਹੈ ਉਹ ਠੀਕ ਹੈ, ਅਸੀਂ ਉਮਰ ਉਨੀ ਓ ਗਿਣਦੇ ਹਾਂ ਜਿਹੜੀ ਪਰਮੇਸ਼ੁਰ ਦੇ ਲਿਖੇ ਆ, ਬਾਕੀ ਤਾਂ ਬੇਅਰਥ ਗਏ। ਸੋ ਪਰਮੇਸ਼ੁਰ ਦੇ ਲੇਖੇ ਉਹੀ ਉਮਰ ਪੈਂਦੀ ਹੈ ਜਿਹੜੀ ਉਹਦੀ ਯਾਦ ਵਿੱਚ ਜਾਵੇ। ਕੱਲ੍ਹ ਵੀ ਮੈਂ ਬੇਨਤੀ ਕਰੀ ਸੀ ਕਿ ਸਾਡਾ ਜੋ ਪਰਮ ਆਦਰਸ਼ ਹੈ ਸੰਸਾਰ ਵਿੱਚ ਆਉਣ ਦਾ, ਇਹਨੂੰ ਬਹੁਤ ਸੀਰੀਅਸ ਥੋਟ ਦੇਣਾ ਚਾਹੀਦਾ, ਐਵੇਂ ਨਹੀਂ ਬਈ ਰੂਟੀਨ ਦੇ ਵਿੱਚ ਕਰੋ। ਜਦੋਂ ਕੋਈ ਗੱਲ ਰੂਟੀਨ ਵਿੱਚ ਆ ਜਾਵੇ, ਉਹਦੀ ਜਿਹੜੀ ਅੰਦਰਲੀ ਪਰਿਭਾਸ਼ਾ ਅਤੇ ਪ੍ਰੇਰਨਾ ਉਹ ਖਤਮ ਹੋ ਜਾਇਆ ਕਰਦੀ ਹੈ, ਰੂਟੀਨ ਬਣ ਜਾਂਦਾ। ਅਸੀਂ ਹਰ ਰੋਜ਼ ਪੜ੍ਹਦੇ ਹਾਂ ਭਾਈ ਪ੍ਰਾਪਤ ਮਾਨੁੱਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਬੜਾ ਸਪਸ਼ਟ ਹੈ, ਬੜੇ ਹੀ ਸਾਦੇ ਅੱਖਰ।
ਹੁਣ ਜਿਹੜੇ ਆਪਾਂ ਬੈਠੇ ਹਾਂ, ਮੈਂ ਇਸ ਕਰਕੇ ਗੱਲ ਕਰਦਾ ਕਿ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਅਤੇ ਮੰਨਣ ਨਾਲ ਕੋਈ ਗੱਲ ਨਹੀਂ ਹੋਇਆ ਕਰਦੀ। ਜਿੰਨੀ ਦੇਰ ਤੱਕ ਗੁਰੂ ਦੇ ਬਚਨ ਦੇ ਉੱਤੇ ਅਸੀਂ ਪਹਿਰਾ ਨਾ ਦੇਈਏ, ਸਾਡਾ ਜਿਹੜਾ ਰਿਲੇਸ਼ਨ ਹੈ ਕੋਈ ਬਹੁਤੇ ਪਿਆਰ ਵਾਲਾ ਨਹੀਂ ਹੈ, ਐਵੇਂ ਹੀ ਹੈ, ਕਹੇ ਕਹਾਏ 'ਤੇ ਅਸੀਂ ਮੰਨ ਲਿਆ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਸਾਡਾ, ਚਲੋ ਇਹਦੇ 'ਚ ਵੀ ਬਚ ਗਏ ਅਸੀਂ। ਕੋਈ ਕੱਚਾ ਗੁਰੂ ਮਿਲ ਜਾਂਦਾ ਫਿਰ ਹੋਰ ਵੀ ਔਖਾ ਸੀ, ਪਰ ਗੁਰੂ ਮਿਲਣ ਦੇ ਉੱਤੇ ਮਹਾਰਾਜ ਕਹਿੰਦੇ ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ, ਥੋੜ੍ਹੇ ਬੰਦਿਸ਼ ਵਿੱਚ ਆਉਣਾ ਪੈਂਦਾ, ਜੀਵਨ ਨੂੰ ਢਾਲਣਾ ਪੈਂਦਾ, ਕੁਛ ਗੁਣ ਅਪਣਾਉਣੇ ਪੈਂਦੇ ਨੇ, ਕਿਉਂਕਿ ਜਿਹੜਾ ਕੰਮ ਅਸੀਂ ਕਰਨਾ ਬਿਨ ਗੁਣ ਕੀਤੇ ਭਗਤ ਨਾ ਹੋਈ, ਜਿੰਨਾ ਚਿਰ ਸਾਡੇ ਅੰਦਰ ਗੁਣ ਨਹੀਂ ਪੈਦਾ ਹੁੰਦੇ ਉਨੀ ਦੇਰ ਤੱਕ ਭਗਤੀ ਨਹੀਂ ਹੋ ਸਕਦੀ। ਗੁਣਾਂ ਵਿੱਚੋਂ ਜੋ ਆਵਸ਼ਕ ਗੁਣ ਨੇ ਜ਼ਰੂਰੀ, ਉਹਨਾਂ ਦਾ ਨਾਂ ਸਤਿਗੁਣ ਹੈ, ਸਤਿਗੁਣ ਜਿਹੜੇ ਹੈਲਪਫੁੱਲ ਨੇ ਸਾਡੇ ਵਾਸਤੇ, ਉਹਦੇ ਵਿੱਚੋਂ ਸਭ ਤੋਂ ਪ੍ਰਮੁੱਖ ਹੈ ਦਇਆ। ਦਇਆ ਦੇ ਵਿੱਚੋਂ ਧਰਮ ਨੇ ਪੈਦਾ ਹੋਣਾ, ਕਿਉਂਕਿ ਦਇਆ ਸਭ ਦੀ ਮਾਂ ਹੈ, ਗੁਣਾਂ ਦੀ ਤੌਲ, ਧਰਮ ਦਇਆ ਕਾ ਪੂਤ, ਧਰਮ ਜਿਹੜਾ ਹੈ ਦਇਆ ਦਾ ਪੁੱਤਰ ਹੈ। ਧਰਮ ਦੇ ਵਿੱਚ ਕੁਆਲਿਟੀਜ਼ ਨੇ, ਸਮ ਅਤੇ ਨਿਯਮ ਦੋ ਚੀਜ਼ਾਂ ਹੁੰਦੀਆਂ ਨੇ, ਉਹਦੇ ਵਿੱਚ ਖਿਮਾ ਹੈ, ਧੀਰਜ ਹੈ, ਸੰਤੋਖ ਹੈ, ਸ਼ਾਸੀਲ ਹੈ, ਸੋਚ ਹੈ, ਤ੍ਰਿਸ਼ਨਾ ਰਹਿਤ ਸੰਤੋਖ ਹੈ, ਅਹਿੰਸਾ ਹੈ, ਇਸ ਤਰ੍ਹਾਂ ਦੇ ਗੁਣ ਨੇ। ਉਹ ਧਾਰਨ ਕਰਕੇ ਅਸੀਂ ਪਰਮੇਸ਼ਰ ਦੇ ਨਾਮ ਵੱਲ ਲੱਗ ਸਕਦੇ ਹਾਂ, ਨਹੀਂ ਸਕਦੇ। ਬਹੁਤ ਪ੍ਰੇਮੀਆਂ ਦਾ ਇਹ ਖਿਆਲ ਹੁੰਦਾ ਬਈ ਜੀ ਸਾਨੂੰ ਕੀ ਲੋੜ ਹੈ, ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ, ਚੁਗਲੀ ਨਹੀਂ ਕਰਦੇ, ਈਰਖਾ ਨਹੀਂ ਕਰਦੇ, ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਦੇ। ਮਹਾਰਾਜ ਕਹਿੰਦੇ ਬਹੁਤ ਵਧੀਆ ਤੇਰੇ ਜਿਹੜਾ ਤੈਨੂੰ ਵਿਰਸੇ ਵਿੱਚ ਜਿਹੜਾ ਸੁਭਾਅ ਮਿਲਿਆ ਬਹੁਤ ਅੱਛਾ, ਪਰ ਪਿਆਰਿਆ ਜੇ ਇਹ ਤੂੰ ਪਰਮੇਸ਼ਰ ਨਾਲ ਨਾ ਜੁੜਿਆ, ਉਹ ਗੁਣਾਂ ਦਾ ਸੁੰਮ ਹੈ, ਸੋਰਸ ਹੈ ਉਹ, ਜੇ ਤੂੰ ਸੋਰਸ ਨਾਲੋਂ ਟੁੱਟ ਗਿਆ ਤਾਂ ਜਿਹੜਾ ਤੇਰੇ ਸਰੀਰ ਵਿੱਚ ਜਿਹੜਾ ਸਟੋਰ ਕੀਤੇ ਹੋਏ ਗੁਣ ਨੇ ਉਹ ਖਤਮ ਹੋ ਜਾਣਗੇ, ਖਤਮੇ ਨਹੀਂ ਹੋਣਗੇ, ਉਹ ਬੁਰੀ ਤਰ੍ਹਾਂ ਦੇ ਨਾਲ ਡਿਸਟਰੋਏ ਹੋ ਜਾਣਗੇ। ਬਿਣ ਗੁਣ ਕੀ ਹਰ ਵਿਸਰਤ ਤੇਰੇ ਗੁਣ ਕਰਿਆ, ਹਰੀ ਨੂੰ ਭੁੱਲਣ ਦੇ ਨਾਲ ਤੇਰੇ ਜਿਹੜੇ ਗੁਣ ਸੀਗੇ ਨਾ, ਉਹ ਤੈਨੂੰ ਮਿਲੇ ਹੋਏ ਵਿਰਸੇ ਦੇ ਅੰਦਰ, ਬਲੱਡ ਵੇਨ ਦੇ ਨਾਲ ਮਿਲੇ ਹੋਏ ਸੀ, ਮਾਂ ਬਾਪ ਦੇ ਪ੍ਰਭਾਵ ਨਾਲ ਮਿਲੇ ਹੋਏ ਸੀ, ਸੁਭਾਅ ਮਿਲਿਆ ਹੋਇਆ ਸੀ, ਵਾਤਾਵਰਨ ਦਾ ਬਣਿਆ ਹੋਇਆ ਸੁਭਾਅ ਹੈ, ਇਹ ਖਤਮ ਹੋ ਜਾਏਗਾ। ਇਹ ਸੁਭਾਅ ਤੋਂ ਪੂਰਾ ਫਾਇਦਾ ਉਠਾ, ਉਹ ਹੈ ਕਿ ਅਸੀਂ ਸਾਡਾ ਜੋ ਮੁੱਖ ਨਿਸ਼ਾਨਾ ਹੈ ਉਹ ਮਹਾਰਾਜ ਨੇ ਬੜਾ ਹੀ ਸਪਸ਼ਟ ਕਰ ਦਿੱਤਾ। ਅਸੀਂ ਹਰ ਰੋਜ਼ ਪੜ੍ਹਦੇ ਹਾਂ, ਰਿਪੀਟ ਕਰਦੇ ਹਾਂ, ਹਰ ਰੋਜ਼ ਰਿਪੀਟ ਕਰਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਆ, ਤੇਰੀ ਵਾਰੀ ਆਈ ਹੋਈ ਹੈ, ਅਤੇ ਵਾਰੀ ਨੂੰ ਅਵੇਲ ਕਰ ਲੈ। ਜਿਹੜੇ ਕਿਸਾਨ ਨੇ ਪੰਜਾਬ 'ਚ ਜਿਨ੍ਹਾਂ ਦੇ ਵਿੱਚ ਨਹਿਰਾਂ ਪੈਂਦੀਆਂ ਸੀ, ਉਹਨਾਂ ਨੂੰ ਵਾਰੀ ਦਾ ਪਤਾ ਹੈ, ਵਾਰੀ ਕੀ ਹੁੰਦੀ ਹੈ। ਮਰਬਿਆਂ ਦੇ ਵਿੱਚ ਲਾਇਲਪੁਰ 'ਚ ਵਾਰੀਆਂ ਹੁੰਦੀਆਂ ਸੀ, ਮੀਰ ਆਪ ਲਿਖ ਕੇ ਪਰਚੇ ਦੇ ਦਿੰਦਾ ਸੀ ਵੀ ਤੇਰਾ ਇੰਨੇ ਵਜੇ ਤੋਂ ਇੰਨੇ ਵਜੇ ਤਾਈਂ ਤੇਰੀ ਵਾਰੀ ਹੈ। ਉਹ ਕਿਸਾਨ ਕਹਿੰਦਾ ਸੀ ਮੇਰੀ ਵਾਰੀ ਆ ਗਈ, ਮੇਰੀ ਫਸਲ ਖਰਾਬ ਨਾ ਹੋ ਜਾਵੇ, ਧਾਨਾਂ ਦੀ ਫਸਲ ਹੈ, ਚੌਲ ਜੀਰੀ ਬੀਜੀ ਹੋਈ ਹੈ,
ਅਤੇ ਉਹ ਪਹਿਲਾਂ ਹੀ ਨੌਕਰਾਂ ਨੂੰ ਲੈ ਕੇ ਜਾ ਕੇ ਖਾਲਾ ਸਾਫ ਕਰਦਾ, ਆਪਣੇ ਕਿਆਰੇ ਨੱਕੇ ਬੰਦ ਕਰਦਾ, ਪੂਰਾ ਕਰਦਾ। ਉਹ ਖਾਲੇ 'ਤੇ ਫਿਰ ਕੇ ਦੇਖਦਾ ਸੀ ਵੀ ਕਿਤੋਂ ਲੀਕ ਨਾ ਹੋ ਜਾਵੇ, ਕਿਤੇ ਮੇਰੀ ਵਾਰੀ 'ਚੋਂ ਪਾਣੀ ਨਾ ਲੀਕ ਹੋ ਜਾਵੇ, ਬੜਾ ਫਿਕਰ ਕਰਦਾ ਸੀ। ਪਰ ਕਈ ਮੂਰਖ ਜਿਹੜੇ ਸੀ ਉਹਨਾਂ ਨੇ ਕਿਹਾ ਹੋਏ ਰਾਤ ਭਰ ਜਾਗਣਾ ਹੈ ਅਤੇ ਚੰਗਾ ਵੀ ਸ਼ਰਾਬ ਸ਼ਰੂਬ ਪੀ ਲਈਏ, ਆਪ ਵੀ ਪੀ ਲਈ, ਨੌਕਰਾਂ ਨੂੰ ਵੀ ਪਿਲਾਤੀ। ਉਹ ਜਦ ਆਦਮੀ ਇੱਕ ਵਾਰੀ ਪੀਣ ਲੱਗ ਜਾਂਦਾ ਫਿਰ ਉਹਨੂੰ ਹੋਸ਼ ਨਹੀਂ ਰਹਿੰਦੀ ਵੀ ਮੈਂ ਹਟ ਵੀ ਜਾਵਾਂ, ਉਹ ਇਹੀ ਰਹਿੰਦਾ ਵੀ ਮੈਨੂੰ ਨਹੀਂ ਨਸ਼ਾ ਹੋਇਆ, ਹੋਰਾਂ ਨੂੰ ਹੁੰਦਾ, ਲੋਕਾਂ ਨੂੰ, ਆਪ ਨੂੰ ਨਹੀਂ। ਉਹਦੇ ਵਿੱਚ ਗਾਫਲ ਹੋ ਕੇ ਸੌਂ ਗਿਆ। ਪਿਛਲੇ ਦੀ ਵਾਰੀ ਖਤਮ ਹੋ ਗਈ, ਉਹ ਤਾਂ ਕਹੀ ਚੱਕ ਕੇ ਘਰ ਨੂੰ ਆ ਗਿਆ, ਕਹਿੰਦਾ ਮੈਨੂੰ ਕੀ ਲੋੜ ਹੈ ਆਪਣਾ ਨੱਕਾ ਵੱਢਣ ਦੀ, ਜਿਹੜਾ ਵਾਰੀ ਵਾਲਾ ਆਊਗਾ ਆਪਣਾ ਨੱਕਾ ਵੱਢੇ। ਉਹਦੇ ਬਾਅਦ ਅਗਲੇ ਨੇ ਦੇਖਿਆ ਵੀ ਇਹ ਵਾਰੀ ਲੰਘ ਰਹੀ ਹੈ, ਵੀ ਨੱਕਾ ਤੋੜਦੀ ਹੈ, ਉਹਨੂੰ ਤਾਂ ਕੋਈ ਇਤਰਾਜ਼ ਨਹੀਂ। ਉਹ ਤੋੜਦਾ ਇਹਦੇ ਨੱਕੇ 'ਚ ਵੀ ਗਲੀ ਕਰਦੀ, ਉਹ ਪਾਣੀ ਸਾਰਾ ਅਗਲਾ ਲੈ ਗਿਆ। ਜਦ ਹੋਸ਼ ਆਈ ਉਹਦੇ ਨਾਲ ਲੜਦਾ, ਉਹ ਕਹਿੰਦਾ ਮੇਰੇ ਨਾਲ ਕਦੋਂ ਲੜਦਾ, ਮੈਂ ਤਾਂ ਹੁਣ ਆਇਆ, ਤੈਂ ਆਪਣੀ ਵਾਰੀ ਦੀ ਸੰਭਾਲ ਨਹੀਂ ਕਰੀ। ਸੋ ਵਾਰੀ ਦੀ ਸੰਭਾਲ ਨਾ ਕਰਕੇ ਕਿੰਨਾ ਨੁਕਸਾਨ ਕਰ ਲਿਆ। ਮਹਾਰਾਜ ਇਹੀ ਗੱਲ ਕਹਿੰਦੇ ਨੇ, ਤੇਰੀ ਵਾਰੀ ਆ ਗਈ ਹੁਣ, 83,99,999 ਸਰੀਰਾਂ ਦੇ ਵਿੱਚ ਹੀ ਤੇਰੀ ਜੀਵਾਤਮਾ ਹੁੰਦੀ ਹੋਈ ਮਨੁੱਖ ਦਾ ਸਰੀਰ ਧਾਰਨ ਕਰੀ ਬੈਠੀ ਹੈ, ਹੁਣ ਵਾਰੀ ਆ ਗਈ। ਕੀ ਵਾਰੀ ਦੇ ਵਿੱਚ? ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ, ਖਾਓ ਪੀਓ ਐਸ਼ ਕਰੋ, ਕਿਉਂਕਿ ਆਲਮ ਜਿਹੜਾ ਦੁਬਾਰਾ ਸਾਨੂੰ ਨਹੀਂ ਮਿਲਣਾ। ਇਹ ਇੱਕ ਬੜਾ ਘਟੀਆ ਸਵਾਲ ਹੈ, ਇਹ ਘਟੀਆ ਥਿਉਰੀ ਹੈ ਬਿਲਕੁਲ, ਕਿਸੇ ਲੇਖੇ 'ਚ ਨਹੀਂ ਪੈਂਦੀ। ਖਾ ਪੀ ਕੇ ਕੀ ਕਰੇਗਾ? ਬਹੁਤ ਸਾਦੋਂ ਉਪਜੇ ਰੋਗ ਰੋਗੀ ਹੋ ਜਾਏਗਾ, ਬੇਅੰਤ ਬਿਮਾਰੀਆਂ ਲੱਗ ਜਾਣਗੀਆਂ। ਖਸਮ ਬਸਾਰ ਕੀ ਹੈ ਰਸ ਭੋਗ, ਤਾਂ ਤੁਹਾਨੂੰ ਉਠਖਲ ਹੋਏ ਰੋਗ। ਸਾਨੂੰ ਇਹ ਪੂਰੀ ਤਰ੍ਹਾਂ ਨਾਲ ਸ਼ਰਧਾ ਦੇ ਨਾਲ ਸੀਰੀਅਸ ਥੋਟ ਦੇ ਕੇ ਮੰਨ ਲੈਣਾ ਚਾਹੀਦਾ ਬਈ ਮੇਰੇ ਤਾਂ ਟਾਈਮ ਲੰਘ ਗਿਆ। ਹੁਣ ਜੇ ਆਪਾਂ ਦੇਖੀਏ ਵੀ ਸਾਡਾ ਲੇਖੇ 'ਚ ਕਿੰਨਾ ਟਾਈਮ ਲੱਗਦਾ, ਐਵਰੇਜ ਉਮਰ ਤੁਸੀਂ 75 ਸਾਲ ਦੀ ਗਿਣ ਲਓ, 100 ਸਾਲ ਦੀ ਉਮਰ ਵਾਲੇ ਨੂੰ 88,66,00,000 ਸਵਾਸ ਮਿਲਿਆ, ਜਿਹੜਾ 75 ਸਾਲ ਦੀ ਉਮਰ ਵਾਲਾ ਉਹਨੂੰ 66,44,00,000 ਸਵਾਸ ਮਿਲਿਆ। ਬੜਾ ਬੜੀ ਰਕਮ ਹੈ, ਬੜੀ ਵੱਡੀ ਰਕਮ ਹੈ। ਅਤੇ ਇਹਦੇ ਵਿੱਚ ਪਹਿਲਾਂ ਤਾਂ ਜਿਹੜਾ ਜੀਵਨ ਪੜ੍ਹਾਈ ਲਿਖਾਈ ਪਹਿਲਾਂ ਹੀ ਮਾਂ ਬਾਪ ਲਾ ਦਿੰਦੇ ਨੇ ਛੋਟੇ ਹੁੰਦੇ ਨੂੰ, ਇਹ ਅਤੇ ਉਹ ਟਾਈਮ ਨਾਲ ਨਿਕਲ ਜਾਂਦਾ। 18 ਸਾਲ 20 ਸਾਲ ਨਿਕਲ ਗਏ, ਸਤਸੰਗ 'ਚ ਨਹੀਂ ਆਇਆ ਕਿਉਂਕਿ ਯੂਨੀਵਰਸਿਟੀ 'ਚ ਪੜ੍ਹਦਾ ਜੀ, ਪੜ੍ਹਾਈ ਬਹੁਤ ਹੈ, ਮਾਂ ਬਾਪ ਵੀ ਘੱਟ ਕਹਿੰਦੇ ਨੇ ਵੀ ਪੜ੍ਹ ਲੈਣ ਦਿਓ। ਉਹਦੇ ਬਾਅਦ ਜ਼ਿੰਦਗੀ ਦੇ ਵਿੱਚ ਦਾਖਲਾ ਹੋਇਆ, ਦਾਖਲ ਹੋਇਆ ਕਿਉਂਕਿ ਪਿੱਛੇ ਕੋਈ ਬੈਕਗਰਾਊਂਡ ਨਹੀਂ ਸੀ, ਇਸ ਕਰਕੇ ਜਿੱਧਰ ਮਨ ਦਾ ਬਹਾਓ ਸੀ ਉਸ ਪਾਸੇ ਨੂੰ ਤੁਰਨਾ ਸ਼ੁਰੂ ਕਰਤਾ ਉਹਨੇ। ਬਹਾਓ ਹੈ ਮਨ ਦਾ ਨੀਵੇਂ ਪਾਸੇ ਨੂੰ, ਕਿਉਂਕਿ ਜਿਹੜੇ 9 ਦਰਵਾਜ਼ੇ ਨੇ ਇਹ ਬਾਹਰ ਨੂੰ ਖੁੱਲ੍ਹਦੇ ਨੇ, ਅੰਦਰ ਨੂੰ ਨਹੀਂ ਖੁੱਲ੍ਹਦੇ, ਪਰ ਅੰਦਰ ਨੂੰ ਵੀ ਖੁੱਲ੍ਹਦੇ ਨੇ, ਐਸੀ ਬਾਤ ਨਹੀਂ ਹੈ ਵੀ ਬਾਹਰ ਹੀ ਖੁੱਲ੍ਹਦੇ ਨੇ। ਜਦ ਤੁਸੀਂ ਇਹਨਾਂ ਨੂੰ ਮੂੰਹ ਲਈਏ ਦਰਵਾਜ਼ੇ ਤਾਂ ਵਾਜੇ ਅਨਹਦ ਵਾਜੇ, ਜੇ ਇਹਨਾਂ 'ਤੇ ਕੰਟਰੋਲ ਹੋ ਜਾਵੇ ਫਿਰ ਅੰਦਰਲੇ ਖੁੱਲ੍ਹ ਜਾਂਦੇ ਨੇ। ਵੀ ਅੰਦਰਲੇ ਕੀ ਦੇਖਦੇ ਨੇ? ਅੰਦਰਲੀ ਅੱਖ ਜਦ ਖੁੱਲ੍ਹਦੀ ਹੈ ਨਾ, ਇਹਦੀ ਦ੍ਰਿਸ਼ਟੀ ਸਾਫ਼ ਹੋ ਜਾਂਦੀ ਹੈ। ਇਹਨੂੰ ਆਹੀ ਸੰਸਾਰ ਜਿਹੜਾ ਬੈਰੀਆਂ ਦਾ ਭਰਿਆ ਹੋਇਆ, ਦੁਸ਼ਟਾਂ ਦਾ ਭਰਿਆ ਹੋਇਆ, ਮੂਰਖਾਂ ਦਾ ਭਰਿਆ ਹੋਇਆ, ਟੋਟਲੀ ਬਦਲ ਜਾਂਦਾ ਹੈ। ਮਹਾਰਾਜ ਕਹਿੰਦੇ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਕਿਉਂਕਿ ਦੇਵ ਦ੍ਰਿਸ਼ਟ ਪ੍ਰਾਪਤ ਹੋ ਗਈ, ਉਹ ਅੱਖ ਮਿਲ ਗਈ ਜਿਹਦੇ ਨਾਲ ਅਸੀਂ
ਸੂਖਸ਼ਮ ਚੀਜ਼ ਨੂੰ ਦੇਖ ਸਕਦੇ ਹਾਂ। ਜੇ ਕੰਨ ਮਿਲ ਗਏ, ਕੰਨ ਸੂਖਸ਼ਮ ਨੇ, ਕੰਨਾਂ ਨੂੰ ਕੀ ਸੁਣਦਾ? ਕੰਨਾਂ ਨੂੰ ਹਰ ਬੰਦੇ ਦੇ ਅੰਦਰ ਕੌਸਮਿਕ ਮਿਊਜ਼ਿਕ ਦੀਆਂ ਧੁਨੀਆਂ ਲੱਗੀਆਂ ਪਈਆਂ। ਇਹਦੀ ਵੀ ਇੱਕ ਕਥਾ ਹੁੰਦੀ ਆ ਇਸਲਾਮ ਵਾਲਿਆਂ ਵਿੱਚ ਇਹ, ਕਿ ਖੁਦਾ ਨੇ ਜਦੋਂ ਰੂਹ ਨੂੰ ਕਿਹਾ ਵੀ ਇਹ ਬੁੱਤ ਦੇ ਵਿੱਚ ਦਾਖਲ ਹੋ ਜਾ, ਉਹ ਦਾਖਲ ਨਾ ਹੋਈ, ਛਿੱਦ ਕੇ ਬਾਹਰ ਆ ਗਈ। ਉਹਨੇ ਕਿਹਾ ਕੀ ਗੱਲ? ਉੱਥੇ ਤਾਂ ਢੇਰ ਸੁਣ ਬੁਣ ਚ ਵਾਰਤਾ ਮੈਨੂੰ, ਇਹ ਗੱਲ ਸਮਝਾਉਣ ਵਾਸਤੇ ਆ, ਇਹ ਨਹੀਂ ਵੀ ਫੈਕਚੁਅਲ ਹੈ। ਇਹ ਕਈ ਬੰਦੇ ਕਹਿੰਦੇ ਵੀ ਇਹ ਹੋ ਵੀ ਸਕਦਾ, ਨਹੀਂ ਇਹ ਗੱਲ ਸਮਝਾਉਣੀ ਆ। ਉਹਦੇ ਵਾਸਤੇ ਇੱਕ ਦ੍ਰਿਸ਼ਟਾਂਤ ਹੁੰਦਾ, ਇੱਕ ਅਲੰਕਾਰ ਬਣਾਇਆ ਜਾਂਦਾ ਜਿਹਦੇ ਨਾਲ ਗੱਲ ਸਮਝ ਆ ਜਾਵੇ। ਠੀਕ ਆ, ਅਸੀਂ ਇਸ ਗੱਲ 'ਚ ਨਹੀਂ ਪੈਂਦੇ, ਅਸੀਂ ਕਹਿੰਦੇ ਠੀਕ ਹੀ ਹੋਇਆ ਐਵੇਂ ਜਿਵੇਂ। ਉਹਨੇ ਕਿਹਾ ਵੀ ਚੰਗਾ। ਉਸ ਵੇਲੇ ਉਹਨੇ ਕਿਹਾ ਵੀ ਦਰਗਾਹ ਦਾ ਜਿਹੜਾ ਮਿਊਜ਼ਿਕ ਹੈ ਨਾ, ਹਰ ਵਕਤ ਮਿਊਜ਼ਿਕ ਹੁੰਦਾ ਦਰਗਾਹ 'ਚ। ਗੁਰੂ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਇਹਦੀ ਤਸਦੀਕ ਕੀਤੀ ਹੈ ਸੋਦਰ ਦੇ ਪੌੜੀ ਵਿੱਚ, ਵੀ ਤੈਨੂੰ ਸਾਰੇ ਗਾ ਰਹੇ ਨੇ, ਇੰਨੇ ਗਾ ਰਹੇ ਨੇ, ਹੋਰ ਕਿਤੇ ਗਾਵਨ ਛੇਵੇਂ ਚਿਤਨਾ ਨਾਨਕਿਆ ਵਿੱਚ। ਉਹਨੇ ਮਿਊਜ਼ਿਕ ਦੀ ਕਨੈਕਸ਼ਨ ਜੋੜਤਾ, ਚੈਨਲ ਦੇ ਨਾਲ ਕਨੈਕਟ ਕਰਤਾ। ਉਹ ਕਾਫੀ ਦੇਰ ਠਹਿਰੀ, ਫਿਰ ਬਾਹਰ ਆ ਗਈ, ਕਹਿਣ ਲੱਗੀ ਮਹਾਰਾਜ ਮਿਊਜ਼ਿਕ ਤਾਂ ਠੀਕ ਹੈ ਪਰ ਕਹਿੰਦੇ ਹਨੇਰਾ ਬਹੁਤ ਆ, ਦਮ ਘੁੱਟ ਰਿਹਾ ਮੇਰਾ। ਉਹਨਾਂ ਨੇ ਜਿਵੇਂ ਟੈਲੀਵਿਜ਼ਨ ਨੂੰ ਜੋੜ ਦਿੰਦੇ ਆ ਇਸ ਤਰ੍ਹਾਂ ਦੇ ਨਾਲ, ਆਪਣੀ ਦਰਗਾਹ ਦੇ ਚਾਨਣੇ ਨਾਲ ਜੋੜ ਦਿੱਤਾ। ਹੁਣ ਸਾਡੇ ਅੰਦਰ ਚਾਨਣਾ ਹੈ, ਰਾਤ ਮੈਂ ਪੜ੍ਹਿਆ ਸੀ, ਤਿੱਤ ਘੱਟ ਅੰਤਰ ਚਾਨਣਾ ਕਰ ਭਗਤ ਮਿਲੀ ਜਾ। ਇਹਦੇ ਵਿੱਚ ਦਾਖਲ ਹੋ ਕੇ ਰੂਹ ਇਹਦੇ ਵਿੱਚ, ਹੁਣ ਚਾਹੀਦਾ ਤਾਂ ਅਸੀਂ ਕੋਈ ਪਰਮੇਸ਼ਰ ਵੱਲ ਨੂੰ ਰੁੱਖ ਕਰਦੀ, ਪਰ ਦੂਜੇ ਪਾਸੇ ਕਰ ਲਿਆ। ਜਦ ਦੇਵ ਕੰਨ ਖੁੱਲ੍ਹਦੇ ਨੇ ਉਸ ਵੇਲੇ ਇਹਦੇ ਅੰਦਰ ਨਾਮ ਦੀਆਂ ਧੁਨੀਆਂ ਚੱਲ ਰਹੀਆਂ ਨੇ, ਕੀਰਤਨ ਹੋ ਰਿਹਾ ਬਹੁਤ। ਐਸੀ ਬਾਤ ਮੈਂ ਇਮੈਜਨਰੀ ਨਹੀਂ ਕਹਿੰਦਾ, ਇਹ ਜਿਹੜੇ ਵੱਡੇ ਵੱਡੇ ਮਹਾਂਪੁਰਸ਼ ਨੇ ਉਹਨਾਂ ਨੂੰ ਪਤਾ ਹੈ, ਇਸ ਗੱਲ ਦਾ ਅਨੁਭਵ ਹੈ ਕਿ ਇੰਨਾ ਉਹਦੇ ਇਹਦੇ ਅੰਦਰ ਹੈ ਇਹ ਕੀਰਤਨ, ਜਿਹਨੂੰ ਅਨਹਦ ਸ਼ਬਦ ਕਹਿੰਦੇ ਨੇ। ਅਨਹਦ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਹੈਗਾ ਸਿੰਪਲ, ਉਹ ਸਿੰਪਲ ਆ, ਉਹਨੂੰ ਪੰਜ ਸ਼ਬਦ ਕਹਿੰਦੇ ਨੇ। ਉਹ ਕੰਸੈਂਟਰੇਸ਼ਨ ਜਿਉਂ ਜਿਉਂ ਵਧੇਗੀ ਤਿਉਂ ਤਿਉਂ ਉਹ ਸ਼ਬਦ ਬਦਲਦੇ ਤੁਰੇ ਜਾਂਦੇ। ਡਿਨਾਈ ਨਹੀਂ ਅਸੀਂ ਕਰਦੇ ਵੀ ਹੈ ਨਹੀਂ, ਮਹਾਰਾਜ ਕਹਿੰਦੇ ਅਨਹਦ ਵੱਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਦੇ। ਇੱਕ ਉਹ ਹੈ ਜਿਸ ਵਕਤ ਬਹੁਤ ਉੱਚੀ ਸੁਰਤ ਚਲੀ ਜਾਂਦੀ ਹੈ, ਬਹੁਤ ਬਰੀਕ ਸਮਾਧੀ ਚਲੀ ਜਾਂਦੀ ਹੈ, ਕਿਉਂਕਿ ਆਪਾਂ ਨੂੰ ਤਜਰਬਾ ਨਹੀਂ ਹੈ, ਇਸ ਕਰਕੇ ਜੇ ਮੈਂ ਗੱਲ ਵੀ ਕਰਾਂ ਉਹ ਐਵੇਂ ਟਾਈਮ ਵੇਸਟ ਹੋਏਗਾ। ਜਿਹੜੇ ਇਸ ਗੱਲ ਦੇ ਵਿੱਚ ਪੈਂਦੇ ਨੇ ਉਹ ਸਮਾਧੀਆਂ ਦੀਆਂ ਸੱਤ ਹਾਲਤਾਂ ਨੂੰ ਜਾਣਦੇ ਨੇ ਵੀ ਪਹਿਲੀ ਸਮਾਧੀ ਕਿਹੜੀ ਹੁੰਦੀ ਹੈ, ਦੂਸਰੀ ਕਿਹੜੀ ਹੁੰਦੀ ਹੈ, ਤੀਸਰੀ ਕਿਹੜੀ ਹੁੰਦੀ ਹੈ। ਉਹ ਡਿਵੀਜ਼ਨ ਹੈ ਤਾਂ ਇੱਕੋ ਹੀ, ਲੇਕਿਨ ਡਿਵੀਜ਼ਨ ਕਰੀ ਹੋਈ ਹੈ। ਜਿਉਂ ਜਿਉਂ ਸੁਰਤ ਵੱਧਦੀ ਹੈ ਤਿੱਥੇ ਘੜੀਆ ਸੁਰਤ ਮਤਮਾਨ ਬੋਧ, ਤਿੱਥੇ ਘੜੀਆ ਸੁਰਾਂ ਸਿੱਧਾਂ ਕੀ ਸੁਧ, ਉਸ ਵੇਲੇ ਉਹ ਆਉਂਦੀ ਹੈ। ਉਹਦੇ ਵਿੱਚ ਜਿਉਂ ਜਿਉਂ ਅਸੀਂ ਡੀਪ ਜਾਂਦੇ ਹਾਂ ਤਿਉਂ ਤਿਉਂ ਸਾਨੂੰ ਇਹ ਅਨਹਦ ਸ਼ਬਦ ਜਿਹੜੇ ਨੇ ਇੰਨੇ ਹੋ ਜਾਂਦੇ ਨੇ ਕਿ ਆਦਮੀ ਝੂਮਦਾ ਬੈਠਾ ਇਸ ਤਰ੍ਹਾਂ। ਉਹ ਕਿਉਂ ਝੂਮਦਾ? ਕਿਉਂਕਿ ਉਹਦੇ ਅੰਦਰ ਕੁਛ ਹੋ ਰਿਹਾ, ਕੋਈ ਬਾਤ ਆ ਰਹੀ ਹੈ। ਸੋ ਇਸ ਤੋਂ ਬਾਅਦ ਰਸਨਾ ਦਿਵ ਕਿਹੜੀ ਹੈ? ਰਸਨਾ ਨੂੰ ਜਦ ਨਾਮ ਦਾ ਰਸ ਆਉਂਦਾ ਨਾ, ਉਸ ਵੇਲੇ ਸਾਰੇ ਹੀ ਰਸ ਫਿੱਕੇ ਪੈ ਜਾਂਦੇ ਨੇ।
ਕੋਈ ਰਸ ਵੀ ਦੁਨੀਆ ਦਾ ਉਹਦੇ ਮੁਕਾਬਲੇ 'ਤੇ ਨਹੀਂ। ਤਾਂ ਗੁਰੂ ਮਹਾਰਾਜ ਜੀ ਨੇ ਸਾਈਕੋਲੋਜੀ ਸਾਡੀ ਦੇਖਦੇ ਹੋਏ ਇਹ ਸਾਨੂੰ ਕੜਾ ਪ੍ਰਸ਼ਾਦ ਕਰ ਦਿੱਤਾ ਸੰਗ ਭੋਗ 'ਤੇ। ਰਿਓੜੀਆਂ ਨਹੀਂ ਕਰੀਆਂ, ਕੋਈ ਛੋਲੇ ਨਹੀਂ ਕਰੇ, ਕੋਈ ਹੋਰ ਨਹੀਂ ਕਰੇ, ਕਿਉਂਕਿ ਉਹ ਥੋੜ੍ਹਾ ਥੋੜ੍ਹਾ ਮਿਲਦਾ ਉਸ ਰਸ ਨਾਲ, ਉਹ ਰਸ ਜ਼ਾਇਰ ਨਹੀਂ ਹੁੰਦਾ, ਪ੍ਰਸ਼ਾਦ ਲੈ ਕੇ ਟਿਕ ਜਾਂਦਾ। ਇਸ ਤਰ੍ਹਾਂ ਸਾਰੇ ਇੰਦਰੇ ਨੇ ਨਾਸਕਾ ਦੇ ਵਿੱਚ ਜਿਸ ਵਕਤ ਇਹਨਾਂ ਵਸਦਾ ਜਾਂਦਾ ਉਸ ਵੇਲੇ ਇਹਨੂੰ ਕੁਦਰਤੀ ਸੁਗੰਧੀ ਆਉਂਦੀ ਹੈ, ਪਰਫਿਊਮ ਦੀ ਲੋੜ ਨਹੀਂ ਹੈ ਵੀ ਮੈਂ ਛਿੜਕਾਂ, ਆਪੇ ਸੁਗੰਧੀ ਆਈ ਜਾਂਦੀ ਹੈ। ਹੈਰਾਨ ਹੁੰਦਾ ਪਹਿਲਾਂ ਵੀ ਇਹ ਸੁਗੰਧੀ ਕਿੱਥੋਂ ਆਉਣੀ ਮੇਰੀ ਸ਼ੁਰੂ ਹੋ ਗਈ, ਫਿਰ ਪਤਾ ਲੱਗਦਾ ਵੀ ਇਹ ਤਾਂ ਮੇਰੇ ਅੰਦਰੋਂ ਹੀ ਆਉਂਦਾ। ਮੈਂ ਬੇਨਤੀ ਇਹ ਕਰਦਾ ਸੀ ਇਹ ਦਰਵਾਜ਼ੇ ਬਾਹਰ ਨੂੰ ਖੋਲ੍ਹਣ ਦਾ ਤਾਂ ਸਾਨੂੰ ਪਤਾ, ਅੰਦਰ ਨੂੰ ਖੋਲ੍ਹਣ ਦਾ ਨਹੀਂ ਪਤਾ, ਲੇਕਿਨ ਇੱਕ ਇਹਦੇ 'ਚ ਦਰਵਾਜ਼ਾ ਇਹੋ ਜਿਹਾ ਜਿਹੜਾ ਜਿਹਨੂੰ ਅਸੀਂ ਜਾਣਦੇ ਤੱਕ ਨਹੀਂ, ਸਾਨੂੰ ਕੋਈ ਨਹੀਂ ਪਤਾ ਵੀ ਇੱਕ ਦਰਵਾਜ਼ਾ ਹੋਰ ਵੀ ਹੈ। ਮਹਾਰਾਜ ਕਹਿੰਦੇ ਉਹ ਤੇਰੇ ਅੰਦਰ ਹੈ, ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ। ਉਹੀ ਮੇਨ ਦਰਵਾਜ਼ਾ ਹੈ ਇਹਦੇ ਵਿੱਚ ਜਿਹੜਾ ਗੁਪਤ ਹੋਇਆ ਹੋਇਆ, ਲੇਕਿਨ ਉਹਦੇ ਉੱਤੇ ਬੱਜਰ ਕਪਾਟ ਜੜੇ ਹੋਏ ਨੇ। ਹੁਣ ਬੱਜਰ ਕਪਾਟ ਬੱਜਰ ਪੱਥਰ ਨੂੰ ਕਹਿੰਦੇ ਨੇ ਵੀ ਅੰਦਰ ਸਾਡੇ ਪੱਥਰ ਕਿੱਥੋਂ ਆ ਗਿਆ, ਹੱਡੀ ਦਾ ਮਹਾਰਾਜ ਕਹਿੰਦੇ ਫਿਰ ਵੀ ਅਸੀਂ ਸਮਝ ਜਾਂਦੇ। ਮਹਾਰਾਜ ਕਹਿੰਦੇ ਐਸੇ ਕਪਾਟ ਨੇ ਨਾ ਆਸਾ ਅਤੇ ਅੰਦੇਸ਼ਾ ਦੇ, ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸ ਅੰਦੇਸ਼ਾ ਪੱਟ ਜੜੇ। ਆਸਾ ਅਤੇ ਅੰਦੇਸ਼ਾ ਦੇ ਇਹਦੇ ਅੰਦਰ ਐਸੇ ਮਜ਼ਬੂਤ ਦਰਵਾਜ਼ੇ ਨੇ ਜਿਹਨਾਂ ਨੂੰ ਕ੍ਰੋਸ ਕਰਨਾ ਮੁਸ਼ਕਲ ਹੈ। ਜਦੋਂ ਉਹਨਾਂ ਨੂੰ ਅਸੀਂ ਕ੍ਰੋਸ ਕਰ ਲਿਆ ਫਿਰ ਸਾਡੀ ਸੁਰਤ ਬਰੀਕੀ ਚਲੇ ਗਈ, ਉੱਥੇ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜਾ, ਜਿਹੜਾ ਸ਼ਬਦ ਪੰਜ ਪਿਆਰੇ ਨੇ ਦਿੱਤਾ ਨਾ ਉਹ ਧੁਨੀ 'ਚ ਕਨਵਰਟ ਹੋ ਜਾਂਦਾ। ਪਹਿਲਾਂ ਤਾਂ ਅਸੀਂ ਵਾਹਿਗੁਰੂ 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 ਕਰਦੇ ਹਾਂ, ਉਹ ਕਰਦੇ ਕਰਦੇ ਹੌਲੀ ਹੌਲੀ ਅਵਸਥਾਵਾਂ ਨੇ। ਜੇ ਮੈਨੂੰ ਟਾਈਮ ਮਿਲਿਆ ਮੈਂ ਗੱਲ ਕਰੂੰਗਾ। ਅਤੇ ਉਹਦੇ ਨਾਲ ਜਿਸ ਵਕਤ ਅੰਦਰ ਧੁਨੀ ਬਣ ਜਾਂਦੀ ਹੈ, ਧੁਨ ਬਣਦੀ ਹੈ, ਮਹਾਰਾਜ ਕਹਿੰਦੇ ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਥ ਖਾਣ, ਉਹ ਧੁਨ ਚੱਲਦੀ ਆ ਅੰਦਰ, ਉਹਦੇ ਵਿੱਚ ਕੰਸੈਂਟਰੇਸ਼ਨ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਜਦ ਖੁੱਲ੍ਹਦਾ ਅੰਦਰਲਾ ਦਰਵਾਜ਼ਾ ਖੁੱਲ੍ਹਦਾ, ਉਹ ਬਗੈਰ ਗੁਰੂ ਦੀ ਮਿਹਰ ਤੋਂ ਨਹੀਂ ਖੁੱਲ੍ਹਦਾ। ਕੋਈ ਬੰਦਾ ਹੱਠ ਗੱਲ, ਹੁਣੇ ਗਿਆਨੀ ਜੀ ਬੋਲ ਰਹੇ ਸੀ ਜਦ ਮੈਂ ਆ ਕੇ ਮੱਥਾ ਟੇਕਿਆ ਕਿ ਹੱਠ ਦੇ ਨਾਲ ਕਿਸੇ ਨੇ ਨਹੀਂ ਪਾਇਆ, ਮਨ ਹੱਠ ਕਿਹਨੇ ਨਾ ਪਾਇਆ, ਵਿਚਾਰ ਕਰਕੇ ਦੇਖ ਲਓ। ਕਹਿੰਦੇ ਹੱਠ ਦੇ ਨਾਲ, ਧੱਕੇ ਨਾਲ ਜੇ ਕੋਈ ਕਹੇ ਨਾ ਵੀ ਮੈਂ ਇੱਧਰ ਨੂੰ ਚਲਿਆ ਜਾਵਾਂਗਾ, ਨਹੀਂ ਜਾ ਸਕਦਾ ਹੱਠ ਦੇ ਨਾਲ। ਇਹਦੇ ਵਾਸਤੇ ਲੋੜ ਕਿਹਦੀ ਹੈ, ਇਹਦੇ ਵਾਸਤੇ ਸਮਰੱਥ ਸਤਿਗੁਰੂ ਦੀ ਲੋੜ ਹੈ। ਉਹਦੇ ਦੁਆਰੇ 'ਤੇ ਭਾਵਨਾ ਲੱਗ ਜਾਵੇ ਸਾਡੀ, 100% ਵਿਸ਼ਵਾਸ ਆ ਜਾਵੇ। ਉਹਦੇ ਇਫਜ਼ਾਨੇ 'ਚ ਕੀ ਹੁੰਦਾ, ਕਹਿੰਦੇ ਉਹਨਾਂ ਨੂੰ ਦਸਵਾਂ ਦੁਆਰ ਖੁੱਲ੍ਹ ਜਾਇਆ ਕਰਦਾ, ਗੁਰਦੁਆਰੇ ਲਾਏ ਭਾਵ ਨਹੀਂ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਉੱਥੇ ਸੁਣਵਾਉਣ, ਕਹਿੰਦੇ ਨਹੀਂ ਉੱਥੇ ਇੰਨਾ ਕੁਛ ਹੈ ਕਿ ਉਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ, ਬੇਅੰਤ ਵਿੱਚ ਦਾਖਲ ਹੋ ਜਾਂਦਾ, ਇਨਫਿਨਿਟੀ 'ਚ ਦਾਖਲ ਹੋ ਜਾਂਦਾ ਸੁਰਤ ਸਾਡੀ, ਜਿਹੜੀ ਇਹ ਬੇਅੰਤ ਦੇ ਵਿੱਚ ਦਾਖਲ ਹੋ ਜਾਂਦੀ। ਸੋ ਉਹ ਦਰਵਾਜ਼ਾ ਖੋਲ੍ਹਣ ਵਾਸਤੇ ਹੱਠ ਦੀ ਲੋੜ ਨਹੀਂ। ਇਹਨਾਂ ਨੇ ਬੜਾ ਚੰਗਾ ਸਮਝਾਇਆ ਬਾਣੀ ਦੇ ਤਰੀਕੇ ਨਾਲ ਵੀ ਜ਼ੋਰ ਲਾ ਲਓ, ਬਥੇਰੇ ਨੇ ਜ਼ੋਰ ਲਾਏ ਲੇਕਿਨ ਹੁੰਦਾ। ਸੋ ਮੈਂ ਬੇਨਤੀ ਕਰਦਾ ਸੀ ਕਿ ਸਾਡੀ ਉਮਰ ਜਿਹੜੀ ਹੈ ਨਾ ਇਸ ਪਾਸੇ ਨੂੰ ਤਾਂ ਜਾ ਨਹੀਂ ਰਹੀ, ਬਾਹਰਲੇ ਬਾਹਰਲੇ ਪਾਸੇ ਅਸੀਂ ਜਾ ਰਹੇ, ਸਾਡਾ ਧਰਮ ਵੀ ਬਾਹਰ ਬਾਹਰ,
ਸਾਡੇ ਪਾਠ ਵੀ ਬਾਹਰ ਬਾਹਰ, ਅਸੀਂ ਪੜ੍ਹਦੇ ਹਾਂ ਉਹ ਵੀ ਬਾਹਰ ਬਾਹਰ, ਉਹ ਅੰਦਰ ਨਹੀਂ ਬਾਹਰ ਜਾਂਦੀ, ਲੇਖੇ 'ਚ ਨਹੀਂ ਪੈ ਰਹੀ। ਉਹ ਕਹਿੰਦੇ ਨੇ ਉਮਰ ਵਹਾ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ, ਸਾਡੀ ਕਿੰਨੀ ਪੈਂਦੀ ਹੈ। ਚਲੋ ਮੰਨ ਲਓ ਇੱਕ ਬੱਚੇ ਨੂੰ 18 ਸਾਲ ਦੇ ਨੂੰ ਸਮਝ ਆ ਗਈ, 20 ਸਾਲ ਦੇ ਨੂੰ ਸਮਝ ਆ ਗਈ, 75 ਵਿੱਚੋਂ 20 ਕੱਢਤੇ, 55 ਸਾਲ ਰਹਿ ਗਏ ਸਾਡੇ। ਉਹਨੇ ਕਿਹਾ ਮੈਂ ਰੋਜ਼ ਨਿਤਨੇਮ ਨਾਲ ਨਾਮ ਜਪੂੰ, ਨਿਤਨੇਮ ਨਾਲ ਪਰਮੇਸ਼ੁਰ ਦੇ ਦਰ ਲੱਗੂ। ਹੁਣ ਇਹਦੇ 'ਚ ਭੇਦ ਬੜਾ ਸਾਧ ਸੰਗਤ ਜੀ, ਵੀ ਅਸੀਂ ਕਹਿੰਦੇ 2.5 ਘੰਟੇ ਭਜਨ ਕਰੋ, ਉਹ 2.5 ਘੰਟੇ ਨਹੀਂ ਮੁਜਰੇ ਪੈਂਦੇ। ਜਿਹੜਾ ਮਨ ਉਡਾਰੀਆਂ ਮਾਰਦਾ ਉਹ ਲੇਖੇ 'ਚ ਨਹੀਂ ਪੈਂਦੀ ਹੁੰਦੀ। ਗੁਰੂ ਨਾਨਕ ਪਾਤਸ਼ਾਹ ਜਿਸ ਵਕਤ ਬੈਂ ਨਾਲ ਨਦੀ 'ਚੋਂ ਚੁੱਭੀ ਮਾਰ ਕੇ ਬਾਹਰ ਆਏ, ਉਸ ਵੇਲੇ ਨਵਾਬ ਦੌਲਤ ਖਾਨ ਨੇ ਬਹੁਤ ਸਾਰੇ ਭਜਨ ਮਹਾਰਾਜ ਨੇ ਕਰੇ। ਮਹਾਰਾਜ ਨੇ ਸਮਝਾਇਆ ਵੀ ਇਸਲਾਮ ਕੀ ਹੈ। ਉਹਨੇ ਸਮਝਿਆ ਵੀ ਇਹ ਸਾਰੇ ਧਰਮਾਂ ਦੇ ਸਾਂਝੇ ਨੇ, ਇਹ ਯੂਨੀਵਰਸਲ ਮੈਨ। ਕਹਿਣ ਲੱਗੇ ਹੇ ਨਾਨਕ, ਨਮਾਜ਼ ਬਾਰੇ ਤੁਹਾਡਾ ਕਹਿੰਦੇ ਦੁਆ ਹੈ ਪਰਮੇਸ਼ਰ ਦੀ ਨਮਾਜ਼? ਕਹਿੰਦੇ ਫਿਰ ਅੱਜ ਜਮਾਂ ਰਾਤ ਦਾ ਹੈ, ਸਾਡੇ ਨਾਲ ਨਮਾਜ਼ ਪੜ੍ਹੋ। ਮਹਾਰਾਜ ਕਹਿਣ ਲੱਗੇ ਚਲੋ ਚੱਲਾਂਗੇ। ਉੱਥੇ ਚਲੇ ਜਾਂਦੇ, ਸ਼ਹਿਰ 'ਚ ਰੌਲਾ ਪੈ ਗਿਆ। ਬੇਬੇ ਨਾਨਕੀ ਨੂੰ ਵਾਰ ਵਾਰ ਆ ਕੇ ਕਹੀ ਜਾਂਦੇ ਨੇ, ਉਹ ਕਹਿੰਦੇ ਨਹੀਂ ਉਹ ਤਾਂ ਤੁਸੀਂ ਫਿਕਰ ਨਾ ਕਰੋ, ਕੋਈ ਕੌਤਕ ਹੈ। ਉਹ ਜਦੋਂ ਨਮਾਜ਼ ਸ਼ੁਰੂ ਹੋਈ, ਉਸ ਵੇਲੇ ਜਿਸ ਵਕਤ ਕਲਮਾ ਸ਼ੁਰੂ ਹੋਇਆ ਨਾ, ਪਹਿਲਾਂ ਹੀ ਇਲਾ ਕਿਹਾ, ਅਜੇ ਲਾ ਇਲਾ ਕਹਿਣਾ ਸੀ। ਉਹ ਮਹਾਰਾਜ ਇੱਕ ਪਾਸੇ ਹੋ ਗਏ, ਹੁਣ ਨਮਾਜ਼ ਸ਼ੁਰੂ ਹੋ ਗਈ ਮੁਸਲਮਾਨਾਂ ਦੇ, ਅਤੇ ਸਾਡਾ ਨਾ ਬਹੁਤ ਫਰਕ ਹੈ, ਸਾਨੂੰ ਬਹੁਤ ਸੀਰੀਅਸਲੀ ਸੋਚਣਾ ਪੈਣਾ। ਅਸੀਂ ਜਪਜੀ ਸਾਹਿਬ ਪੜ੍ਹਦੇ, ਸੁਖਮਨੀ ਸਾਹਿਬ ਪੜ੍ਹਦੇ, ਵਿੱਚੇ ਗੱਲਾਂ ਕਰੀ ਜਾਂਦੇ ਹਾਂ, ਵਿੱਚੇ ਇੱਧਰਲਾ ਗੱਲ ਕਰ ਰਿਹਾ, ਉੱਠ ਕੇ ਅਤੇ ਅੱਖਾਂ ਫੇਰ ਰਿਹਾ। ਇਹ ਇੱਕ ਫਿਊਟਾਈਲ ਐਕਸਰਸਾਈਜ਼ ਹੈ, ਕਿਸੇ ਲੇਖੇ 'ਚ ਪੈਣ ਵਾਲੀ ਨਹੀਂ ਹੈ। ਐਵੇਂ ਸੁਭਾਅ ਪਿਆ ਹੋਇਆ ਸਾਨੂੰ। ਉਹਨਾਂ ਵਿੱਚ ਇਹ ਹੈ ਕਿ ਚਾਹੇ ਉਹਨਾਂ ਦਾ ਮਨ ਟਿਕੇ ਚਾਹੇ ਨਾ ਟਿਕੇ, ਇੱਕ ਵਾਰੀ ਨਮਾਜ਼ ਸ਼ੁਰੂ ਹੋ ਜਾਵੇ ਫਿਰ ਨਹੀਂ ਉਹ ਬੋਲਦੇ। ਉਹਨੂੰ ਫਿਰ ਉਹ ਕਦਾ ਕਹਿੰਦੇ ਨੇ, ਨਮਾਜ਼ ਕਦਾ ਹੋ ਗਈ। ਸਾਡਾ ਪਾਠ ਕਦੇ ਵੀ ਕਦਾ ਖੰਡਿਤ ਨਹੀਂ ਹੁੰਦਾ, ਸਿਰਫ ਉਹ ਅਖੰਡ ਪਾਠ ਜਦੋਂ ਹੁੰਦਾ ਉਸ ਵੇਲੇ ਅਸੀਂ ਮੰਨਦੇ ਹਾਂ ਵੀ ਇਹ ਅਖੰਡ ਪਾਠ ਹੈ, ਖੰਡਿਤ ਹੋਣ ਵਾਲਾ ਨਹੀਂ ਹੈ, ਇਹਦੇ ਵਿੱਚ ਅਸੀਂ ਬੋਲਦੇ ਨਹੀਂ। ਹੁਣ ਉਹਨਾਂ ਨੇ ਬੋਲਣਾ ਤਾਂ ਹੈ ਨਹੀਂ ਸੀ, ਮਹਾਰਾਜ ਪਾਸੇ ਹੋ ਗਏ। ਉਹ ਤੋਂ ਬਾਅਦ ਜਦੋਂ ਨਮਾਜ਼ ਪੜ੍ਹੀ ਗਈ ਤਾਂ ਕਾਜ਼ੀ ਨੇ ਕਿਹਾ ਕਿ ਦੇਖੋ ਨਵਾਬ ਸਾਹਿਬ, ਕਿੰਨੀ ਦੁਨੀਆ ਦੇਖ ਰਹੀ ਹੈ ਬਾਹਰ ਕੰਧਾਂ ਤੋਂ ਵੀ ਨਾਨਕ ਨੇ ਨਮਾਜ਼ ਪੜ੍ਹਨੀ ਹੈ, ਪਰ ਇਹਨੇ ਨਮਾਜ਼ ਨਹੀਂ ਪੜ੍ਹੀ, ਇੱਕ ਸਾਡੇ ਨਾਲ ਅੱਛੀ ਬਾਤ ਨਹੀਂ ਕਰੀ। ਨਵਾਬ ਨੇ ਕਿਹਾ ਦੌਲਤ ਖਾਨ ਨੇ, ਹੇ ਨਾਨਕ, ਤੁਸੀਂ ਨਮਾਜ਼ ਪੜ੍ਹਨ ਆਏ ਸੀ ਅਤੇ ਸਾਡੇ ਨਾਲ ਪੜ੍ਹੀ ਕਿਉਂ ਨਹੀਂ? ਮਹਾਰਾਜ ਕਹਿੰਦੇ ਮੈਂ ਤਾਂ ਪੜ੍ਹੀ ਆ, ਤੁਸੀਂ ਨਹੀਂ ਕਿਸੇ ਨੇ ਪੜ੍ਹੀ, ਤੁਹਾਡੇ ਨਾਲ ਮੈਂ ਕਿਹਦੇ ਨਾਲ ਪੜ੍ਹਦਾ, ਗੱਲ ਕਰੋ। ਨਵਾਬ ਕਹਿੰਦਾ ਮੇਰੇ ਨਾਲ। ਮਹਾਰਾਜ ਕਹਿੰਦੇ ਤੂੰ ਤਾਂ ਕਾਬਲ ਕਨਾਰ ਦੇ ਵਿੱਚ ਘੋੜੇ ਖਰੀਦਦਾ ਸੀ, ਉਹ ਤੇਰਾ ਉੱਥੇ ਗਿਆ ਹੋਇਆ ਇੱਕ ਨੁਮਾਇੰਦੇ ਤੇਰੇ, ਉਹਨਾਂ ਨੂੰ ਦੱਸ ਰਿਹਾ ਸੀ ਕਿ ਬੇ ਘੋੜੇ ਇੰਨੇ ਲੈਣੇ ਆ, ਸੁਰੰਗ ਇੰਨੇ ਲੈਣੇ ਆ, ਬੈਲਰ ਇੰਨੇ ਲੈਣੇ ਆ, ਤੋਪਾਂ ਖਿੱਚਣ ਵਾਲੇ ਇੰਨੇ ਲੈਣੇ ਨੇ, ਸਵਾਰੀ ਵਾਲੇ ਇੰਨੇ ਲੈਣੇ। ਤੂੰ ਤਾਂ ਪੁਆਇੰਟਰ ਨਾਲ ਪੁਆਇੰਟ ਕਰ ਰਿਹਾ ਸੀ ਇਕੱਲੇ ਇਕੱਲੇ ਘੋੜੇ ਨੂੰ, ਹੁਣ ਵਾਪਸ ਆਇਆ ਤੂੰ, ਤੇਰੇ ਨਾਲ ਨਮਾਜ਼ ਪੜ੍ਹਦਾ ਕਿ ਤੇਰੇ ਨਾਲ ਘੋੜਿਆਂ ਨੂੰ ਮੈਂ ਦੇਖਦਾ ਵੀ ਕਿਹੜੇ ਕਿਹੜੇ ਛਾਂਟ ਰਿਹਾ। ਨਵਾਬ ਨੇ ਉਸੇ ਵੇਲੇ ਉਂਗਲੀ ਮੂੰਹ 'ਚ ਲੈ ਕੇ ਕਹਿਣ ਲੱਗਾ, ਸੁਭਾਨ ਅੱਲਾ ਸੁਭਾਨ ਅੱਲਾ।
ਨਾਨਕ ਜਿਹੜੇ ਹੈ ਇਹ ਅਸੀਂ ਨਹੀਂ ਸਮਝ ਸਕੇ, ਇਹ ਤਾਂ ਪੂਰਨ ਮਹਾਂਪੁਰਸ਼ ਹੈ। ਕਾਜੀ ਕਹਿਣ ਲੱਗਿਆ ਵੀ ਇਹ ਉੱਥੇ ਦੇਖਦੇ ਨੇ, ਮੈਨੂੰ ਤਾਂ ਦੇਖਿਆ ਨਹੀਂ। ਕਹਿਣ ਲੱਗਾ ਫਿਰ ਮੇਰੇ ਨਾਲ ਪੜ੍ਹ ਲੈਂਦੇ। ਕਹਿੰਦੇ ਤੂੰ ਤਾਂ ਬਛੇਰੀ ਮੋੜੀ ਗਿਆ ਖੂਹੀ 'ਤੇ ਖੜ੍ਹਾ, ਤੇਰੇ ਨਾਲ ਮੈਂ ਕਿਵੇਂ ਬਾਰਾ। ਕਹਿੰਦੇ ਤੁਹਾਡੇ ਸਾਰੇ ਜਿੰਨੇ ਵੀ ਬੰਦੇ ਇੱਥੇ ਹੈ ਨਾ, ਇੱਕ ਵੀ ਨਮਾਜ਼ੀ ਜੇ ਨਮਾਜ਼ ਪੜ੍ਹਨ ਤਾਂ ਮੈਂ ਪੜ੍ਹ ਲੈਣੀ ਸੀ ਉਹਦੇ ਨਾਲ। ਹੁਣ ਇਹ 2-2 ਹਜ਼ਾਰ ਬੰਦਾ ਵੱਡੀ ਮਸਜਿਦ ਹੈ। ਉਸ ਵੇਲੇ ਨਵਾਬ ਨੇ ਕਿਹਾ ਵੀ ਹੇ ਨਾਨਕ ਤੇਰੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਪੜ੍ਹੀ ਨਹੀਂ ਗਈ ਨਮਾਜ਼। ਇੱਕ ਵਾਰੀ ਐਸੀ ਗੱਲ ਆਉਂਦੀ ਹੈ ਕਿ ਇੱਕ ਕਾਫਲਾ ਸੀ, 200 ਬੰਦਾ ਸੀ, ਉਹਦਾ ਨਮਾਜ਼ ਦਾ ਟਾਈਮ ਹੋ ਗਿਆ। ਇਹ ਇਸਲਾਮ ਵਾਲਿਆਂ 'ਚ ਵੀ ਨਮਾਜ਼ ਦਾ ਟਾਈਮ ਨਹੀਂ, ਗਵਾਉਂਦੇ ਅਸੀਂ ਗਵਾ ਦਿੰਦੇ ਹਾਂ ਪਾਠ ਦਾ ਟਾਈਮ। ਕਦੇ ਅਸੀਂ ਹੱਥ ਨਹੀਂ ਕਰਨ ਲੱਗ ਜਾਂ ਕਿ ਨਿਤਨੇਮ ਰਹਿ ਗਿਆ ਜੀ ਮੈਂ ਕਰਨਾ, ਇਹ ਨਹੀਂ ਗਵਾਉਂਦੇ। ਕਿੰਨਾ ਹੀ ਕੰਮ ਹੋਵੇ ਸਾਡੇ ਨਾਲ ਹੁੰਦੇ, ਨਾਲ ਜਾਂਦੇ ਜਾਂਦੇ ਨੇ ਕਿਹੜਾ ਜੀ ਗੱਡੀ ਰੋਕੋ, ਰੋਕ ਲਓ ਥੋੜ੍ਹੀ ਦੇਰ, ਨਮਾਜ਼ ਦਾ ਟਾਈਮ ਹੋ ਗਿਆ। ਉਹਨਾਂ ਖੇਤਾਂ ਪਾਸੇ ਨੂੰ ਹੱਟਣਾ ਸੜਕ 'ਤੇ, ਉੱਥੇ ਕੱਪੜਾ ਵਿਛਾ ਕੇ ਨਮਾਜ਼ ਪੜ੍ਹ ਲੈ। ਸਾਡੇ ਮਨ 'ਚ ਬੜਾ ਹੋਣਾ ਵੀ ਕਿੰਨੇ ਪਾਰਟੀਕਲ ਨੇ ਇਹ ਨਮਾਜ਼ ਪੜ੍ਹਨ ਦੇ, ਅਸੀਂ ਨਹੀਂ ਹਾਂ ਇਹਨਾਂ ਦੇ ਮੁਕਾਬਲੇ 'ਚ। ਉਹ ਨਮਾਜ਼ ਪੜ੍ਹਨ ਲੱਗ ਗਿਆ ਕਾਫਲਾ। ਈਰਾਨ ਦੇ ਵਿੱਚ ਇੱਕ ਬੀਬੀ ਸੀ, ਸਾਰੇ ਜਾਣਦੇ ਆ, ਲੈਲਾ ਸੀ ਉਹਦਾ ਨਾਮ। ਉਹ ਮਜਨੂੰ ਨੂੰ ਬਾਹਰ ਕੱਢਤਾ, ਉਹਦੀ ਧੁੰਨ ਦੇ ਵਿੱਚ ਤੁਰੀ ਫਿਰਦੀ ਹੈ, ਉਹ ਕਾਫਲੇ ਦੇ ਅੱਗੇ ਦੀ ਲੰਘ ਗਈ। ਇਹ ਪੜ੍ਹਦਾ ਸੀ ਨਮਾਜ਼, ਉਹ ਨਮਾਜ਼ ਜਦ ਪੜ੍ਹ ਹਟੇ, ਦੌੜ ਕੇ ਘੇਰ ਲਿਆ। ਸਰਦਾਰ ਨੇ ਕਿਹਾ ਉਹ ਲੜਕੀ ਨੂੰ ਲਿਆਓ। ਕਾਜੀ ਦੇ ਨਾਲਿਸ਼ ਕਰਤੀ, ਮੁਕੱਦਮਾ ਦਰਜ ਕਰਤਾ ਕਿ ਕਾਜੀ ਸਾਹਿਬ ਇਹ ਲੜਕੀ ਨੇ ਸਾਡੀ ਨਮਾਜ਼ ਕਜ਼ਾ ਕਰਤੀ, ਮੂਹਰੇ ਦੀ ਲੰਘੀ ਹੈ। ਉਹਦਾ ਬਿਆਨ ਹੋਣ ਲੱਗੇ, ਉਹ ਕਹਿਣ ਲੱਗੀ ਕਾਜੀ ਸਾਹਿਬ ਮੈਂ ਰੱਬ ਨੂੰ ਪਿਆਰ ਨਹੀਂ ਕਰਦੀ, ਇਹ ਰੱਬ ਨੂੰ ਪਿਆਰ ਕਰਦੇ ਨੇ। ਮੈਂ ਇੱਕ ਬੰਦੇ ਨੂੰ ਜਿਹੜਾ ਖਾਕੀ ਹੈ, ਜਿਹਨੇ ਨਾਲ ਨਹੀਂ ਦਰਗਾਹ 'ਚ ਨਿਭਣਾ, ਉਹਨੂੰ ਪਿਆਰ ਕਰਦੀ। ਮੇਰਾ ਪਿਆਰ ਜਿਹੜਾ ਮਿਜਾਜ਼ੀ ਹੈ, ਇਹਨਾਂ ਦਾ ਹਕੀਕੀ ਹੈ। ਮੇਰੇ ਜਿਹਨੂੰ ਮੈਂ ਪਿਆਰ ਕਰਦੀ ਹਾਂ, ਉਹ ਨਹੀਂ ਜਾਣਦਾ ਕਿ ਮੈਂ ਮੇਰੇ ਮਨ ਵਿੱਚ ਕੀ ਹੈ। ਇਹ ਜਿਹਨੂੰ ਕਰਦੇ ਨੇ ਉਹ ਸਾਰੀਆਂ ਗੱਲਾਂ ਜਾਣਦਾ ਵੀ ਇਹਦੇ ਮਨ ਵਿੱਚ ਕੀ ਹੈ, ਇਹਦੇ ਮਨ 'ਚ ਕੀ ਹੈ, ਉਹ ਅੱਲਾਹ ਤਾਲਾ ਹੈ। ਅਤੇ ਮੈਨੂੰ ਇੱਕ ਗੱਲ ਦਾ ਨਹੀਂ ਪਤਾ ਲੱਗਦਾ ਵੀ ਮੈਂ ਇਹਨਾਂ ਦੇ ਅੱਗੇ ਦੀ ਲੰਘੀ ਆ, ਮੈਨੂੰ ਤਾਂ ਪਤਾ ਹੀ ਨਹੀਂ ਵੀ ਕਿੱਥੇ ਨਮਾਜ਼ ਪੜ੍ਹ ਰਿਹਾ, ਕੌਣ ਪੜ੍ਹਦਾ। ਮੈਂ ਇੰਨੀ ਤਾਂ ਨਹੀਂ ਅਣਜਾਣ, ਮੈਂ ਪਿੱਛੇ ਦੀ ਹੋ ਕੇ ਲੰਘ ਜਾਂਦੀ ਜੇ ਮੈਨੂੰ ਪਤਾ ਲੱਗ ਜਾਂਦਾ। ਪਰ ਸਵਾਲ ਇਹ ਹੈ ਕਿ ਇਹਨਾਂ ਨੂੰ ਪੁੱਛੋ, ਇਹ ਰੱਬ ਦੀ ਹਾਜ਼ਰੀ ਵਿੱਚ ਹੁੰਦੇ ਹੋਏ ਮੈਨੂੰ ਕਿਵੇਂ ਦੇਖ ਲਿਆ ਵੀ ਮੈਂ ਤੁਰੀ ਜਾਂਦੀ ਹਾਂ। ਉਹ ਕਾਜੀ ਨੇ ਕਿਹਾ ਵੀ ਠੀਕ ਹੈ, ਬਿਲਕੁਲ ਇਹਦੀ ਗੱਲ। ਇਹ ਚੀਜ਼ਾਂ ਨੇ ਛੋਟੀਆਂ ਛੋਟੀਆਂ, ਜਿਹਦੇ ਨਾਲ ਸਾਨੂੰ ਨਾ ਸਬਕ ਲੈਣਾ ਚਾਹੀਦਾ ਵੀ ਸਾਡੀ ਜਿਹੜੀ ਪੂਜਾ ਪਾਠ ਹੈ ਉਹ ਜੇ ਤਾਂ ਹੁੰਦੀ ਹੈ ਇਕਾਗਰ ਚਿੱਤ ਨਾਲ, ਤਾਂ ਪੈਂਦੀ ਹੈ ਲੇਖੇ 'ਚ। ਚਲੋ ਕੋਈ ਮੰਨ ਲਓ ਵੀ 2.5 ਘੰਟੇ ਉਹਦਾ ਮਨ ਨਹੀਂ ਦੌੜਦਾ ਕਿਸੇ ਪਾਸੇ, ਵੀ ਸਿਮਰਨ ਵੀ ਕਰਦਾ, ਬਾਣੀ ਵੀ ਪੜ੍ਹਦਾ, ਕਿਤੇ ਨਹੀਂ ਮਨ ਦੌੜਦਾ, ਉਹਦੇ 2.5 ਘੰਟੇ ਲੇਖੇ 'ਚ ਪੈ ਗਏ। ਹੁਣ 55 ਸਾਲ ਤਾਂ ਉਹਦੇ ਕੋਲ ਉਮਰ ਬਚਦੀ ਹੈ, ਅਤੇ ਆਖਰੀ ਦਮ ਥਾਈ ਕੋਈ ਬਗੈਰ ਵਿਘਨ ਅਤੇ 2.5 ਘੰਟੇ ਉਹਦੇ ਪੈ ਗਏ। ਹੁਣ ਉਮਰ ਕਿੰਨੀ ਬਣਨੀ ਹੈ ਉਹਦੀ? ਉਹਦੀ ਉਮਰ ਬਣਨੀ ਹੈ 5 ਸਾਲ ਕੁਛ ਮਹੀਨੇ। ਬਾਕੀ ਸਾਡੀ 49 ਸਾਲ ਉਮਰ ਕਿੱਥੇ ਗਈ? ਉਹ ਤਾਂ ਲੇਖੇ 'ਚ ਪਈ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਬੇਨਤੀ ਕਰਦੇ ਹਾਂ ਵੀ ਹੇ ਪ੍ਰਭੂ ਤੂੰ ਕਿਰਪਾ ਕਰ, ਸਾਡਾ ਸਮਾਂ ਲੇਖੇ ਵਿੱਚ ਲਾ ਲੈ। ਅਤੇ ਅਸੀਂ ਪਰਮੇਸ਼ੁਰ ਨੂੰ ਮਿਲਣ ਵਾਸਤੇ ਆਏ ਹਾਂ,
ਸਾਡਾ ਤਾਂ ਲੱਗਦਾ ਹੀ ਨਹੀਂ, ਤੁਸੀਂ ਲਿਖ ਕੇ ਦੇਖ ਲਓ, ਕਰਕੇ ਦੇਖ ਲਓ। ਮੈਂ ਆਪਣੇ ਸਿੰਘ ਜਿਹੜੇ ਸਾਨੂੰ ਕਹਿੰਦੇ ਨੇ, ਮੈਂ ਕਿਹਾ ਤੁਸੀਂ ਕਾਪੀ ਰੱਖੋ, ਸਾਰੇ ਫੁਰਨੇ ਲਿਖੀ ਜਾਂਦੇ ਸੰਕੋਚ ਹੋ ਕੇ। ਮੈਨੂੰ ਦਿਖਾ ਦਿਓ, ਮੈਂ ਸਾਈਕੋਲੋਜੀਕਲੀ ਦੱਸ ਦੂੰ ਤੁਹਾਨੂੰ ਵੀ ਤੁਹਾਡੀ ਬਿਰਤੀ ਇਸ ਪਾਸੇ ਨੂੰ ਟ੍ਰੈਂਡ ਜ਼ਿਆਦਾ ਹੈ, ਇਹਨੂੰ ਰੋਕੋ। ਅਸੀਂ ਵਾਚ ਨਹੀਂ ਕਰਦੇ, ਮਨ ਦੇ ਕਿਰਦਾਰ ਨੂੰ ਨਹੀਂ ਦੇਖਦੇ, ਮਨ ਦੇ ਉੱਤੇ ਨਿਯੰਤਰਣ ਨਹੀਂ ਰੱਖਦੇ ਵੀ ਇਸ ਵੇਲੇ ਈਰਖਾ ਦੀ ਗੱਲ ਕਰ ਰਿਹਾ, ਹੁੰਦਾ ਪਾਠ ਹੈ, ਕਿਸੇ ਨਾਲ ਬੈਰ ਹੈ, ਮੁਕੱਦਮਾ ਹੈ, ਉਹਦੇ ਵਿੱਚ ਤੁਰਿਆ ਫਿਰਦਾ। ਭਜਨ ਨਹੀਂ ਹੋਇਆ ਕਰਦਾ, ਭੁੱਖੇ ਦਾ ਭਜਨ ਰੋਟੀ ਹੁੰਦੀ ਹੈ, ਮੁਕੱਦਮੇ ਵਾਲੇ ਦਾ ਭਜਨ ਜਿਹੜਾ ਵਕੀਲਾਂ ਦੇ ਪਿੱਛੇ ਫਿਰਨਾ ਹੁੰਦਾ। ਸੋ ਇਹ ਤਾਂ ਸਾਨੂੰ ਸਾਵਧਾਨ ਹੋਣਾ ਚਾਹੀਦਾ। ਇੱਕ ਵਾਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਸੀ, ਉਹ ਮਹਾਰਾਜ ਜੀ ਨੇ ਉਹਨੂੰ ਕਿਹਾ ਵੀ ਤੂੰ 15 ਮਿੰਟ ਭਜਨ ਕਰਿਆ ਕਰ। ਇਸ ਗੱਲ 'ਤੇ ਉਹ ਐਗਰੀ ਕਰ ਗਿਆ। ਉਹ ਕਹਿੰਦੇ ਦੇਖ 15 ਮਿੰਟ ਦੇ ਸਕਦਾ? ਕਹਿੰਦੇ ਹਾਂ ਦੇ ਸਕਦਾ। ਕਹਿੰਦੇ ਉਹਦੇ ਵਿੱਚ ਆਪਣੇ ਰਾਜਸੀ ਕੰਮ ਨਹੀਂ ਤਾਂ ਕਰਨੇ? ਕਹਿੰਦਾ ਠੀਕ ਹੈ। ਉਹ ਦੀਵਾਨ 'ਚ ਬੈਠਾ ਸੀ, ਮੈਂ ਵੀ ਕੋਲ ਬੈਠਾ ਸੀ, ਮੈਨੂੰ ਕਹਿਣ ਲੱਗਿਆ ਮੈਂ ਬੋਲਣਾ ਚਾਹੁੰਦਾ ਵਾ, ਬੋਲੋ, ਕੋਈ ਨਹੀਂ। ਉੱਠ ਕੇ ਖੜਾ ਹੋ ਗਿਆ, ਉਹ ਜਦ ਬੈਠਾ ਸੀ ਥੋੜ੍ਹਾ ਕੀਰਤਨ ਸੁਣੇ ਅਤੇ ਨਾਲ ਆਇਆ ਘੜੀ ਦੇਖ ਲਏ। ਮੈਂ ਕਿਹਾ ਘੜੀ ਬੜੀ ਦੇਖ ਰਿਹਾ ਅੱਜ। ਉਹਦੇ ਬਾਅਦ ਜਦੋਂ ਖੜਾ ਹੋਇਆ, ਕਹਿੰਦਾ ਸਾਧ ਸਿੰਘ ਜੀ ਮੇਰੀ ਹੈਲਪ ਕਰੋ, ਮੇਰੀ ਹੈਲਪ ਕਰੋ, ਮੈਂ ਇੱਕ ਬਚਨ ਦੇ ਕੇ ਫਸਿਆ ਹੋਇਆ। ਉਹ ਤੁਸੀਂ ਦੇਖੋਗੇ ਕੀ ਕਹਿੰਦਾ। ਮੈਂ ਮਹਾਂਪੁਰਸ਼ਾਂ ਨੂੰ ਦੱਸਿਆ ਵੀ ਮੈਂ 15 ਮਿੰਟ ਵਾਹਿਗੁਰੂ ਕਰੂੰਗਾ। ਇਹਨਾਂ ਨੇ ਕਿਹਾ ਵੀ ਉਹ ਟਾਈਮ 'ਚ ਹੋਰ ਨਾ ਕੋਈ ਗੱਲ ਕਰੀ। ਕਹਿੰਦਾ ਅੱਜ ਮੈਂ 2.25 ਘੰਟੇ ਇੱਥੇ ਦੀਵਾਨ 'ਚ ਬੈਠਿਆ, ਮੇਰੇ 2.25 ਮਿੰਟ ਤਾਂ ਲੱਗੇ ਨੇ ਲੇਖੇ 'ਚ, ਬਾਕੀ ਦਾ ਟਾਈਮ ਤਾਂ ਮੈਂ ਉਡਾਰੀਆਂ ਹੀ ਮਾਰੀ। ਬੜੀ ਉਹਦੀ ਸਪਸ਼ਟ ਗੱਲ ਸੀ, ਉਹਨੇ ਕਹਿ ਦਿੱਤੀ, ਅਸੀਂ ਕਹਿੰਦੇ ਨਹੀਂ ਹਾਂ। ਸੋ ਇਸ ਕਰਕੇ ਸਾਨੂੰ ਸਾਵਧਾਨ ਹੋਣਾ ਪੈਂਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ ਹੈ ਪੜ੍ਹੋ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਜਸ ਕਰੋ।
ਤਤ ਕਰੋ ਸੰਤ ਮੀਤ। ਸਾਵਧਾਨ ਇਕਾਗਰ ਚੀਤ, ਕਿਹੜਾ ਬੜਾ ਫਰਮਾਨ ਹੈ ਗੁਰੂ ਮਹਾਰਾਜ ਦਾ। ਸਾਵਧਾਨ ਫੌਜ ਦਾ ਕਸ਼ਨ ਹੈ, ਜਿਹਨੂੰ ਅੰਗਰੇਜ਼ੀ 'ਚ ਅਟੈਂਸ਼ਨ ਕਹਿੰਦੇ। ਜੇ ਕਮਾਂਡਰ ਅਟੈਂਸ਼ਨ ਬੋਲ ਦੇਵੇ, 5000 ਸਿਪਾਹੀ ਖੜ੍ਹਾ ਹੋਵੇ, ਫੌਜੀ ਖੜ੍ਹਾ ਹੋਵੇ, ਸਾਰੇ ਇੱਕਦਮ ਟੈਂਸ਼ਨ ਹੋ ਜਾਣਗੇ, 2 ਅੱਡੀਆਂ ਜੋੜ ਲੈਣਗੇ, 300 ਗਜ 'ਤੇ ਨਿਗਾਹ ਚਲੀ ਜਾਏਗੀ, ਹੱਥ ਇੱਥੇ ਪੱਟਾਂ ਨਾ ਲਾ ਲੈਣਗੇ, ਅਤੇ ਮੱਖੀ ਵੀ ਬਹਿ ਜਾਵੇ ਤਾਂ ਵੀ ਨਹੀਂ ਉਹਨੂੰ ਉੜਾਉਂਦੇ, ਕਿਉਂਕਿ ਸਾਵਧਾਨ ਬੋਲਿਆ, ਅਟੈਂਸ਼ਨ ਬੋਲਿਆ। ਮਹਾਰਾਜ ਕਹਿੰਦੇ ਟੈਂਸ਼ਨ ਵਾਲੀ ਗੱਲ ਤਾਂ ਠੀਕ ਹੈ ਤੁਹਾਡੀ, ਪਾਠ ਕਰਦੇ ਹੋ ਨਿਚਲੇ ਹੋ ਕੇ ਬੈਠੋ, ਇਹ ਨਹੀਂ ਵੀ ਕਦੇ ਗੋਡੇ ਹਿਲਾ ਲਏ, ਕਦੇ ਐਂ ਕਰ ਲਿਆ, ਕਦੇ ਇੱਥੇ ਖਿਆਲ ਕਰਨ ਲੱਗ ਗਏ, ਕਦੇ ਇਹਨੂੰ ਦੇਖ ਲਿਆ, ਕਦੇ ਇਹਨੂੰ ਦੇਖ ਲਿਆ। ਦੇਖੋ ਛੋਟੀ ਛੋਟੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਅਪਲਾਈ ਕਰਨੀਆਂ। ਸਹਿ ਸਫਾਈ ਅਸੀਂ ਪਾਠ ਵੀ ਕਰੀ ਜਾਵਾਂਗੇ, ਆਲੇ ਦੁਆਲੇ ਦੇਖੀ ਜਾਵਾਂਗੇ, ਕੀਰਤਨ ਕਰਾਂਗੇ, ਦੇਖੀ ਜਾਵਾਂ ਵੀ ਕੌਣ ਆ ਗਿਆ, ਇਹ ਮੱਥਾ ਟੇਕਦਾ, ਉਹ ਆਉਂਦਾ, ਇੱਧਰ ਨੂੰ ਆ ਕੇ ਪੈਸੇ ਮੱਥਾ ਟੇਕਦਾ, ਉਹ ਸਾਵਧਾਨਤਾ ਨਹੀਂ ਹੈ। ਹੁਣ ਮਹਾਰਾਜ ਕਹਿੰਦੇ ਸਾਵਧਾਨਤਾ ਤਾਂ ਹੈ ਬੋਡੀ ਦੀ, ਲੇਕਿਨ ਜਿਹਨੇ ਪਾਠ ਕਰਨਾ, ਜਿਹਨੇ ਕੰਮ ਕਰਨਾ, ਉਹ ਹੈ ਤੁਹਾਡਾ ਮਨ, ਚਿੱਤ। ਉਹ ਚਿੱਤ ਜੇ ਫੁਰਨਿਆਂ ਦੇ ਵਿੱਚ ਰਿਹਾ ਤਾਂ ਫਿਰ ਪਾਠ ਕਾਹਦਾ ਹੋਇਆ। ਇਹਨੂੰ ਫੁਰਨੇ ਤੋਂ ਰਹਿਤ ਕਰੋ, ਇਕਾਗਰ ਕਰੋ। ਇਕਾਗਰ ਇੰਨੀ ਛੇਤੀ ਨਹੀਂ ਹੁੰਦਾ, ਕਿਉਂਕਿ ਚਿੱਤ ਦੀਆਂ 5 ਅਵਸਥਾ ਹੁੰਦੀਆਂ ਨੇ, 3 ਅਵਸਥਾ ਜਿਹੜੀਆਂ ਨੇ ਉਹਦੇ 'ਚ ਇਕਾਗਰ ਨਹੀਂ ਹੋਇਆ ਕਰਦਾ, ਲਹਿਤਾ ਹੈ, ਮੂੜਤਾ ਹੈ, ਵਿਖੇਪਤਾ ਹੈ। 4th ਅਵਸਥਾ ਇਕਾਗਰਤਾ ਹੈ, 5ਵੀਂ ਨਿਰੁੱਧ ਹੈ। ਸੋ ਇਹ ਟਰਮੀਨੋਲੋਜੀ ਅਸੀਂ ਸੁਣਦੇ ਨਹੀਂ ਹਾਂ, ਕਿਉਂਕਿ ਕਦੇ ਹੁੰਦਾ ਨਹੀਂ ਬਹੁਤਾ ਇਹਨਾਂ ਗੱਲਾਂ 'ਤੇ ਵਿਚਾਰ, ਸਾਨੂੰ ਪਤਾ ਨਹੀਂ ਲੱਗਦਾ। ਸੋ ਉਹਦੇ ਨਾਲ ਜਦ ਅਸੀਂ ਕਰਦੇ ਹਾਂ, ਸਾਡੇ ਫਿਰ ਜਿੰਨਾ ਵੀ ਭਜਨ ਕਰਦੇ ਹੋ ਥੋੜ੍ਹਾ ਕਰ ਲਓ। ਮੈਂ ਕਹਿੰਦਾ ਹੁੰਦਾ ਤੁਸੀਂ 15 ਮਿੰਟ ਕਰ ਸਕਦੇ ਹੋ, ਇਹ ਸ਼ਰਤ ਹੈ ਕਰੋ ਵੀ ਉਹ 15 ਮਿੰਟਾਂ 'ਚ ਮਨ ਨਹੀਂ ਦੌੜਨ ਦੇਣਾ। ਹੁਣ ਇਹ ਸ਼ਿਕਾਇਤ ਇਹ ਹੁੰਦੀ ਹੈ ਕਿ ਮਨ ਦੌੜ ਗਿਆ ਜੀ, ਇਹ ਤਾਂ ਸਾਰਿਆਂ ਦੀ ਹੈ। ਮਨ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜਾ ਸਖਾਲਾ ਕਾਬੂ ਆ ਜਾਵੇ। ਆਹਰੇ ਜਿਹੜਾ ਲੰਡਰ ਕੁੱਤਾ, ਇਹਨੂੰ ਰੱਸੀ ਪਾ ਕੇ ਬੰਦ ਹੋ, ਇਹ ਨਹੀਂ ਟਿਕਦਾ ਹੈਗਾ, ਰੱਸੀ ਦੇ ਉੱਤੇ ਚੱਕ ਮਾਰੀ ਜਾਓ। ਇਹਨੂੰ ਤਾਂ ਅਰਬਾਂ ਖਰਬਾਂ ਸਾਲ ਹੋ ਗਏ ਸਟੇ ਫਿਰਦੇ ਨੇ, ਇਹ ਕਿੰਨੇ ਕਿਵੇਂ ਅਸੀਂ ਇਹਨੂੰ ਕਾਬੂ ਕਰ ਲਾਂਗੇ। ਹੁਣ ਇਹਦੇ 'ਚ ਮਹਾਂਪੁਰਸ਼ਾਂ ਕੋਲ ਯੁਗਤੀਆਂ ਹੁੰਦੀਆਂ, ਉਹ ਸਾਰ ਧਿਆਨ ਨਾਲ ਸੁਣੋ ਜਿਹਨਾਂ ਨੇ ਇਸ ਗੱਲ ਨੂੰ ਪੈਣਾ। ਉਹ ਹੈ ਕਿ ਪਹਿਲਾਂ ਕੋਸ਼ਿਸ਼ ਕਰੋ ਕਿ 12 ਸੈਕਿੰਡ ਅਸੀਂ ਮਨ ਨਹੀਂ ਦੌੜਨ ਦੇਣਾ। 12, 1, 2, 3, 4 ਗਿਆ, 12 ਜਾਣਦੇ ਹੋ ਤੁਸੀਂ ਸਾਰੇ ਵੀ ਇੰਨਾ ਚਿਰ ਅਸੀਂ ਮਨ ਨਹੀਂ ਜਾਣ ਦੇਣਾ। ਚਾਹੇ ਵਾਹਿਗੁਰੂ ਕਹੋ, ਚਾਹੇ ਮੂਲ ਮੰਤਰ ਦਾ ਪਾਠ ਕਰੋ। ਅਸਲ ਤਾਂ ਇਹ ਹੈ ਕਿ ਗੁਰਮੰਤਰ ਦਾ ਜਦ ਅਸੀਂ ਅੰਦਰ ਦਾਖਲ ਹੋਣਾ ਨਾ, ਜਦ ਸਾਨੂੰ ਇਹਦੀ ਬਹੁਤੀ ਲੋੜ ਪੈਣੀ ਹੈ, ਨਹੀਂ ਅਸੀਂ ਬੋਡੀ 'ਚ ਐਂਟਰ ਨਹੀਂ ਹੋ ਸਕਣਾ ਜੇ ਸਾਵਧਾਨਤਾ ਨਾ ਆਈ। ਉਹਦੇ ਵਿੱਚ ਤੁਸੀਂ 12 ਸੈਕਿੰਡ ਦੇ ਬਾਅਦ ਜਾਵੇ ਜਿੱਥੇ ਜਾਂਦਾ, ਲੇਕਿਨ 12 ਸੈਕਿੰਡ ਨਹੀਂ ਜਾਣ ਦੇਣਾ। ਉਹਨੂੰ ਬਾਅਦ ਕਰੋ ਵੀ ਚਲਿਆ ਗਿਆ ਕਿ ਟਿਕਿਆ ਹੋਇਆ। ਜੇ ਉਹ ਟਿਕ ਗਿਆ, ਇਹਨੂੰ ਇੱਕ ਧਾਰਨਾ ਕਹਿੰਦੇ ਨੇ, ਇਹਨੂੰ ਫਿਰ 12, 12, 24, 24 ਸੈਕਿੰਡ 'ਤੇ ਲੈ ਜਾਓ ਵੀ ਹੁਣ ਮੈਂ 24 ਸੈਕਿੰਡ ਨਹੀਂ ਜਾਣ ਦੇਣਾ। ਹੌਲੀ ਹੌਲੀ ਸਾਧਨ ਹੁੰਦੇ ਨੇ। ਫਿਰ ਇਹਨੂੰ 36 'ਤੇ ਲੈ ਜਾਓ, 12 ਧਾਰਨਾ ਹੁੰਦੀਆਂ ਨੇ। ਉਹ 12 ਧਾਰਨਾ 2 ਮਿੰਟ 44 ਸੈਕਿੰਡ ਦੀਆਂ ਹੁੰਦੀਆਂ, 12 ਵਾਰੀ 144 24 ਸੈਕਿੰਡ ਦੀਆਂ ਹੁੰਦੀਆਂ 2 ਮਿੰਟ। ਜਦ ਤੁਸੀਂ ਕੰਟੀਨਿਊਸਲੀ 2 ਮਿੰਟ 24 ਸੈਕਿੰਡ ਫਤਿਹ ਕਰ ਲਿਆ, ਮਨ ਨੂੰ ਟਿਕਾ ਲਿਆ, ਫਿਰ ਇੱਥੇ ਧਿਆਨ ਸ਼ੁਰੂ ਹੋ ਜਾਂਦਾ।
ਧਿਆਨ ਨੂੰ ਉਹੀ 12 ਦੇ ਵਿੱਚ ਫੇਰ ਡਿਵੀਜ਼ਨ ਆ, ਉਹ 2.5 ਮਿੰਟ ਦਾ ਇੱਕ ਧਿਆਨ ਹੁੰਦਾ ਹੈ, ਉਹਨੂੰ 5 ਮਿੰਟ 'ਤੇ ਲੈ ਜਾਓ, 5 ਨੂੰ 7:30 'ਤੇ ਲੈ ਜਾਓ, 7:30 ਨੂੰ 10 'ਤੇ ਲੈ ਜਾਓ, ਇਸ ਤਰ੍ਹਾਂ ਕੋਸ਼ਿਸ਼ ਕਰਦੇ ਕਰਦੇ ਅੱਧੇ ਘੰਟੇ ਤੱਕ ਲੈ ਜਾਓ। ਜਦ ਤੁਸੀਂ ਧਿਆਨ ਅੱਧਾ ਘੰਟਾ ਕਰ ਲਿਆ, ਚਾਹੇ ਤੁਸੀਂ ਗੁਰੂ ਦਾ ਧਿਆਨ ਕਰ ਰਹੇ ਹੋ, ਚਾਹੇ ਅੰਦਰ ਧੁੰਨ ਸੁਣ ਰਹੇ ਹੋ, ਚਾਹੇ ਨਾਮ ਜਪ ਰਹੇ ਹੋ, ਪੂਰਾ ਅਟੈਂਟਿਵ ਹੋ ਕੇ ਤੁਸੀਂ ਇਹਨੂੰ ਅੱਧੇ ਘੰਟੇ 'ਤੇ ਲੈ ਜਾਓ। ਇਹਦੇ ਨਾਲ ਕੀ ਹੋਇਆ ਕਿ ਇੱਕ ਧਿਆਨ ਹੋ ਗਿਆ ਤੁਹਾਡਾ। ਹੁਣ ਇਸ ਧਿਆਨ ਤੋਂ ਅਗਲਾ ਸਟੈਪ ਕੀ ਆ, ਉਹਨੂੰ ਸਮਾਧੀ ਕਹਿੰਦੇ ਨੇ। ਉਹਦੀ ਲਿਮਿਟ ਜਿਹੜੀ ਮਿਨੀਮਮ ਲਿਮਿਟ ਹੈ ਉਹ ਹੈਗੀ 3 ਘੰਟੇ ਦੀ। ਇਹ ਫਿਰ ਇਸ ਧਿਆਨ ਨੂੰ ਅੱਧੇ ਅੱਧੇ ਘੰਟੇ ਨੂੰ ਵਧਾਉਂਦੇ ਵਧਾਉਂਦੇ 1 ਘੰਟਾ ਹੋ ਗਿਆ, 1.5 ਹੋ ਗਿਆ, 2 ਹੋ ਗਏ, 2.5 ਹੋ ਗਏ, 3 ਹੋ ਗਏ। ਉਹ ਜਦ ਤੁਸੀਂ 3 ਤੱਕ ਲੈ ਗਏ, ਤੁਸੀਂ ਇੱਕ ਸਮਾਧੀ ਫਤਿਹ ਕਰ ਲਈ। ਹੁਣ ਇਹ ਪਹਿਲੀ ਸਮਾਧੀ ਹੈ। ਇਹਦੇ ਬਾਅਦ ਸੈਕਿੰਡ ਸ਼ੁਰੂ ਹੁੰਦੀ ਹੈ, ਇਹਨੂੰ ਵਿਚਾਰ ਅਨੁਕਤ ਕਹਿੰਦੇ ਨੇ। ਵਿਚਾਰ ਸਹਿਤ ਹੁੰਦੀ ਹੈ, ਇਹਦੇ 'ਚ ਮਨ ਚਾ ਦੌੜਦਾ ਤਾਂ ਹੈ ਨਹੀਂ, ਲੇਕਿਨ ਵਿਚਾਰ ਕਰੀ ਜਾਂਦਾ ਅੰਦਰੇ ਅੰਦਰ। ਪਹਿਲੀ ਜਿਹੜੀ ਹੈ ਉਹ ਇਸ ਤਰ੍ਹਾਂ ਦੇ ਨਾਲ ਹੋਇਆ ਕਰਦੀ ਹੈ, ਵਿਤਰਕ ਕਹਿੰਦੇ ਨੇ ਉਹਨੂੰ, ਤਰਕ ਜੀ ਆਈ ਜਾਂਦੀ ਹੈ, ਮਾੜੀ ਮਾੜੀਆਂ ਗੱਲਾਂ ਉਹਨੂੰ ਸਭ ਨੂੰ, ਜਿਹੜਾ ਭਜਨ ਕਰਦੇ ਨੇ ਉਹਨੂੰ ਤਜਰਬਾ ਇਸ ਗੱਲ ਦਾ। ਦੂਸਰੀ ਹੁੰਦੀ ਹੈ ਵਿਚਾਰ, ਵਿਚਾਰ ਬਾਣੀ ਦੀ ਵਿਚਾਰ ਆਉਂਦੀ ਆ, ਉੱਥੇ ਆਪੇ ਹੀ ਅਰਥ ਖੁੱਲ੍ਹਦੇ ਨੇ ਆਪਣੇ ਆਪ ਹੀ। ਉਹ ਬੜਾ ਡੀ ਇੱਕ ਇੱਕ ਅੱਖਰ ਜਿਵੇਂ ਹੈ ਨਾ, ਪ੍ਰਭ ਕੀ ਉਸਤਤ ਕਰੋ, ਸੰਤ ਵੀ ਸਾਵਧਾਨ ਇਕਾਗਰ ਚੀ, ਐ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਵੀ ਮਹਾਰਾਜ ਨੇ 2 ਅੱਖਰ ਕਿਉਂ ਐਡ ਕਰੇ, ਇਹਦੇ ਕੀ ਕਰਨ ਦਾ ਸੀ। ਉਹ ਜਾਂਦਾ ਤਾਂ ਹੈ ਨਹੀਂ ਕਿਤੇ, ਲੇਕਿਨ ਵਿਚਾਰ ਕਰੀ ਜਾਂਦਾ। ਤੀਸਰਾ ਜਿਸ ਵਾਸਤੇ ਇਹ ਸਮਾਧੀ ਵੀ ਲੰਘ ਜਾਵੇ, ਤੀਸਰੀ ਸਮਾਧੀ ਹੁੰਦੀ ਹੈ ਆਨੰਦ ਦੀ ਸਮਾਧੀ। ਉਹਦੇ 'ਚ ਬੰਦ ਹੋ ਜਾਇਆ ਕਰਦਾ, ਲੇਕਿਨ ਆਨੰਦ ਆਉਂਦਾ, ਨਾਮ ਦਾ ਰਸ ਚੜ੍ਹਦਾ, ਫਿਰ ਉਹ 'ਚ ਹੁੰਦਾ ਹੈ। ਇਸ ਤਰ੍ਹਾਂ ਕਰੋ ਜਾਂ ਜਿਵੇਂ ਵੀ ਹੋਵੇ, ਤਰੀਕਾ ਹੁੰਦਾ, ਬੈਠਣ ਦਾ ਪੋਸਚਰ ਹੁੰਦਾ, ਪੋਸਚਰ ਜਾਣਨਾ ਜ਼ਰੂਰੀ ਹੁੰਦਾ ਇਹਦੇ 'ਚ। ਇਹਦੇ ਬਾਅਦ ਚੌਥੀ ਜਿਸ ਵਾਤ ਆਉਂਦੀ ਹੈ, ਉਹ ਹੁੰਦੀ ਹੈ ਸਵਾਏ ਵਿਚਾਰ ਦੀ, ਮੈਂ ਕੌਣ, ਮੈਂ ਕਿੱਥੋਂ ਆ ਗਿਆ, ਮੇਰਾ ਵਜੂਦ ਕੀ ਹੈ, ਪਹਿਲਾਂ ਮੈਂ ਕੀ ਸੀਗਾ। ਕੁਛ ਅਨੁਭਵ ਵੀ ਆ ਜਾਂਦੇ ਨੇ ਵੀ ਪਹਿਲੇ ਜਨਮ 'ਚ ਮੈਂ ਫਲਾਣਾ ਸੀ, ਕਿਸੇ ਕਿਸੇ ਨੂੰ ਆ ਜਾਂਦੇ ਨੇ ਜਿਹਦਾ ਮਨ ਟਿਕਿਆ ਹੁੰਦਾ, ਲੇਕਿਨ ਆਪਣੀ ਹੋਂਦ ਨਹੀਂ ਜਾਂਦੀ, ਹੋਂਦ ਕਾਇਮ ਰਹਿੰਦੀ ਹੈ। ਇਹ ਜਦੋਂ ਫਤਿਹ ਹੋ ਜਾਵੇ, ਉਸ ਵੇਲੇ 5ਵੀਂ ਸਮਾਧੀ ਆਇਆ ਕਰਦੀ ਹੈ, ਉਹ ਹੋਇਆ ਕਰਦੀ ਹੈ, ਇਹਨੂੰ ਪਤਾ ਲੱਗ ਜਾਂਦਾ ਵੀ ਮੈਂ ਜੀਵ ਆਤਮਾ ਨਹੀਂ ਹਾਂ, ਇਹ ਜੀਵ ਆਤਮਾ ਮਾਇਆ ਦੇ ਅਸਰ ਕਰਕੇ ਮੇਰਾ ਨਾਂ ਪਿਆ, ਮੈਂ ਆਤਮਾ। ਉਹਦੇ ਵਿੱਚ ਆਤਮ ਸਾਕਸ਼ਾਤਕਾਰ ਹੁੰਦਾ, ਆਤਮ ਚਿੰਤਨ ਹੁੰਦਾ, ਉੱਥੇ ਆਤਮ ਸਾਕਸ਼ਾਤਕਾਰ ਹੁੰਦਾ, ਭਜਨ ਬਦਲ ਜਾਂਦਾ ਉੱਥੇ। ਜਿਹੜਾ ਨਾਮ ਚੱਲਦਾ ਉਹ ਆਟੋਮੈਟਿਕ ਹੋ ਜਾਂਦਾ, ਉਹਨੂੰ ਚਲਾਉਣ ਦੀ ਲੋੜ ਨਹੀਂ ਰਹਿੰਦੀ, ਆਪੇ ਹੀ ਬੋਡੀ ਵਿੱਚ ਚੱਲਦਾ ਰਹਿੰਦਾ। ਲੇਕਿਨ ਇੱਕ ਸੁਪਰ ਵਿਚਾਰ ਚੱਲਣੀ ਸ਼ੁਰੂ ਹੋ ਜਾਂਦੀ ਆ ਆਤਮਾ ਦੀ। ਜਾਂ 6ਵੀਂ 'ਚ ਦਾਖਲ ਹੁੰਦਾ, ਉੱਥੇ ਆਤਮ ਸਾਕਸ਼ਾਤਕਾਰ ਹੋ ਕੇ ਪਰਮੇਸ਼ੁਰ ਅਤੇ ਵਾਹਿਗੁਰੂ ਅਤੇ ਆਤਮਾ ਇੱਕ ਹੋ ਜਾਂਦੇ ਨੇ। ਆਤਮਾ ਪਰਾਤਮਾ ਇੱਕ ਕਰੇ ਅੰਤਰ ਕੀ ਦੋਵਾਂ ਅੰਤਰ। ਇੱਥੇ ਜਾ ਕੇ ਉਹਦਾ ਸਫ਼ਰ ਖਤਮ ਹੋ ਗਿਆ। ਇਹਦੇ ਬਾਅਦ ਹੁਣ ਉਹਨੂੰ ਬੈਠਣ ਦੀ ਲੋੜ ਨਹੀਂ ਹੈ, ਹੁਣ ਉਹਦੇ ਚੱਲਦੇ ਫਿਰਦੇ ਕੰਮ ਕਰਦੇ ਸਾਰੀਆਂ ਡਿਊਟੀਆਂ ਦਿੰਦੇ ਹੋਏ ਸਮਾਧ ਲੱਗਦੀ ਹੈ, ਜਿਹਨੂੰ ਮਹਾਰਾਜ ਨੇ ਸਹਿਜ ਸਮਾਧ ਕਿਹਾ। ਸਹਿਜ ਸਮਾਧ ਲੱਗੀ ਲੇਵਾਂਤਰ ਸੋਰਾ ਸੋਈ ਜਾਂਦ। ਸੋ ਇਹ ਮੰਜ਼ਲਾਂ ਨੇ ਸਾਡੀਆਂ ਭਜਨ ਕਰਨੀਆਂ, ਪਰ ਇਹਨਾਂ 'ਤੇ ਚੱਲ ਨਹੀਂ ਸਕਦਾ ਜਦ ਤੱਕ ਸਮਰੱਥ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ।
ਅਤੇ ਮਹਾਰਾਜ ਦਾ ਐਸਾ ਫਰਮਾਨ ਹੈ, ਬੜੇ ਸਿੱਧੀ ਧਾਰਨਾ ਹੈ, ਪ੍ਰਤੀਕ ਲੈ ਕੇ ਦੱਸੀ ਹੋਈ ਸਾਰੇ ਪਿਆਰ ਨਾਲ ਬੋਲੋ। ਨਹੀਂਓ ਖੋਲਣੇ ਜਗਾਲੇ ਹੋਏ ਜਿੰਦਰੇ ਆਜ ਸਤਿਗੁਰ ਪੂਰਿਆ। ਤਾਲਾ ਦੇ ਕੇ ਕੁੰਜੀ ਆਪਣੇ ਕੋਲ ਰੱਖੀ, ਮਹਾਰਾਜ ਕਹਿੰਦੇ ਨਹੀਂ ਕੁੰਜੀ ਗੁਰਸੋਂ ਪਾਈ, ਸਮਰੱਥ ਗੁਰੂ ਦੇ ਹੱਥ ਵਿੱਚ ਚਾਬੀ ਦੇ ਦਿੱਤੀ। ਅਣਕ ਪਾਪ ਕਰੇ ਨਹੀਂ ਪਾਵੈ ਬਿਨ ਸਤਿਗੁਰ ਸ਼ਰਨਾਈ, ਜਿੰਨਾ ਚਿਰ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਓਨੀ ਦੇਰ ਤੱਕ ਵਾਹਿਗੁਰੂ ਦਾ ਦਰਵਾਜ਼ਾ ਨਹੀਂ ਖੁੱਲਿਆ ਕਰਦਾ। ਬਿਨ ਸ਼ਬਦ ਦੇ ਅੰਤਰ ਹਨੇਰਾ, ਨਾ ਬਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲ੍ਹੇ ਨਾਹੀਂ, ਗੁਰ ਪੂਰੇ ਭਾਗ ਮਿਲਾਵੇ। ਪੂਰੇ ਭਾਗ ਹੋਣ ਤਾਂ ਸਤਿਗੁਰੂ ਮਿਲਦੇ,
ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੋ ਵਿਚਾਰ। ਗੁਰੂ ਦਾ ਮਿਲਾਪ ਐਵੇਂ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਮਨ ਹੱਠ ਦੇ ਵਿੱਚ ਪਰਮੇਸ਼ੁਰ ਨਹੀਂ ਮਿਲਿਆ ਕਰਦਾ, ਕਿਉਂਕਿ ਮਨ ਹੱਠ ਦੇ ਵਿੱਚ ਇਹ ਹੈ ਹੀ ਨਹੀਂ, ਇਹ ਰੂਟ ਰਾਹ ਹੀ ਨਹੀਂ ਹੈ ਇਹਦਾ। ਇਹਦਾ ਹੈ ਸਤਿਗੁਰੂ ਦੀ ਦਿਆਲਤਾ, ਮੁਰਸ਼ਦ ਏ ਕਾਮਲ ਦੀ ਸ਼ਰਨ ਵਿੱਚ ਜਾਣਾ। ਬਾਬੇ ਫਰੀਦ ਦਾ ਜੀਵਨ ਜਿਹੜਾ ਹੈ ਉਹਦੇ 'ਚ ਦੋਵੇਂ ਪੱਖ ਨੇ। ਪਹਿਲਾਂ ਇਹ ਬੱਚਾ ਬੜਾ ਜ਼ਹੀਨ ਸੀ, ਜਦ ਬਚਪਨ ਦੇ ਅੰਦਰ ਕੁਰਾਨ ਸ਼ਰੀਫ ਇਹਦੇ ਯਾਦ ਸੀਗਾ 5 ਸਾਲ ਦੇ। ਮਾਂ ਨੇ ਭਜਨ ਕਰਨ ਲਾ ਤਾ, ਕਿਉਂਕਿ ਮਾਵਾਂ ਜਿਹੜੀਆਂ ਅੱਛੀਆਂ ਮਾਵਾਂ ਨੇ ਬੱਚਿਆਂ ਨੂੰ ਬਚਪਨ ਤੋਂ ਹੀ ਸੰਭਾਲਦੀਆਂ। ਮੇਰੇ 'ਤੇ ਇੱਕ ਟੈਲੀਵਿਜ਼ਨ ਵਾਲੇ ਨੇ ਸਵਾਲ ਕਰਿਆ ਇੱਥੇ ਅਮਰੀਕਾ 'ਚ, ਕਹਿਣ ਲੱਗੇ ਵੀ ਬੱਚੇ ਸਾਡੇ ਆਉਂਦੇ ਨਹੀਂ, ਗੁਰਦੁਆਰੇ ਨਹੀਂ ਵੜਦੇ, ਬਾਹਰੇ ਖੇਲੀ ਜਾਂਦੇ ਨੇ। ਅੱਜ ਤਾਂ ਸ਼ੁਕਰ ਹੈ ਇਹਨਾਂ ਨੇ ਉਹ ਲਾਏ ਨਹੀਂ ਕੰਪਿਊਟਰ ਖੇਲਣ ਵਾਲੇ, ਜਿਵੇਂ ਦੁਕਾਨਾਂ 'ਤੇ ਸਟੋਰਾਂ 'ਤੇ ਹੁੰਦੇ ਨੇ ਉਹ, ਪਰ ਬਾਹਰੇ ਹੀ ਆਪੇ ਹੀ ਖੇਲ ਟੋਲ ਲੈਂਦੇ ਨੇ, ਅੰਦਰ ਨਹੀਂ ਆਉਂਦੇ। ਉਹ ਸਮਝ ਨਹੀਂ ਆਉਂਦੀ ਵੀ ਵਿਚਾਰੇ ਕੀ ਕਰਨ। ਇਹਦਾ ਕਾਰਨ ਮੈਂ ਕਿਹਾ ਫਸਟ ਟੀਚਰ ਬੱਚੇ ਦੀ ਮਾਂ ਹੁੰਦੀ ਹੈ, ਮਾਂ ਨੂੰ ਉਹਨੇ ਫੋਲੋ ਕਰਨਾ, ਚਾਹੇ ਪੜ੍ਹੀ ਹੋਈ ਹੈ ਚਾਹੇ ਅਨਪੜ੍ਹ। ਮੈਂ ਮੇਰੀ ਬੇਬੇ ਸੀ, ਮੈਂ ਛੋਟਾ ਹੁੰਦਾ ਜਦ ਮੈਂ ਕੇਸ ਨਾ ਪਾਉਣੇ, ਉਹਨੇ ਮੈਨੂੰ ਕਹਿਣਾ ਤੈਨੂੰ ਮੈਂ ਇੱਕ ਕਹਾਣੀ ਸੁਣਾਉਣੀ ਆ, ਇੱਕ ਚਿੜੀ ਅਤੇ ਇੱਕ ਕੌਂ ਦੀ ਸੁਣਾਉਣੀ ਸ਼ੁਰੂ ਕਰ ਦੇ। ਬਈ ਚਿੜੀ ਤਾਂ ਕੌਂ ਨੇ ਸਾਂਝ ਪਾ ਲਈ, ਉਹ ਕੌਂ ਨੇ ਚਲਾਕੀਆਂ ਕਰ ਕਰਕੇ ਕੰਮ 'ਚ ਸਾਰਾ ਚਿੜੀ ਤੋਂ ਕਰਾ ਰਿਹਾ। ਜਦੋਂ ਦਾਣੇ ਵੰਡਣ ਦਾ ਮੌਕਾ ਆਇਆ ਕਹਿੰਦਾ ਲੈ ਚਿੜੀਏ ਤੂੰ ਤੂੜੀ ਲੈ ਲੈ ਮੈਂ ਦਾਣੇ, ਆ ਸਾਡੇ ਮਨ ਥੱਲੇ ਨੂੰ ਬਹਿ ਜਾਣ, ਬੱਚਿਆਂ ਦੇ ਅੰਦਰ ਵੀ ਸੋਝ ਹੁੰਦੀ ਆ, ਹੌਕਾ ਜਿਹਾ ਆਉਣਾ ਵੀ ਹੈ ਵਿਚਾਰੀ ਨੇ ਮਿਹਨਤ ਕਰੀ ਅਤੇ ਇਹਨੂੰ ਕੌਂ ਇਹ ਲੈ ਗਿਆ। ਉਹ ਮਾਂ ਜਾਣਦੀ ਸੀ ਵੀ ਸਾਈਕੋਲੋਜੀ ਫਰਦਰ, ਉਹਨੇ ਕਹਿਣਾ ਨਹੀਂ ਬੇਟਾ ਫਿਰ ਪਤਾ ਗਾਹਾਂ ਕੀ ਹੋਇਆ। ਮੈਂ ਕਿਹਾ ਗਾਹਾਂ ਕੀ ਹੋਇਆ ਫਿਰ? ਉਹ ਕਹਿੰਦੀ ਨਾ ਗੜੇ ਪੈਣ ਲੱਗ ਗਏ, ਉਹ ਚਿੜੀ ਤਾਂ ਵੜ ਗਈ ਉਹਦੇ ਵਿੱਚ ਤੂੜੀ 'ਚ, ਅਤੇ ਕੌਂ ਦਾਣਿਆਂ 'ਚ ਬੜੇ ਨਾ, ਜੇ ਬੜੇ ਤਾਂ ਦਾਣੇ ਉੱਤੋਂ ਨਹੀਂ ਲੰਘਣ, ਉਹ ਕੌਂ ਮਰ ਗਿਆ। ਉਹ ਜਿਹੜਾ ਬੋਲ ਸੀ ਨਾ ਉਹ ਚਿੜੀ ਦੇ ਹੱਥ ਆ ਗਿਆ। ਸਾਡੇ ਸੀ ਮਨ 'ਚ ਆਉਣਾ ਲੈ ਮਿਹਨਤ ਕਰਨ ਵਾਲੇ ਨਾ ਰੱਬ ਨੇ ਇਨਸਾਫ ਕਰ ਦਿੱਤਾ। ਉਹ ਨਿੱਕਾ ਜਿਹਾ ਸੰਸਕਾਰ ਹੈ ਉਹਦਾ ਹਿਰਦੇ 'ਚ ਪੈ ਗਿਆ, ਉਹਨੇ ਜਿਉਂ ਜਿਉਂ ਵੱਡੀ ਉਮਰ ਹੋਣੀ ਹੈ ਤਿਉਂ ਤਿਉਂ ਵਧਣਾ ਫੁੱਲਣਾ। ਮੈਂ ਕਿਹਾ ਇਹ ਮਾਂ ਦੀ ਡਿਊਟੀ ਹੁੰਦੀ ਆ। ਹੁਣ ਮਾਤਾ ਫਰੀਦ ਦੀ ਪਰਮੇਸ਼ੁਰ ਵੱਲ ਲਾਉਂਦੀ ਹੈ ਵੀ ਬੇਟਾ ਤੂੰ ਭਜਨ ਕਰਿਆ ਕਰ, ਤਸਬੀ ਫੇਰਿਆ ਕਰ। 5 ਸਾਲ ਦਾ ਹੋ ਗਿਆ ਬੱਚਾ ਸੀ ਛੋਟਾ, ਕਹਿੰਦਾ ਮਾਤਾ ਖੁਦਾ ਕੀ ਦਏਗਾ। ਕਹਿੰਦੀ ਉਹਨੂੰ ਸ਼ੱਕਰ ਖਾਣੀ ਕਹਿੰਦੇ ਨੇ, ਫਰੀਦ ਪਹਿਲਾਂ ਜਿਹੜਾ ਹੋਇਆ ਸ਼ੱਕਰ ਖਾਣ ਦੀ ਆਦਤ ਸੀ। ਕਹਿੰਦੀ ਸ਼ੱਕਰ ਦੇ ਦਿੰਦਾ। ਕਹਿੰਦਾ ਫਿਰ ਤਾਂ ਮੈਂ ਕਰਿਆ ਕਰੂੰ। ਬੈਠ ਗਿਆ, ਤਸਬੀ ਲੈ ਲਈ, ਅੱਲਾਹੂ ਕਰੀ ਗਿਆ, ਅੱਖਾਂ ਮੀਚ ਲਈਆਂ, ਮਾਂ ਨੇ ਢੰਗ ਦੱਸਤਾ। ਲੇਕਿਨ ਮਾਂ ਦੇ ਦੱਸਣ 'ਚ ਫਰਕ ਹੈ ਸਾਧ ਸਿੰਘ ਜੀ, ਉਹ ਮੁਰਸ਼ਦੇ ਕਾਮਲ ਨਹੀਂ ਸੀ, ਰਾਹ ਪਾਉਣ ਵਾਲੀ ਸੀ। ਗੁਰੂ ਦਾ ਜਿਹੜਾ ਦਿੱਤਾ ਨਾਮ ਹੈ ਨਾ ਉਹ ਹੋਰ ਹੁੰਦਾ, ਸੁਣਿਆ ਹੋਇਆ ਕਰਿਆ ਹੋਇਆ ਆਪੇ ਜਪਿਆ ਹੁੰਦਾ। ਰਾਮ ਰਾਮ ਸਭ ਕੋ ਕਹੇ ਕਹਿਆ ਰਾਮ ਨਾ ਹੋਏ, ਗੁਰ ਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਜੇ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਵੱਸ ਜਾਵੇ ਫਿਰ ਫਲ ਦੀ ਪ੍ਰਾਪਤੀ ਹੁੰਦੀ। ਆਪੇ ਤਾਂ ਨਹੀਂ ਜਾਣਦੇ ਵਹਿਰੂ ਵਹਿਰੂ ਕਹੀਦਾ। ਉਹ ਨਾਮ ਜਪਣ ਲੱਗ ਗਿਆ। ਇੱਕ ਦਿਨ ਮਾਤਾ ਕਿਸੇ ਕੰਮ ਗਈ, ਟਾਈਮ 'ਤੇ ਨਾ ਆਈ ਅਤੇ ਫਰੀਦ ਨੇ ਆਪਣੀ ਖੁੰਡੀ ਨਾਲ ਸੋਟੀ ਨਾਲ ਮਾਲਾ ਲਾ ਲਈ, ਤਸਬੀ ਆਸਣ ਚੱਕ ਲਿਆ, ਬਹਿ ਗਿਆ। ਉਹਦੇ ਬਾਅਦ ਜਦ ਮਾਤਾ ਆਈ ਤਾਂ ਖੇਲਦਾ ਫਿਰਦਾ ਸੀ। ਕਹਿੰਦੇ ਫਰੀਦਾ ਤਸਬੀ ਫੇਰੀ? ਕਹਿੰਦੇ ਹਾਂ ਮਾਤਾ। ਹੌਲੀ ਹੌਲੀ ਪੁੱਛਦਿਆ ਡਰਦੀ ਮੇਰਾ ਜੀ, ਕਹਿੰਦੀ ਸ਼ੱਕਰ? ਕਹਿੰਦਾ ਮਾਂ ਅੰਦਰ ਆ।
ਉਹ ਟਕਰੇ ਭਰੇ ਪਏ। ਕਹਿੰਦੀ ਇਹ ਕਿੱਥੋਂ ਆ ਗਈ? ਕਹਿੰਦੀ ਅੱਜ ਤਾਂ ਮੇਰਾ ਸਾਰਾ ਹੀ ਆਸਣ ਸ਼ੱਕਰ ਦਾ ਹੋ ਗਿਆ। ਉੱਥੋਂ ਉਹਦਾ ਨੌਂ ਸ਼ੱਕਰਗੰਜ ਪਿਆ ਸੀ, ਫਰੀਦ ਸ਼ੱਕਰਗੰਜ। ਇੱਕ ਦਿਨ ਫਿਰ ਉਹਨੇ ਮਾਂ ਨੇ ਕਹਿਤਾ ਦੇਖਣ ਵਾਸਤੇ ਵੀ ਇਹਦੇ ਸ਼ਬਦ ਵਿੱਚ ਸਿੱਧੀ ਹੋ ਗਈ, ਤੁਸੀਂ ਕੋਈ ਸ਼ਬਦ ਜਪ ਲਓ, ਗੁਰੂ ਗ੍ਰੰਥ ਸਾਹਿਬ ਦਾ ਕੋਈ ਜਪ ਲਓ, ਇਹਦੇ ਵਿੱਚ ਐਨਰਜੀ ਹੈ ਬੈਕਗਰਾਊਂਡ 'ਚ। ਇਹ ਸ਼ਬਦ ਦੀ ਸ਼ਕਤੀ ਜਿਹੜੀ, ਇਹ ਸ਼ਬਦ ਦੇ ਦੋ ਰੂਪ ਨੇ, ਇੱਕ ਤਾਂ ਹੈਗੇ ਅੱਖਰ, ਇੱਕ ਉਹਦੀ ਬੈਕਗਰਾਊਂਡ ਦੇ ਵਿੱਚ ਸ਼ਕਤੀ ਹੈ। ਕਈ ਪ੍ਰੇਮੀ ਕਹਿਣਗੇ ਸ਼ਕਤੀ ਕਿਵੇਂ ਹੈ, ਇੱਥੇ ਕਿਸੇ ਨੂੰ ਗਾਲ ਕੱਢ ਦਿਉ, ਹੈ ਤਾਂ ਉਹ ਅੱਖਰ ਹੈ ਲੇਕਿਨ ਉਹਦੀ ਸ਼ਕਤੀ ਇੰਨੀ ਉਹਨੂੰ ਹਰਟ ਕਰਕੇ ਰੱਖ ਪਾਗਲ ਬਣਾ ਦੂ, ਵੀ ਤੂੰ ਮੈਨੂੰ ਗਾਲ ਕਿਵੇਂ ਕੱਢੀ। ਉਹ ਸ਼ਬਦ ਦੀ ਸ਼ਕਤੀ ਹੈ। ਇਸ ਤਰ੍ਹਾਂ ਸਾਰੇ ਸ਼ਬਦਾਂ 'ਚ ਸ਼ਕਤੀ ਹੁੰਦੀ ਹੈ, ਜੇ ਵਹਿਰੂ ਵਹਿਰੂ ਵੀ ਕਰਦੇ ਹਾਂ ਉਹਦੇ 'ਚ ਵੀ ਸ਼ਕਤੀ ਹੈ, ਅਨਰਜਾਈਜ਼ ਹੋ ਜਾਂਦਾ ਉਹ। ਉਹਨੇ ਕਿਹਾ ਫਰੀਦਾ ਅੱਜ ਆਪਣੇ ਰਾਸ਼ਨ ਨਹੀਂ ਹੈ, ਇੱਕ ਡੰਗ ਦਾ ਰਾਸ਼ਨ ਮੰਗ ਲਿਆ। ਉਹ ਫਰੀਦ ਨੇ ਮੰਗ ਲਿਆ, ਮਾਂ ਆਈ, ਕਹਿੰਦੀ ਮੰਗਿਆ ਸੀ? ਕਹਿੰਦਾ ਮਾਂ ਅੰਦਰ ਤਾਂ ਅੰਦਰ ਆਇਆ ਤਾਂ ਘਰ ਭਰਿਆ ਪਿਆ। ਕਹਿਣ ਲੱਗੀ ਆਪਾਂ ਤਾਂ ਇੱਕ ਡੰਗ ਦਾ ਮੰਗਿਆ ਸੀ। ਕਹਿੰਦਾ ਮੈਂ ਵੀ ਕਿਹਾ ਸੀ ਵੀ ਸਾਨੂੰ ਤਾਂ ਇੱਕ ਡੰਗ ਦਾ ਚਾਹੀਦਾ। ਉਹ ਕਹਿੰਦੇ ਜਿੱਡਾ ਵੱਡਾ ਰੱਬ ਓਡਾ ਵੱਡਾ ਡੰਗ ਉਹਦਾ। ਮਾਂ ਨੇ ਸਮਝ ਲਿਆ ਵੀ ਹੁਣ ਇਹ ਬੱਚਾ ਇਹ ਰਸਤੇ 'ਚ ਦ੍ਰਿੜਤਾ ਨਾਲ ਪੈ ਗਿਆ। ਮਹਾਰਾਜ ਕਹਿੰਦੇ ਐਸੇ ਮਾਵਾਂ ਧੰਨ ਹੋਇਆ ਕਰਦੀਆਂ, ਤਿੰਨ ਧੰਨ ਦਿਨੇ ਦੀ ਵਾਹ ਆਏ ਸਫਲ। ਦੂਜੇ ਪਾਸੇ ਇਹਦਾ ਡਿਵਰਸ ਵੀ ਹੈ, ਜੇ ਕੁਲ ਪਿਊਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ। ਜਿਹੜੀ ਕੁਲ ਦੇ ਵਿੱਚ ਕੋਈ ਵਿਚਾਰ ਵਾਲਾ ਪੁੱਤਰ ਨਹੀਂ ਹੈ, ਉਹਦੀ ਮਾਂ ਵਿਧਵਾ ਹੋ ਜਾਂਦੀ, ਉਹਦਾ ਫਾਦਰ ਮਰ ਜਾਣਾ ਚਾਹੀਦਾ ਸੀ। ਜੇ ਨਾ ਰਾਮ ਭਗਤ ਨਹੀਂ ਸਕਦੀ, ਜਨਮਤ ਕਸ ਨਾ ਹੋਏ ਉਹ ਪਰਾਧੀ। ਜਿਹੜੇ ਮਾਨਸ ਜਨਮ ਪਾ ਕੇ ਫਿਰ ਭਜਨ ਨਹੀਂ ਕੀਤਾ, ਕਹਿੰਦੇ ਫਿਰ ਇਹ ਪਰਾਧੀ ਤਾਂ ਖਤਮ ਹੋ ਜਾਣਾ ਚਾਹੀਦਾ ਸੀ। ਜਿਨ ਐਸਾ ਹਰਨਾਮ ਨਾ ਚੇਤੇ, ਉਸੇ ਕਾਏ ਜਾਗਾ ਇਹ ਰਾਮ ਰਾਜੇ। ਉਸ ਤੋਂ ਬਾਅਦ ਫਰੀਦ 18 ਸਾਲ ਦਾ ਹੋ ਗਿਆ, ਬਹੁਤ ਥਾਵਾਂ 'ਤੇ ਪੜ੍ਹਾਇਆ, ਬੜਾ ਲਰਨਡ ਪਰਸਨ ਸੀ ਬਾਬਾ ਫਰੀਦ। ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਆ ਗਈ ਉਹਦੀ, ਬੜੇ ਬੜੇ ਸਭ ਬਹੁਤ ਟਰੈਵਲ, ਇਹਨੇ ਸਪੇਨ ਤੱਕ ਟਰੈਵਲ ਕਰਿਆ, ਇੱਧਰ ਜਾਵਾ ਸਮਾਟਰਾ ਸਾਰੇ ਪੈਦਲ ਤੁਰਿਆ। ਇਸ ਕਰਕੇ ਉਹਨਾਂ ਨੇ ਕਿਹਾ ਫਰੀਦਾ ਇਹਨੀ ਨਿੱਕੀ ਜੰਘੇ ਥਲ ਰੂਗਰ ਭਾਵੇਂ ਉਹ। ਅੱਜ ਫਰੀਦਾ ਕੂਦੜਾ 100 ਪੋਹਾਂ ਸੀ। ਉਸ ਵੇਲੇ ਮਾਂ ਨੇ ਕਿਹਾ, ਕਹਿੰਦੀ ਬੇਟਾ ਹੁਣ ਤੂੰ ਜਵਾਨ ਹੋ ਗਿਆ, ਹੁਣ ਜਿਹੜਾ ਅਸਲੀ ਕੰਮ ਆ ਉਹ ਸ਼ੁਰੂ ਕਰ। ਉਹ ਕੀ ਹੈ? ਉਹ ਕਹਿੰਦਾ ਹੁਣ ਤੂੰ ਤਪ ਕਰ। ਜਾ ਕੇ ਤਪ ਕਰ ਰਹੇ ਨੇ, ਕਿਉਂਕਿ ਇਸਲਾਮ ਦੇ ਵਿੱਚ ਤਪ ਦਾ ਪ੍ਰਧਾਨ ਹੈ। ਸਾਡੇ ਜਿਹੜੇ ਪਹਿਲੇ ਸੀਗੇ ਜੋਗੀ ਵਗੈਰਾ, ਉਹ ਵੀ ਤਪ ਦੇ ਵਿੱਚ ਪ੍ਰਧਾਨ ਸੀ। ਇਹ ਦੋ ਹੁੰਦੇ ਨੇ, ਇੱਕ ਨੂੰ ਰਿਆਜ਼ਤ ਕਹਿੰਦੇ ਨੇ, ਇੱਕ ਨੂੰ ਜੋਹਦ ਕਹਿੰਦੇ ਨੇ। ਜੋਹਦ ਹੁੰਦਾ ਅੱਗ ਤਾਪਣੀ, ਪੁੱਠੇ ਲੜਕਣਾ, ਪੁੱਠੇ ਭੁੱਖੇ ਰਹਿਣਾ, ਖੜ੍ਹੇ ਰਹਿਣਾ, ਬਾਂਹ ਉੱਪਰ ਚੱਕ ਲੈਣੀ, ਲੱਤ ਉੱਪਰ ਚੱਕ ਲੈਣੀ, ਰੋੜਾਂ 'ਤੇ ਪੈ ਜਾਣਾ, ਸੌਣਾ ਨਾ, ਜਾਗਦੇ ਹੀ ਰਹਿਣਾ, ਭੁੱਖੇ ਰਹਿਣਾ, ਇਹਨੂੰ ਤਪ ਕਹਿੰਦੇ ਨੇ। ਦੂਸਰੀ ਹੈ ਰਿਆਜ਼ਤ, ਰਿਆਜ਼ਤ ਹੁੰਦੀ ਹੈ ਭਗਤੀ। ਦੋਹਾਂ ਦਾ ਫਰਕ ਇੰਨਾ ਵੀ ਜਿਹੜਾ ਤਪ ਹੈ ਇਹ ਲੱਕੜੀਆਂ ਦਾ ਵਪਾਰ ਜਾਂ ਤੂੜੀ ਦਾ ਵਪਾਰ, ਜਿਹੜੀ ਰਿਆਜ਼ਤ ਹੈ ਹੀਰਿਆਂ ਦਾ ਵਪਾਰ। ਇੱਕ ਹੀਰਾ ਵੇਚ ਜਾਵੇ ਬੇਅੰਤ ਧਨ ਆ ਜਾਂਦਾ ਮੁਨਾਫੇ ਦਾ, ਲੱਕੜੀਆਂ ਵੇਚ ਵੇਚ ਕੇ ਕੁਛ ਨਹੀਂ ਹੱਥ ਆਉਂਦਾ। ਸੋ ਬਾਬਾ ਫਰੀਦ ਚਲਿਆ ਗਿਆ, ਮਾਂ ਨੇ ਸਮਝਾਈਆਂ ਤਿੰਨ ਗੱਲਾਂ ਵੀ ਫਰੀਦਾ ਤੂੰ ਚੱਲਿਆ ਤਾਂ ਹੈ, ਮੈਂ ਤੈਨੂੰ ਆਸ਼ੀਰਵਾਦ ਦਿੰਦੀ ਹਾਂ, ਤੂੰ ਨਾ ਕਿਲ੍ਹੇ ਵਿੱਚ ਨਹੀਂ। ਦੂਸਰਾ ਤੂੰ 36 ਪ੍ਰਕਾਰ ਦੇ ਭੋਜਨ ਖਾਏ, ਤੀਸਰਾ ਤੂੰ ਗਦੈਲਿਆਂ 'ਤੇ ਪਏ। ਫਰੀਦ ਕਹਿਣ ਲੱਗਿਆ ਮਾਤਾ ਜੰਗਲ 'ਚ ਭੇਜ ਰਹੀ ਹੈ, ਪਤਾ ਨਹੀਂ ਇਹ ਚੀਜ਼ਾਂ ਮਿਲਣੀਆਂ ਨਹੀਂ ਮਿਲਣੀਆਂ, ਕਿਲ੍ਹੇ ਕਿੱਥੇ ਹੋਣਗੇ। ਕਹਿੰਦੀ ਬੇਟਾ ਮੈਂ ਰਾਵਣ ਦੀ ਗੱਲ ਕੀਤੀ ਹੈ,
ਜਿਹੜੇ ਲੋਕਾਂ ਨੇ ਤਾਂ ਜਾਣਾ ਉਹ ਰਮਜ ਮਾਰਨਗੇ, ਤੈਨੂੰ ਸਾਫ਼ ਗੱਲ ਨਹੀਂ ਦੱਸਣ, ਤੈਨੂੰ ਖੁਦ ਸਮਝਣੀ ਪੈਗੀ ਰਮਜ। ਕਹਿਣ ਲੱਗੀ ਮੈਂ ਤੈਨੂੰ ਕਿਲ੍ਹੇ 'ਚ ਤਾਂ ਕਿਹਾ ਬੈਰੀ ਜਿਹੜੇ ਨੇ ਕਾਮ ਕ੍ਰੋਧ ਇਸ ਦੇਹੀ ਦੇ ਵਿੱਚ ਵੱਸਦੇ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੰਮ੍ਰਿਤ ਲੁੱਟੇ ਮਨਮੁੱਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਫਿਰ ਬਾਹਰਲੀ ਮਾਇਆ, ਚੇਤਨ ਮਾਇਆ, ਜੜ ਮਾਇਆ, ਸੂਖਸ਼ਮ ਮਾਇਆ, ਉਹਨਾਂ ਦੇ ਵਿੱਚ ਤੂੰ ਮਾਰਿਆ ਜਾਏਗਾ। ਜੇ ਤੂੰ ਸਤਸੰਗ ਦੇ ਕਿਲ੍ਹੇ ਵਿੱਚ ਸਾਧੂਆਂ 'ਚ ਰਹੇਗਾ, ਉੱਥੇ ਤੂੰ ਇਕੱਲਾ ਨਹੀਂ ਦੋਧ ਕਰਦਾ, ਉੱਥੇ ਬਥੇਰੇ ਮਹਾਤਮਾ ਕਰ ਰਹੇ ਨੇ, ਉਹਨਾਂ ਦੇ ਵਿੱਚ ਰਹੀਂ, ਫਿਰ ਤੂੰ ਬਚ ਜਾਏਗਾ ਵਿਕਾਰਾਂ ਤੋਂ, ਇਕੱਲਾ ਵਿਕਾਰਾਂ 'ਤੇ ਕਾਬੂ ਆ ਜਾਏਗਾ। ਦੂਸਰਾ, ਜੇ ਤੈਨੂੰ ਹੱਥੋਂ ਜ਼ਿਆਦਾ ਭੁੱਖ ਲੱਗੇ, ਰੁੱਖੀਆਂ ਰੋਟੀਆਂ ਖਾ ਲਈਆਂ, ਉਹ ਵੀ 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਦੇਣ। ਜਦ ਤੈਨੂੰ ਹੱਥੋਂ ਜ਼ਿਆਦਾ ਨੀਂਦ ਆ ਜਾਵੇ, ਉਸ ਵੇਲੇ ਤੂੰ ਚਾਹੇ ਡਲਿਆਂ 'ਤੇ ਪੈ ਜਾਈਂ, ਉਹ ਬਦੈਲੇ ਹੀ ਹੋਣ। ਮਾਂ ਨੇ ਕਿਹਾ, ਮੈਂ ਇੱਥੇ ਨਾਲ ਦੀ ਨਾਲ ਦੱਸ ਦੇਣਾ, ਗੁਰਮਤਿ ਵਿੱਚ ਇਹ ਚੀਜ਼ ਨਹੀਂ ਹੈ, ਇੱਥੇ ਹੈ ਸਹਿਜ ਤਪ, ਵਾਸ਼ਨਾਵਾਂ ਨੂੰ ਰੋਕਣ ਦਾ, ਮਨ ਦੇ ਬਹਾਉ ਨੂੰ ਰੋਕਣ ਦਾ ਤਪ ਹੈ ਸਾਡੇ ਵਿੱਚ। ਸਰੀਰ ਨੂੰ ਨਹੀਂ ਅਸੀਂ ਕਹਿਣਾ, ਸਰੀਰ ਦੀ ਤਾਂ ਪਾਲਣਾ ਕਰਨੀ ਹੈ, ਇਹ ਨਾ ਕਾਇਮ ਰਿਹਾ, ਅਸੀਂ ਭਜਨ ਕਿਵੇਂ ਕਰਾਂਗੇ ਜੇ ਘੋੜਾ ਹੀ ਮਰ ਗਿਆ, ਸਫ਼ਰ ਕਾਹਤੇ ਕਰਾਂਗੇ। ਮਹਾਰਾਜ ਕਿਹਾ ਇਸ ਦੇਹੀ ਨੂੰ ਪਾਲੋ, ਲੇਕਿਨ ਇੰਨਾ ਮੋਟਾ ਬਣਾ ਕਰੋ ਵੀ ਇਹ ਭਜਨ ਤੋਂ ਵੀ ਰਹਿ ਜਾਵੇ। ਸੋ ਬਾਬੇ ਫਰੀਦ ਨੇ ਜਾ ਕੇ ਬਹੁਤ ਤਪੱਸਿਆ ਕਰੀ। ਐਸਾ ਵੀ ਆਉਂਦਾ ਕਿ ਇੱਕ ਵਾਰੀ ਖੜ੍ਹੇ ਨੇ ਇੱਕ ਲੁਹਾਰ ਨੇ ਆ ਕੇ ਪੀਣ ਮਾਰਿਆ, ਇਹ ਦੇਖਣ ਵਾਸਤੇ ਵੀ ਲੱਕੜ ਸੁੱਕੀ ਹੈ ਕਿ ਗਿੱਲੀ ਹੈ। ਉਸ ਵੇਲੇ ਬਾਬਾ ਜੀ ਚੋਟ ਖਾ ਕੇ ਕਾਫੀ ਪਾਸੇ ਹਟ ਗਏ। ਉਹਨਾਂ ਲੁਹਾਰ ਨੂੰ ਕਿਹਾ, ਬੀਬਾ ਆਪਣਾ ਪੇਸ਼ਾ ਦੋਹਾਂ ਦਾ ਇੱਕ ਹੈ, ਮੈਂ ਵੀ ਤਲਾਸ਼ ਵਾਸਤੇ ਖੜ੍ਹਾਂ ਅਤੇ ਤੂੰ ਵੀ ਤਲਾਸ਼ ਵਾਸਤੇ ਖੜਦਾ, ਤੈਨੂੰ ਲੱਕੜੀਆਂ ਦੀ ਲੋੜ ਹੈ ਅਤੇ ਕੋਲੇ ਬਣਾਉਣੇ ਨੇ, ਮੈਨੂੰ ਪਰਮੇਸ਼ਰ ਦੀ ਲੋੜ ਹੈ। ਕੰਧ ਖਾੜਾ ਸਿਰ ਘੜਾ ਬਣ ਕੇ ਸਰ ਲੁਹਾਰ, ਹਾਂ ਲੋੜੀ ਸਭ ਆਪਣਾ, ਤੂੰ ਲੋੜੇ ਅੱਗਿਆ। ਸੋ ਇਸ ਤਰ੍ਹਾਂ ਕਰਦੇ ਕਰਦੇ ਬਹੁਤ ਭਾਰੀ ਤਪੱਸਿਆ ਕਰਨ ਤੋਂ ਬਾਅਦ ਜਦ 12 ਸਾਲ ਨਿਕਲ ਗਏ, ਉਹਦੇ ਮਨ 'ਚ ਆਇਆ ਕਿ ਮਾਂ ਨੂੰ ਮਿਲਿਆ ਵਾ, ਮੈਂ ਦੱਸਿਆ ਵਾ। ਉਸ ਵੇਲੇ ਮਾਤਾ ਦੇ ਪਾਸ ਆਉਂਦਾ ਹੈ, ਰਸਤੇ ਵਿੱਚ ਇੱਕ ਦਰਖਤ ਥੱਲੇ ਬੈਠਾ ਹੈ, ਉਹ ਕ੍ਰੋਧੀ ਹੋ ਜਾਂਦਾ, ਜਿਹੜਾ ਤਪਿਆ ਹੁੰਦਾ ਨਾ ਉਸ ਬਰਨੀ ਦਾ ਹੁੰਦਾ, ਇਹ ਵੀ ਤੁਹਾਨੂੰ ਦੱਸ, ਉਹ ਹਮੇਸ਼ਾ ਸ਼ਰਾਬ ਦਿੰਦਾ, ਕੋਈ ਵੀ ਤਪੀਆ ਹੋਵੇ ਖਿਜਿਆ ਰਹਿੰਦਾ, ਉਹਦੇ 'ਚ ਤਮੋ ਗੁਣ ਪ੍ਰਧਾਨ ਹੋ ਜਾਂਦਾ, ਜਿਹੜਾ ਰਸੀਆ ਹੈ ਉਹਦੇ ਵਿੱਚ ਸਤੋ ਗੁਣ ਪ੍ਰਧਾਨ ਹੁੰਦਾ। ਇਸ ਕਰਕੇ ਗੁਰੂ ਸਾਹਿਬ ਨੇ ਰਸੀਆ ਬਣਾਇਆ, ਸਾਨੂੰ ਤਪੀਏ ਨਹੀਂ ਬਣਾਇਆ। ਇਹਦੇ 'ਚ ਅਸੀਂ ਭੁੱਲ ਜਾਂਦੇ ਹਾਂ ਜੀ, ਫਲਾਣਾ ਤਾਂ ਜੁੱਤੀਓ ਨਹੀਂ ਜੀ ਪਾਉਂਦਾ, ਫਲਾਣਾ ਤਾਂ ਜੀ ਕੁੜਤਾ ਹੀ ਨਹੀਂ ਪਾਉਂਦਾ, ਮੈਲਾ ਕੁੜਤਾ ਰੱਖਦਾ, ਇਹ ਗੱਲਾਂ ਨਹੀਂ ਹੈ ਗੁਰੂ ਘਰ 'ਚ। ਗੁਰੂ ਘਰ 'ਚ ਵੀ ਸਰੀਰ ਠੀਕ ਮਰਿਆਦਾ ਚੱਲੋ ਅਤੇ ਰਸ ਵਿੱਚ ਰਹੋ, ਰਸੀਏ ਬਣੋ, ਤਪੀਏ ਨਾ ਬਣੋ। ਉਹ ਦਰਖਤ ਥੱਲੇ ਬੈਠਾ, ਚਿੜੀਆਂ ਆਪਣੇ ਗਾਉਂਦੀਆਂ ਨੇ, ਚੰਗੀਆਂ ਨਾ ਲੱਗੀਆਂ, ਕਹਿੰਦਾ ਮਰ ਬਣ ਜਾਓ ਚਿੜੀਓ, ਸਾਰੀਆਂ ਮਰ। ਖਿਆਲ ਆਇਆ ਵੀ ਇਹਨਾਂ ਕੀ ਵਿਗਾੜਿਆ, ਕਹਿੰਦਾ ਜੀ ਬਣ ਜਾਓ ਚਿੜੀਓ, ਸਾਰੀਆਂ ਜਿਉਂ ਪੀ। ਖੁਸ਼ੀ ਹੋ ਗਈ ਹੱਦ ਤੋਂ ਜ਼ਿਆਦਾ ਵੀ ਮੇਰੇ 'ਚ ਤਾਂ ਸ਼ਕਤੀ ਮਾਰਨ ਜਵਾਲਣ ਦੀ ਆ ਗਈ, ਐਕਸਾਈਟਡ ਹੋ ਗਿਆ ਹੱਦ ਤੋਂ ਜ਼ਿਆਦਾ। ਉਸੇ ਤਰ੍ਹਾਂ ਬਾਹਰ ਜਾ ਜੰਗਲ 'ਤੇ ਆਇਆ, 10-12 ਮੀਲ, ਉੱਥੇ ਬਹੁਤ ਪਿਆਸ ਲੱਗੀ। ਇੱਕ ਖੂਹ ਦੇ ਉੱਤੇ ਇੱਕ ਬੀਬੀ ਜਲ ਪਿਲਾਉਂਦੀ ਸੀ, ਉਹਨੂੰ ਕਹਿਣ ਲੱਗਾ ਇਹ ਲੜਕੀ ਦਰਵੇਸ਼ ਕੋ ਆਪ ਪਿਲਾਓ, ਪਾਣੀ ਪਿਲਾਓ। ਉਹਨੇ ਧਿਆਨ ਨਾ ਦਿੱਤਾ, ਦੂਜੀ ਵਾਰੀ ਫਿਰ ਕੜਕੇ ਬੋਲਿਆ, ਤੀਜੀ ਵਾਰੀ ਬਹੁਤ ਕੜਕੇ ਬੋਲਿਆ ਵੀ ਮੈਂ ਦਰਵੇਸ਼ ਹਾਂ, ਮੇਰੇ 'ਚ ਮਾਲਣ ਜਵਾਲਣ ਦੀ ਸ਼ਕਤੀ ਹੈ,
ਇਹ ਕੁੜੀ ਮੇਰੇ ਵੱਲ ਧਿਆਨ ਨਹੀਂ ਦਿੰਦੀ, 22 ਸਾਲ ਦੀ ਲੜਕੀ ਹੈ। ਉਹ ਕਹਿੰਦੀ ਬਾਬਾ ਬਹਿ ਜਾ ਇੱਥੇ, ਚਿੜੀਆਂ ਨਹੀਂ ਤੂੰ ਮਾਰ ਦੇਂਗਾ ਅਤੇ ਜਿਉਂਦੀਆਂ ਕਰ ਦੇਂਗਾ। ਉਹ ਐਕਸਾਈਟਮੈਂਟ ਸਾਰੀ ਲੈ ਗਈ, ਹੁਣ ਪਾਣੀ ਦੀ ਪਿਆਸ ਕਾਹਦੀ, ਹੁਣ ਤਾਂ ਗੱਲ ਪੁੱਛਣ ਦੀ ਪਿਆਸ ਲੱਗ ਗਈ ਵੀ ਮੈਂ ਇਹਨੂੰ ਪੁੱਛਾਂ ਵੀ ਚਿੜੀਆਂ ਤਾਂ ਮੈਂ 12 ਮੀਲ ਅੰਦਰ ਕਰੀਆਂ ਅਤੇ ਇਹ ਇੱਥੇ ਦੱਸ ਰਹੀ ਹੈ। ਜਦੋਂ ਪਾਣੀ ਡੋਲ ਹਟੀ, ਜਿਹੜਾ ਹੋਰ ਆਵੇ ਉਹਨੂੰ ਪਿਲਾਈ ਜਾਵੇ। ਇਹਨੇ ਉਹਨੂੰ ਫਿਰ ਆਵਾਜ਼ ਦਿੱਤੀ, ਦਰਵੇਸ਼ ਸਾਈਂ ਆਓ ਹੁਣ ਜਲ ਛਕੋ, ਬਰਤਨ ਦੇ ਵਿੱਚ ਮੈਂ ਲਿਆਉਣੀ ਆ, ਬੈਠੋ ਤੁਹਾਨੂੰ ਪ੍ਰੋਪਰ ਵੇ 'ਚ ਮੈਂ ਸੇਵਾ ਕਰੂੰ ਤੁਹਾਡੀ। ਕਹਿੰਦਾ ਬੀਬਾ ਹੁਣ ਤਾਂ ਮੇਰੀ ਪਿਆਸ ਜਾਂਦੀ ਰਹੀ, ਮੈਨੂੰ ਜਿਹੜੀ ਪਿਆਸ ਲੱਗੀ ਹੋਈ ਆ ਉਹ ਇਹ ਹੈ ਕਿ ਮੈਨੂੰ ਐਂ ਦੱਸ ਤਾ ਹੈ ਮੈਨੂੰ ਕਿਵੇਂ ਦੇਖ ਲਿਆ ਵੀ ਮੈਂ ਚਿੜੀਆਂ ਮਾਰੀਆਂ ਅਤੇ ਜਿਉਂਦੀਆਂ ਕਰੀਆਂ, ਅਤੇ ਤੇਰੀ ਉਮਰ 22 ਸਾਲ ਦੀ ਆ, ਮੈਂ 12 ਸਾਲ ਭੁੱਖਾ ਤਿਹਾਇਆ ਰਿਹਾ, ਬਹੁਤ ਤਪ ਕਰਿਆ, ਮੈਨੂੰ ਤਾਂ ਇਹ ਗੱਲ ਪ੍ਰਾਪਤ ਹੋਈ, ਤੇਰੀ ਗੱਲ ਮੈਂ ਸਮਝ ਨਹੀਂ ਸਕਿਆ, ਤੂੰ ਪਾਣੀ ਕਿਉਂ ਡੋਲਦੀ ਆ, ਤੂੰ ਮੇਰੀ ਗੱਲ ਜਾਣ ਗਈ। ਉਹ ਕਹਿਣ ਲੱਗੀ ਫਰੀਦਾ ਤੁਸੀਂ ਤਪੀਏ ਹੋ, ਸਾਡਾ ਇਸਤਰੀਆਂ ਦਾ ਪਤੀ ਹੁੰਦਾ ਪਰਮੇਸ਼ਰ, ਅਸੀਂ ਆਪਣੇ ਪਤੀ ਨੂੰ ਪਿਆਰ ਕਰਦੇ ਹਾਂ, ਉਹਦੇ ਵਿੱਚੋਂ ਸਾਡੇ ਸ਼ਕਤੀਆਂ ਆ ਜਾਂਦੀਆਂ। ਇੱਕ ਵਾਰੀ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੂੰ ਜਹਾਂਗੀਰ ਨੇ ਦਿੱਲੀ ਬੁਲਾਇਆ ਅਤੇ ਉਹਨਾਂ ਦਾ ਪ੍ਰਤਿਆਵਾ ਲੈਣ ਵਾਸਤੇ 12 ਪੀਰ ਭੇਜ ਦਿੱਤੇ ਦਿੱਲੀ ਦੇ, ਸਿਕੰਦਰ ਉਹਨਾਂ ਦਾ ਵੱਡਾ ਸੀ। ਉਹ ਗੁਰੂ ਸਾਹਿਬ ਦੇ ਜੋ ਕੋਲ ਆਏ, ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਦੇਖੋ ਵੀ ਇਹ ਸਮਰੱਥ ਵੀ ਹੈ, ਕਹਿੰਦੇ ਜੇ ਸਾਡਾ ਨਾਂ ਲੈ ਕੇ ਬਿਠਾਉਣਗੇ ਫਿਰ ਅਸੀਂ ਮੰਨਾਂਗੇ। ਦੂਜਾ ਕਹਿਣ ਲੱਗਿਆ ਵੀ ਗਰਮ ਗਰਮ ਕੜਾਹ ਪ੍ਰਸ਼ਾਦ ਵੀ ਛਕਾਉਣ। ਉਹ ਜਦ ਆਏ ਗੁਰੂ ਮਹਾਰਾਜ ਨੇ ਕਿਹਾ ਆਓ ਸਿਕੰਦਰ ਪੀਰ ਬੈਠੋ, ਸਾਰਿਆਂ ਦੇ ਨਾਂ ਲੈ ਤੇ ਸੀਨੀਅਰਟੀ ਬਾਰ ਮੰਨ ਕੇ ਵੀ ਇਹ ਤਾਂ ਉਸ ਵੇਲੇ ਗੁਰੂ ਸਾਹਿਬ ਦੀ ਉਮਰ ਸਰੀਰਕ ਉਮਰ ਬਹੁਤ ਹੀ ਨਹੀਂ ਸੀ, ਥੋੜ੍ਹੇ ਹੀ ਅੰਗ ਸੀਗੇ। ਉਹ ਬੈਠ ਕੇ ਬੈਠਣ ਤੋਂ ਬਾਅਦ ਇਹਨਾਂ ਨੂੰ ਪ੍ਰਸ਼ਾਦ ਆ ਗਿਆ ਗਰਮ ਗਰਮ, ਕਹਿੰਦੇ ਇਹਨਾਂ ਨੂੰ ਦੋ। ਉਹਨੇ ਕਿਹਾ ਵੀ ਇਹ ਤਾਂ ਪੂਰੇ ਨੇ, ਫਿਰ ਦੇਖਿਆ ਵੀ ਇਹ ਚਰਚਾ ਕਰੋ ਇਹਨਾਂ ਨਾਲ, ਇਹ ਚਰਚਾ 'ਚ ਆਪਾਂ ਹਰਾ ਦਾਂਗੇ। ਉਹ ਜਦ ਚਰਚਾ ਕਰਨ ਲੱਗੇ ਉੱਥੇ ਆਵਾਜ਼ ਆਈ, ਜਮਨਾ ਦੇ ਕੰਢੇ ਬੈਠੇ ਸੀ, ਬਿਜਲੀ ਚਮਕੀ ਸੁੱਕੇ ਅੰਬਰ, ਅਤੇ ਦੇਖਦੇ ਦੇਖਦੇ ਇੱਕ ਬੀਬੀ ਆ ਕੇ ਪਾਣੀ ਦੇ ਉੱਤੇ ਉਤਰ ਗਈ। ਉਹ ਸ਼ਬਦ ਪੜ੍ਹਦੀ ਤੁਰੀ ਆ ਰਹੀ ਆ, ਬਾਣੀ ਪੜ੍ਹਦੀ ਆ ਤੁਰੀ ਆ ਰਹੀ ਆ, ਮਹਾਰਾਜ ਦੇ ਹਜ਼ੂਰ ਆ ਕੇ ਉਹਨੇ ਨਮਸਕਾਰ ਕਰੀ। ਉਹ ਹੈਰਾਨ ਹੋ ਗਏ, ਉਹ ਚਾਚਾ ਤਾਂ ਭੁੱਲ ਗਏ ਸਾਰੀ, ਇਹ ਕੌਣ ਹੋਈ ਇਹ ਲੜਕੀ। ਉਸ ਵੇਲੇ ਮਹਾਰਾਜ ਨੇ ਕਿਹਾ ਬੀਬਾ ਕਿੱਥੋਂ ਆਏ ਹੋ? ਕਹਿਣ ਲੱਗੀ ਮਹਾਰਾਜ ਮੈਂ ਆਪਦੀ ਸਿੱਖੀ ਅਖਤਿਆਰ ਕੀਤੀ ਹੋਈ ਹੈ ਅਤੇ ਮੈਂ ਆਪਦੀ ਦਰਗਾਹ ਵਿੱਚੋਂ ਆਈ ਹਾਂ ਇਹ ਦੇਖਣ ਵਾਸਤੇ ਕਿ ਮੈਂ 6ਵੇਂ ਗੁਰੂ ਨਾਨਕ ਦੇ ਦਰਸ਼ਨ ਕਰਨਾ। ਗੁਰੂ 5ਵੇਂ ਪਾਤਸ਼ਾਹ ਵੇਲੇ ਮੈਂ ਕਾਬਲ ਤੋਂ ਆਉਂਦੀ ਹੁੰਦੀ ਸੀ ਅਤੇ ਮੇਰੇ ਮਨ ਵਿੱਚ ਆਇਆ ਕਿ ਮੈਂ ਵੀ ਸੇਵਾ ਕਰਾਂ, ਸਰੋਵਰ ਦੀ ਸੇਵਾ ਹੋ ਰਹੀ ਹੈ, ਪਰ ਮੇਰਾ ਬੱਚਾ ਸੀ, ਪਤੀ ਮੇਰਾ ਕੰਮ ਕਰਦੇ ਸੀ, ਮੈਂ ਆਪਣੇ ਪਤੀ ਨੂੰ ਪੁੱਛਿਆ ਵੀ ਜੇ ਹੁਕਮ ਹੋਵੇ ਤਾਂ ਮੈਂ ਜਾਇਆ ਕਰਾਂ ਅਤੇ ਮੈਂ ਉਹਦੇ ਹੁਕਮ ਲੈ ਕੇ ਆ ਜਾਂਦੀ ਸੀ। ਇੱਕ ਦਿਨ ਗੁਰਸਿੱਖਾਂ ਨੇ ਮਹਾਰਾਜ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਇੱਕ ਬੀਬੀ ਆਉਂਦੀ ਹੈ, ਆਉਂਦੀ ਦਾ ਨਹੀਂ ਪਤਾ ਲੱਗਦਾ, ਜਾਂਦੀ ਦਾ ਨਹੀਂ ਪਤਾ ਲੱਗਦਾ, ਅਤੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਐਂ ਹੱਥ ਦੋਏ ਮਾਰਦੀ ਹੈ ਜਿਵੇਂ ਕੋਈ ਝੂਠਾ ਦਿੰਦੀ ਹੁੰਦੀ ਹੈ। ਮਹਾਰਾਜ ਕਹਿੰਦੇ ਅੱਜ ਜਾਣ ਨਾ ਦਿਓ ਬੀਬੀ ਨੂੰ, ਸਾਡੇ ਕੋਲ ਲਿਆਇਓ। ਉਹ ਜਦੋਂ ਸਮਾਪਤ ਹੋਣ ਲੱਗੀ ਕਾਰ ਸੇਵਾ, ਉਸੇ ਵੇਲੇ ਜਥੇਦਾਰ ਨੇ ਕਿਹਾ ਕਿ ਬੀਬਾ ਤੁਹਾਨੂੰ ਅੱਜ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਗਿਆ ਹੋਈ ਹੈ। ਉੱਥੇ ਆ ਗਈ,
ਕਹਿਣ ਲੱਗੇ ਬੀਬਾ ਕਿੱਥੋਂ ਆਉਂਦੇ ਹੋ? ਕਹਿਣ ਲੱਗੇ ਵੀ ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਸਿੱਖਾਂ, ਗੁਰੂ ਨਾਨਕ ਪਾਤਸ਼ਾਹ ਸਾਡੇ ਗਏ ਸੀ ਅਤੇ ਮੇਰੇ ਜਿਹੜੇ ਸਹੁਰਾ ਸਾਹਿਬ ਨੇ ਉਹਨਾਂ ਨੇ ਉਹਨਾਂ ਤੋਂ ਸਿੱਖੀ ਧਾਰਨ ਕਰੀ ਸੀ, ਸਾਡੇ ਘਰ ਵਿੱਚ ਸਿੱਖੀ ਦਾ ਪ੍ਰਵੇਸ਼ ਹੋ ਗਿਆ ਅਤੇ ਮੇਰੇ ਮਾਤਾ ਪਿਤਾ ਨੇ ਮੈਨੂੰ ਸਿੱਖਿਆ ਦਿੱਤੀ, ਮੈਂ ਇਸ ਘਰ 'ਚ ਵਿਆਹੀ ਗਈ ਅਤੇ ਮੈਂ ਆਪਣੇ ਪਤੀ ਨੂੰ ਇਹ ਸੰਤ ਮੰਨਦੀ ਹਾਂ, ਪਤੀ ਨੂੰ ਇਹ ਮੈਂ ਵਾਹਿਗੁਰੂ ਮੰਨਦੀ ਹਾਂ, ਪਤੀ ਨੂੰ ਇਹ ਗੁਰੂ ਮੰਨਦੇ ਹਾਂ, ਮੈਂ ਉਹਦੀ ਸੇਵਾ ਕੀਤੀ। ਉਹਦੇ ਵਿੱਚ ਮੈਨੂੰ ਇਹ ਸ਼ਕਤੀ ਹੋ ਗਈ ਕਿ ਮੈਂ ਇੱਕ ਵਾਰੀ ਵਾਹਿਗੁਰੂ ਕਹਿ ਕੇ ਉੱਥੋਂ ਪੈਰ ਪੱਟਦੀ ਹਾਂ ਅਤੇ ਦੂਜੀ ਵਾਰੀ ਮੈਂ ਇੱਥੇ ਪਹੁੰਚਿਆ ਨਹੀਂ। ਬੱਚਾ ਮੇਰਾ ਛੋਟਾ, ਮੈਂ ਉਹਨੂੰ ਭੰਗੂੜੇ 'ਤੇ ਪਾਇਆ ਨਹੀਂ ਹਾਂ ਅਤੇ ਉਹਦੇ ਬਾਅਦ ਮੈਂ ਥੋੜ੍ਹੀ ਜਿਹੀ ਦੇਰ ਬਾਅਦ ਹਿਲਾ ਦਿੰਦੀ ਹਾਂ ਵੀ ਬੱਚਾ ਜਾਗ ਨਾ ਪਵੇ। ਸੋ ਸੱਚੇ ਪਾਤਸ਼ਾਹ ਉਹ ਜਿਹੜੇ ਦਿਨ ਤਾਂ ਮੇਰਾ ਲੰਘਿਆ, ਤੁਹਾਡੇ ਮੈਂ ਦਰਸ਼ਨ ਨਹੀਂ ਸੀ ਕਰੇ ਸੀ, ਮੈਂ ਤੁਹਾਡੇ ਦਰਸ਼ਨਾਂ ਵਾਸਤੇ ਆਈ ਹਾਂ ਅਤੇ ਮੈਨੂੰ ਹੁਣ ਖੁਸ਼ੀਆਂ ਦਿਓ। ਮਹਾਰਾਜ ਨੇ ਪ੍ਰਸ਼ਾਦ ਦਿੱਤਾ, ਖੁਸ਼ੀਆਂ ਕਰੀਆਂ। ਮੈਂ ਇਹ ਗੱਲ ਤਾਂ ਕਹੀ ਹੈ ਵੀ ਉਹ ਬਾਬੇ ਫਰੀਦ ਵਾਲੀ ਜਿਹੜੀ ਗੱਲ ਹੈ ਨਾ, ਉਹਨੂੰ ਐਂ ਨਾ ਸਮਝ ਲਓ ਵੀ ਤੂੰ ਮਨੋਕਲਪਤ। ਸੋ ਬੀਬੀ ਨੇ ਜਿਸ ਵਾਰ ਦੱਸਿਆ ਵੀ ਅਸੀਂ ਤਾਂ ਪਤੀ ਪਾਤਾ ਇਸਤਰੀਆਂ ਹੁੰਦੀਆਂ, ਹੁਣ ਉਹਦੇ ਕੁਛ ਨਾ ਹੋਇਆ, ਮਾਂ ਕੋਲ ਚਲੇ ਗਿਆ, ਮਾਂ ਨੂੰ ਦੱਸਿਆ ਨਹੀਂ ਫਿਰ ਵੀ ਮੈਨੂੰ ਤਾਂ ਕੁਛ ਵੀ ਨਹੀਂ ਮਿਲਿਆ। ਕਿਉਂਕਿ ਕਰਾਮਾਤ ਜਿਹੜੀ ਹੈ ਨਾ ਸ਼ਕਤੀ, ਇਹ ਰੂਹਾਨੀ ਮਾਰਗ ਦੇ ਵਿੱਚ ਵੱਡਾ ਭਾਰੀ ਬੰਧਨ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ, ਇਹਦੇ 'ਚ ਨਾਮ ਨਹੀਂ ਵੱਸਦਾ। ਜਿਹੜੀ ਸਭ ਤੋਂ ਸੁਪਰੀਮ ਚੀਜ਼ ਆ ਉਹ ਨਹੀਂ ਆਉਣੀ, ਰਿੱਧੀ ਸਿੱਧੀ ਆ ਜਾਊ। ਰਿੱਧੀ ਸਿੱਧੀ ਇੱਕ ਸਫੀਅਰ ਹੈ ਤੁਹਾਡੇ ਅੰਦਰ, ਹਰੇਕ ਦੇ ਅੰਦਰ, ਕੋਈ ਵੀ ਚਲੋ ਸੰਸਾਰ ਦਲ ਦਾ ਕਮਲ ਹੈ ਉੱਥੇ ਹੈ। ਉੱਥੇ ਬੰਦਗੀ ਕਰਨ ਵਾਲੇ ਨੂੰ ਆਵਾਜ਼ਾਂ ਆਉਂਦੀਆਂ ਵੀ ਮੈਂ ਫਲਾਣੀ ਸਿੱਧੀ ਹਾਂ, ਮੈਨੂੰ ਅੰਗੀਕਾਰ ਕਰੋ, ਮੈਂ ਫਲਾਣੀ ਸਿੱਧੀ ਹਾਂ। ਜੇ ਤਾਂ ਉਹ ਪੱਕਾ ਬੈਰਾਗੀ ਹੈ, ਉਹ ਤਾਂ ਧਿਆਨ ਨਹੀਂ ਦਿੰਦਾ। ਉਹਦੇ ਬਾਅਦ ਉਹ ਰੂਪਧਾਰੀ ਹੋ ਕੇ ਆਉਂਦੀਆਂ, ਸੂਖਸ਼ਮ ਰੂਪ ਧਾਰ ਕੇ ਅੰਦਰ ਹੱਥ ਬੰਨ੍ਹਦੀਆਂ। ਜੇ ਉਹ ਵੀ ਰਿਜੈਕਟ ਕਰਦਾ ਫਿਰ ਦਾਸੀਆਂ ਹੋ ਜਾਂਦੀਆਂ, ਫਿਰ ਸਿੱਧ ਨਾ ਵੈ ਕੀ ਦਾਸੀ, ਫਿਰ ਸੇਵਾ ਆਪੇ ਕਰਦੀਆਂ ਨੇ ਆਪਣੇ ਭਲੇ ਵਾਸਤੇ। ਸੋ ਇਹ ਕੋਈ ਵੱਡੀ ਚੀਜ਼ ਨਹੀਂ ਹੈ। ਜੇ ਅਸੀਂ ਇਹਨੂੰ ਕਹੀਏ ਜੀ ਫਲਾਣੇ ਸੰਤ ਦਾ ਜੀ ਆਵਾਜ਼ ਦੇ ਕੇ ਬੁਲਾ ਲੈਂਦੇ ਨੇ, ਉਹਨਾਂ ਨੇ ਤਾਂ ਮੈਨੂੰ ਦੱਸਦਾ ਇਹ ਨਹੀਂ ਗੱਲਾਂ ਹੁੰਦੀਆਂ, ਦੇਖਣਾ ਇਹ ਹੁੰਦਾ ਗਿਆਨ ਵਿੱਚ ਕਿੰਨਾ ਇਹ, ਇਹਦੀ ਪਰਪੱਕ ਅਵਸਥਾ ਕੀ ਹੈ। ਸੋ ਇਸ ਤਰ੍ਹਾਂ ਬਾਬਾ ਫਰੀਦ ਵਾਪਸ ਦੁਬਾਰਾ ਆ ਗਿਆ, ਫਿਰ ਬੜੀ ਉਹਨੇ ਭਗਤੀ ਕਰੀ, ਉਸ ਤੋਂ ਵੀ ਜ਼ਿਆਦਾ ਕਰ ਲਿਆ ਅਤੇ ਐਸੀ ਅਵਸਥਾ ਦੇਖ ਕੇ ਦੇਖਣ ਵਾਸਤੇ ਬਹੁਤ ਸਾਰੇ ਤਪੀਏ ਆਉਂਦੇ ਨੇ ਵੀ ਬਾਬੇ ਫਰੀਦ ਜਿੱਦਾਂ ਤਪ ਨਹੀਂ ਕਰਿਆ, ਉਹਦੇ ਕੁਛ ਬਾਣੀ ਦੇ ਵਿੱਚ ਟੋਕ ਮਿਲਦੇ ਨੇ, ਇਸ ਤਰ੍ਹਾਂ ਪੜ੍ਹ ਲਓ। ਤਨ ਸੁੱਕ ਕੇ ਹੱਡਾਂ ਦੀ ਉੱਠੀ ਹੋ ਗਿਆ, ਅਰੇ ਬਿਨਾਂ ਰੱਬ ਪਾਉਣਿਆ, ਸਤਿ ਸ਼੍ਰੀ ਅਕਾਲ।
ਐਸੀ ਅਵਸਥਾ, ਇੰਨੀ ਸਖ਼ਤ ਜ਼ੁਹਦ ਕੀਤੀ, ਇੰਨਾ ਮਨ ਹੱਠ ਕਰਿਆ ਉਸਨੇ ਬਈ ਮੇਰਾ ਤਨ ਸੁੱਕ ਗਿਆ, ਹੁਣ ਤਾਂ ਰੱਬ ਮਿਲ ਜੂ। ਇੱਥੇ ਤੱਕ ਆਉਂਦਾ ਕਿ ਉਹਨੂੰ ਮੁਰਦਾ ਸਮਝ ਕੇ ਕੌਂ ਨੇ ਠੁੰਗਾ ਮਾਰਨੀਆਂ ਸ਼ੁਰੂ ਕਰਤੀ। ਅਖੀਰ ਇੱਕ ਕੌਂ ਉੱਡ ਕੇ ਮੱਥੇ 'ਤੇ ਆ ਗਿਆ। ਉਸ ਵੇਲੇ ਫਰੀਦ ਨੇ ਬਾਂਹ ਹਿਲਾਈ ਵੀ ਇਹ ਨਾ ਕੰਮ ਕਰ, ਇਹ ਨਾ ਮੇਰਾ ਕੰਮ ਕਰ, ਮੇਰਾ ਮੈਂ ਜਿਹਦੇ ਵਾਸਤੇ ਕਰ ਰਿਹਾ ਮੈਂ ਕਿਵੇਂ ਦਰਸ਼ਨ ਕਰੂੰਗਾ, ਕਿਉਂਕਿ ਅਜੇ ਤੱਕ ਖਿਆਲ ਸੀ ਵੀ ਪਰਮੇਸ਼ੁਰ ਐਂ ਸਾਹਮਣੇ ਦਰਸ਼ਨ ਦਊ, ਦੇ ਵੀ ਦਿੰਦਾ ਉਹ ਹੋਰ ਕਰ ਲੈ, ਇਹ ਗੱਲ ਹੋਰ ਹੈ। ਉਸ ਵੇਲੇ ਬਾਣੀ ਦੇ ਅੰਦਰ ਆਉਂਦਾ ਕਿ ਉਹਨੇ ਕੌਂ ਨੂੰ ਰਿਕੁਐਸਟ ਕਰੀ, ਇਹ ਪੜ੍ਹ ਲਓ, ਉਹ ਕਾਕਾ ਇਹ ਦੁਨਿਆ ਕੁਛ ਵੀ ਨਹੀਂ ਹੋਇਆ, ਪਰਮੇਸ਼ੁਰ ਮਿਲਿਆ ਨਹੀਂ। ਇੱਕ ਉਸ ਵੇਲੇ ਬਹੁਤ ਵੱਡੇ ਪੀਰ ਸੀਗੇ, ਧੁੰਮਾਂ ਪੈ ਗਈਆਂ ਬਾਬੇ ਫਰੀਦ ਦੇ ਤਪ ਦੀਆਂ, ਉਹ ਵੀ ਦਰਸ਼ਨ ਦੇਖਣ ਵਾਸਤੇ ਆਏ, ਆ ਕੇ ਬਹਿ ਗਏ ਕੁਰਸੀ 'ਤੇ, ਬਹਿ ਗਏ, ਕੋਈ ਉੱਚਾ ਹੋਣਾ ਸੀਟ ਉਹਦੇ 'ਤੇ ਬਹਿ ਗਏ।
ਉਹਨਾਂ ਨੇ ਪੁੱਛਿਆ, ਫਰੀਦਾ ਕਿੱਥੇ ਕੁ ਪਹੁੰਚ ਗਿਆ? ਫਰੀਦ ਨੇ ਐਂ ਹੱਥ ਕਰਤਾ, ਉਹਦੀ 5 ਫੁੱਟ ਸੀਟ ਉੱਚੀ ਉੱਠ ਖੜੀ, ਉਹ ਇੱਥੇ ਆ ਗਈ। ਉਹਨੇ ਹੱਥ ਮਾਰਿਆ, ਉਹ ਥੱਲੇ ਆ ਗਏ। ਉਹਨੇ ਕਿਹਾ ਫਰੀਦ ਨੇ ਵੀ ਮੈਨੂੰ ਇਹ ਕੁਛ ਕਹਿਣਗੇ। ਕਹਿੰਦੇ ਫਰੀਦਾ ਅਜੇ ਤਾਂ ਤੈਂ ਰੂਹਾਨੀਅਤ ਦਾ ਊੜਾ ਆੜਾ ਵੀ ਨਹੀਂ ਪੜਿਆ, 24 ਸਾਲ ਤੇਰੇ ਲੱਗ ਚੁੱਕੇ ਨੇ, ਇਹ ਕੁਛ ਨਹੀਂ ਹੈ, ਇਹ ਕੋਈ ਪ੍ਰਾਪਤੀ ਨਹੀਂ ਹੈ ਤੈਨੂੰ, ਇਹ ਤਾਂ ਟਿਕੇ ਹੋਏ ਮਨ ਦੇ ਅੰਦਰ ਸ਼ਕਤੀਆਂ ਨੇ, ਮਨ ਦੇ ਅੰਦਰ ਬੇਅੰਤ ਸ਼ਕਤੀ ਹੈ, ਕੋਈ ਬੰਦਾ ਵੀ ਇਕਾਗਰ ਕਰਕੇ ਉਹਦੇ ਵਿੱਚ ਸ਼ਕਤੀਆਂ ਆਉਣੀ ਸ਼ੁਰੂ ਹੋ ਜਾਣਗੀਆਂ। ਇਹਦਾ ਰੂਹਾਨੀਅਤ ਨਹੀਂ ਹੁੰਦੀ, ਇਹ ਵੈਸੇ ਹੀ ਹੁੰਦੀ ਹੈ, ਇੱਕ ਐਕਸਰਸਾਈਜ਼ ਹੈ। ਰੱਬ ਦਾ ਘਰ ਹੋਰ ਤਰ੍ਹਾਂ ਦੇ ਨਾਲ ਮਿਲਦਾ। ਉਸ ਵੇਲੇ ਕਹਿਣ ਲੱਗੇ, ਫਰੀਦਾ ਜੋ ਤੈਂ ਬਹੁਤ ਕਰਿਆ, ਬਹੁਤ ਕਰਿਆ, ਲੇਕਿਨ ਪਿਆਰਿਆ ਉਹ ਮਤਲਬ ਨਹੀਂ ਤੇਰਾ ਹੱਲ ਹੋਣਾ ਜਿਹਦੇ ਵਾਸਤੇ ਤੂੰ ਨਾ ਇਹ ਕੰਮ ਕਰ। ਉਸ ਵੇਲੇ ਐਸਾ ਆਉਂਦਾ ਹੈ ਪ੍ਰਭੂ ਪਿਆਰ ਨਾਲ, ਜੰਗਲਾਂ ਦੇ ਵਿੱਚ ਆਹ
ਅਸੀਂ ਦਾਤ ਦਿੰਦੇ ਹਾਂ ਤੇਰੇ ਤਪ ਦੀ, ਕੁਰਸੀ ਮੇਰੀ ਤਾਂ ਚੱਕ ਦਿੱਤੀ, ਪਰ ਇਹ ਰੱਬ ਦਾ ਰਾਹ ਨਹੀਂ ਹੈ, ਇਹ ਸ਼ਕਤੀਆਂ ਦੇ ਰਾਹ 'ਤੇ ਪੈ ਗਿਆ। ਰੱਬ ਨੇ ਜੰਗਲ 'ਚੋਂ ਨਹੀਂ ਮਿਲਣਾ, ਰੱਬ ਤੇਰੇ ਅੰਦਰ ਵੱਸਦਾ, ਉਹਨੂੰ ਟਕਿਆ ਹੋਇਆ ਹਉਮੈ ਨੇ, ਖੁਦ ਹੀ ਨੇ। ਖੁਦ ਹੀ ਦਾ ਕੋਈ ਇਲਾਜ ਨਹੀਂ ਹੈ ਸਿਵਾਏ ਨਾਮ ਤੋਂ। ਨਾਮ ਨਹੀਂ ਪ੍ਰਾਪਤ ਹੁੰਦਾ ਜਦ ਤੱਕ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਨਹੀਂ ਆਉਂਦਾ, ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਇਸ ਕਰਕੇ ਤੂੰ ਅੰਦਰ ਦੀ ਖੋਜ ਕਰ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਇਹ ਸਰੀਰ ਦੇ ਵਿੱਚ ਵਾਹਿਗੁਰੂ ਦੀ ਜੋਤ ਹੈ। ਗੋਜ ਰਤਨ ਵਿੱਚ ਛੁਪ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਜ, ਗੁਰਮੁਖ ਦੀ ਮਦਦ ਦੇ ਨਾਲ ਜਾ ਕੇ ਇਹਦੀ ਇਹਨੂੰ ਖੋਜ ਕਰ ਸਕਦਾ। ਖੋਜ ਇੱਕ ਅੱਖਰ ਹੈ, ਟੈਕਨੀਕਲ। ਪੁਰਾਣੇ ਜ਼ਮਾਨੇ 'ਚ ਓਟ ਹੁੰਦੇ, ਜਦੋਂ ਪਾਕਿਸਤਾਨ ਨਹੀਂ ਸੀ ਬਣਿਆ, ਉਹ ਪਿੰਡਾਂ ਦੇ ਬਾਹਰ ਹੁੰਦੇ, ਉਹਨਾਂ ਦਾ ਕੰਮ ਹੁੰਦਾ ਛੁਪੇ ਹੋਏ ਖੂਹ ਟੋਲ ਕੇ ਦੇਣੇ ਲੋਕਾਂ 'ਚ। ਇਹ ਸੀ ਵੀ ਇਹਨਾਂ ਨੂੰ ਪਾਣੀ ਦਾ ਪਤਾ ਵੀ ਕਿੱਥੇ ਹੈ। ਉਹ ਆ ਕੇ ਉਹਨੂੰ ਕਹਿੰਦੇ ਸੀ ਵੀ ਸਾਡੇ ਬਾਬੇ ਦਾਦੇ ਦੱਸਦੇ ਸੀ, ਅਡਾਰ ਆ ਗਈ ਸੀ, ਖੂਹ ਵਿੱਚ ਦੱਬ ਗਿਆ, ਸਾਨੂੰ ਪਤਾ ਨਹੀਂ ਲੱਗਦਾ, ਖੇਤ 'ਚ ਹੈਗਾ ਜ਼ਰੂਰ, ਵੀ ਉਹ ਕੱਢ ਦਿਉ। ਉਹ ਬੱਕਰੀਆਂ ਲੈ ਕੇ ਸਾਰੇ ਖੇਤ 'ਚ ਘੁੰਮਾਉਂਦੇ ਸੀ। ਬੱਕਰੀ ਦਾ ਸੁਭਾਅ ਹੈ ਵੀ ਉਹ ਕਦੇ ਵੀ ਖੂਹ ਤਾਂ ਨਹੀਂ ਚੜ੍ਹਦੀ, ਉਹ ਉੱਥੇ ਸਰਕਲ ਭਾਲਦੀ ਹੈ, ਉਹ ਇਕੱਠਾ ਹੋ ਕੇ ਜਿਹੜਾ ਹੱਕੀ ਜਾਣਾ, ਉਹ ਜਦ ਉੱਥੇ ਆਉਣਾ ਉਹਨਾਂ ਨੇ ਐਂ ਖਿੰਡ ਜਾਣਾ। ਦੋ ਤਿੰਨ ਵਾਰੀ ਉਹਨਾਂ ਨੇ ਟੈਸਟ ਕਰਕੇ ਕਹਿਣਾ ਲਓ ਭਾਈ ਇੱਥੇ ਆ ਤੁਹਾਡਾ ਖੂਹ, ਕਹਿੰਦੇ ਜੀ ਹੁਣ ਖੋਦ ਕਰ ਦਿਉ। ਉਹ ਫਿਰ ਖੋਦ ਕਰਕੇ ਕੱਢਦੇ ਸੀ ਸਾਰੀ ਜਿਹੜਾ ਉਹਦੇ 'ਚ ਪੈ ਗਈਆਂ, ਚਾਹੇ ਝੜ ਪਏ, ਚਾਹੇ ਇੱਟਾਂ ਗਿਰ ਗਈਆਂ, ਚਾਹੇ ਕੁਛ ਕਰੇ, ਇਹਨੂੰ ਖੋਦ ਕਹਿੰਦੇ ਨੇ। ਮਹਾਰਾਜ ਨੇ ਲਿਖਿਆ ਵੀ ਓਡਾ ਜਿਵੇਂ ਖੂਹ ਕੱਢ ਦਿੰਦਾ, ਐਂ ਅੰਦਰ ਖੋਦ ਕਰਨੀ ਪੈਂਦੀ ਹੈ, ਰਿਸਰਚ ਕਰਨੀ ਪੈਂਦੀ ਹੈ, ਮਦਦ ਟੋਲਣਾ ਪੈਂਦਾ। ਕਹਿੰਦੇ ਗੁਰਮੁਖ ਦੀ ਮਦਦ ਨਾਲ ਹੈ। ਜਦ ਖੋਦਿਆ ਕੀ ਦੇਖਿਆ, ਸਭ ਆਤਮ ਆਰਾਮ ਪਸੜਿਆ, ਇੱਕ ਰਵਿਆ ਇੱਕ ਓਤ ਪੋਤ, ਵਾਹਿਗੁਰੂ ਇਹਦੇ ਸਰੀਰ ਦੇ ਅੰਦਰ ਹੋਰ ਤਾਂ ਕੋਈ ਹੈ ਹੀ ਨਹੀਂ। ਇਹ ਜਿਹੜੀ ਮਾਇਆ ਇਹ ਖੁਦ ਹੀ ਨੇ ਬਣਾਈ ਹੈ, ਹਉਮੈ ਨੇ ਬਣਾਈ ਹੈ, ਐਕਚੁਅਲ ਨਹੀਂ ਹੈ, ਇਹ ਝੂਠੀ ਮਾਇਆ, ਕੂੜੀ ਮਾਇਆ। ਇਹਦੇ ਵਿੱਚ ਅਸੀਂ ਫਸੇ ਪਏ ਹਾਂ ਸਾਰੇ, ਜਿੰਨੇ ਵੀ ਕੋਈ ਵੀ ਹੈ ਐਨੀ ਬੋਡੀ। ਜਿੰਨਾ ਚਿਰ ਹਉਮੈ ਨੂੰ ਨਹੀਂ ਸਮਝਦਾ, ਉਨੀ ਦੇਰ ਤੱਕ ਗੱਲ ਨਹੀਂ ਬਣਦੀ। ਹੋਂ ਕਰਦੇ ਨੂੰ ਪਰਮੇਸ਼ਰ ਮਿਲੇ ਨਹੀਂ ਸਕਦਾ, ਮਿਲਦਾ ਜ਼ਿਆਦਾ ਹੈ ਜਦ ਹਉਮੈ ਦਾ ਪੂਰੀ ਤਰ੍ਹਾਂ ਨਾਲ ਅਭਾਵ ਹੋ ਜਾਂਦਾ ਹੈ। ਅਤੇ ਮੈਂ ਪਹਿਲਾਂ ਵੀ ਦੱਸਿਆ ਆ ਵੀ ਉਹ ਛੇਵੀਂ ਸਮਾਧੀ 'ਚ ਹੁੰਦਾ, ਇੰਨੀ ਮਿਹਨਤ ਕਰਨ ਤੋਂ ਬਾਅਦ ਉਹ ਸਾਕਸ਼ਾਤਕਾਰ ਹੁੰਦੀ ਹੈ ਆਤਮਾ, ਆਤਮਾ ਪਰਾਤਮਾ ਇੱਕ ਕਰਦਾ ਹੈਗਾ। ਤਾਂ ਅੰਦਰ ਮਿਹਨਤ ਕੌਣ ਕਰੇ, ਮਿਹਨਤ ਕਰਕੇ ਕਰ ਹੁੰਦੀ ਹੈ ਸਮਰੱਥ ਗੁਰੂ ਨਾਲ, ਕਿਉਂਕਿ ਇਹਦੇ ਅਵਸਥਾ ਨੇ ਧਿਆਨ ਨਾਲ ਸੁਣਿਓ। ਪਹਿਲੀ ਅਵਸਥਾ ਹੁੰਦੀ ਹੈ ਇਸਲਾਮ ਦੇ ਹਿਸਾਬ ਨਾਲ, ਉਹਨੂੰ ਮੰਜ਼ਲੇ ਤਲਾਸ਼ ਕਹਿੰਦੇ ਨੇ, ਤਲਾਸ਼ ਕਰਨਾ। ਬਾਬੇ ਫਰੀਦ ਨੇ 24 ਸਾਲ ਤਲਾਸ਼ ਕਰੀ। ਦੂਸਰੀ ਹੋਇਆ ਕਰਦੀ ਹੈ ਮੰਜ਼ਲੇ ਇਸ਼ਕ। ਇਸ਼ਕ ਜਦੋਂ ਗੁਰੂ ਦੀ ਸ਼ਰਨ ਵਿੱਚ ਜਾਂਦਾ, ਫਿਰ ਗੁਰੂ ਨਾਲ ਪਿਆਰ ਕਰਦਾ, ਪਿਆਰ ਕਰਦਾ, ਪਿਆਰ ਬਿਨਾਂ ਨਹੀਂ ਗੱਲ ਬਣਦੀ। ਸੱਚ ਕਹੂੰ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ, ਅਤੇ ਨਹੀਂ ਪ੍ਰਾਪਾ ਗਿਣਤੀਆਂ ਮਿਣਤੀਆਂ ਨਾਲ ਰੱਬ ਨਹੀਂ ਆਉਂਦਾ ਵੀ ਇੰਨੀਆਂ ਮਾਲਾ ਫੇਰ ਲਈਏ, ਮੈਂ ਇੰਨਾ ਭਜਨ ਕਰਦਾ ਨਾ। ਪਿਆਰ ਹੋਣਾ ਚਾਹੀਦਾ। ਉਹ ਮੰਜ਼ਲ ਦੂਜੀ ਹੈ ਜਿਹਨੂੰ ਮੰਜ਼ਲੇ ਇਸ਼ਕ ਕਹਿੰਦੇ ਨੇ। ਤੀਸਰੀ ਹੋਇਆ ਕਰਦੀ ਹੈ ਮੰਜ਼ਲੇ ਮਾਰਫਤ। ਉਹ ਮਾਰਫਤ ਹੁੰਦੀ ਹੈ ਜੇ ਬਾਣੀ ਦਾ ਵਿਚਾਰ ਕਰਦਾ, ਪਤਾ ਲੱਗਦਾ ਵੀ ਵਾਹਿਗੁਰੂ ਹੈ, ਇੱਥੇ ਹੋਰ ਕੋਈ ਨਹੀਂ ਹੈ, ਲੇਕਿਨ ਪ੍ਰਾਪਤੀ ਤਾਂ ਹੋਈ ਨਹੀਂ। ਉਹ ਮਾਰਫਤ ਦੇ ਵਿੱਚ ਉਹਦੀ ਸੁਰਤ ਜਾਣੀ ਸ਼ੁਰੂ ਹੋ ਜਾਂਦੀ ਹੈ, ਮੰਨਣਾ ਸ਼ੁਰੂ ਕਰਦਾ ਹੌਲੀ ਹੌਲੀ। ਚੌਥੀ ਹੋਇਆ ਕਰਦੀ ਹੈ ਮੰਜ਼ਲੇ ਮਹਿਬੀਅਤ।
ਉਹ ਭਜਨ ਕਰਦੇ ਕਰਦੇ ਜਦ ਲਿਵ ਲੱਗ ਜਾਂਦੀ ਹੈ, ਫੁਰਨੇ ਹਟ ਜਾਂਦੇ ਨੇ, ਇਹਨੂੰ ਮੈਂ ਵੀ ਹੱਥ ਕਹਿੰਦੇ ਲਿਵ ਦੀ ਅਵਸਥਾ ਹੈ ਚੌਥੀ। ਪੰਜਵੀਂ ਹੋਇਆ ਕਰਦੀ ਹੈ ਮੰਗਲੇ ਬਹਿਦੀਅਤ। ਬਹਿਦੀਅਤ ਹੁੰਦੀ ਹੈ ਅਭੇਦ ਅਵਸਥਾ ਦੇ ਵਿੱਚ ਜਾਣਾ, ਵੀ ਮੈਂ ਆਤਮਾ ਹਾਂ, ਮੈਂ ਮੇਰਾ ਅਤੇ ਪਰਮੇਸ਼ੁਰ ਦਾ ਰਿਲੇਸ਼ਨ ਇੱਕ ਜਾਤ ਹੈ, ਇੱਕ ਅਸੀਂ ਹੈਗੇ, ਲੇਕਿਨ ਮੇਰੇ ਮੈਂ ਕਰਕੇ ਮੈਨੂੰ ਮਿਲਣਾ ਮੁਸ਼ਕਿਲ ਹੋਇਆ ਹੋਇਆ। ਇਹ ਤੋੜਦੀ ਹੈ ਮੈਂ ਜਿਹੜੀ ਪਰਮੇਸ਼ੁਰ ਨੂੰ ਮਿਲ ਨਹੀਂ ਦਿੰਦੀ, ਇਹ ਕੁੜੀ ਮੈਂ ਢਕਿਆ ਹੋਇਆ ਉਹਨੇ ਪਰਮੇਸ਼ੁਰ ਨੂੰ ਅੰਦਰ ਸਾਡੇ। ਜਦ ਤੱਕ ਇਹ ਹਉਮੈ ਦਾ ਨਾਸ਼ ਨਹੀਂ ਹੁੰਦਾ ਉਨੀ ਦੇਰ ਤੱਕ ਪਰਮੇਸ਼ੁਰ ਅੰਦਰ ਰਹਿੰਦਾ ਹੋਇਆ ਪ੍ਰਗਟ ਨਹੀਂ ਹੁੰਦਾ। ਛੇਵੀਂ ਹੋਇਆ ਕਰਦੀ ਹੈ ਮੰਜਲੇ ਨੂਰ, ਜਿਹਨੂੰ ਵਿਸਮਾਦ ਕਹਿੰਦੇ ਨੇ। ਵਿਸਮਾਦ ਵਿੱਚ ਆ ਕੇ ਆਦਮੀ ਆਨੰਦ ਬੜੇ ਲੈਂਦਾ, ਉੱਥੇ ਬਹੁਤੇ ਸਮਝ ਜਾਂਦੇ ਨੇ ਮੈਨੂੰ ਰੱਬ ਮਿਲ ਗਿਆ, ਲੇਕਿਨ ਮਿਲਿਆ ਨਹੀਂ ਹੈ। ਸੱਤਵੀਂ ਹੋਇਆ ਕਰਦੀ ਹੈ ਆਖਰੀ ਅਵਸਥਾ, ਜਿਹਨੂੰ ਅਭੇਦ ਅਵਸਥਾ ਮਹਾਂਪੁਰਸ਼ ਦੱਸਦੇ ਨੇ, ਉਹਨੂੰ ਫਨਾਹ ਅੱਲਾ ਕਹਿੰਦੇ ਨੇ, ਫਨਾਹੇ ਅੱਲਾ ਵੀ ਕਹਿ ਦਿੰਦੇ ਨੇ। ਆਪਣੀ ਟੋਟਲੀ ਆਪਣੀ ਜਿਹੜੀ ਹਾਂ ਹੈ ਨਾ ਮੈਂ, ਇਹ ਡਿਜ਼ੋਲਵ ਕਰ ਦੇਣੀ, ਆਪ ਖਤਮ ਹੋ ਗਿਆ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਅਨਲਗਮ ਜੈਸੇ ਲਹਿਰ ਮਯੋ ਤਦ ਜਲ ਕੇਵਲ ਜਨਮ। ਮਾਧਵੇ ਕਿਆ ਕਹੀਏ, ਪਰ ਮੈਂ ਸਾ ਜੈਸਾ ਮਾਨੀਏ ਹੋਏ ਨਾ ਤੈਸਾ। ਨਰਪੁੱਤ ਏਕ ਸੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀਆ, ਛਤਰਾਜ ਬਿਜਰਤ ਦੁੱਖ ਪਾਇਆ, ਸੋਗਤ ਪਈ ਮਾਰ ਰਾਜ ਬਿਅੰਗ ਪ੍ਰਸੰਗ ਜੈਸੇ ਆਪ ਕੁਛ ਮਰਮ ਚੜਾਇਆ। ਜਿਵੇਂ ਰੱਸੀ ਪਈ ਸੀ ਹਨੇਰੇ ਵਿੱਚ, ਸੱਪੇ ਸਮਝੀ ਗਏ ਸੀ, ਜਦ ਚਾਨਣਾ ਹੋਇਆ ਫਿਰ ਪਤਾ ਲੱਗਿਆ ਵੀ ਇਹ ਤਾਂ ਰੱਸੀ ਹੈ। ਇਸੇ ਤਰ੍ਹਾਂ ਜਦੋਂ ਗਿਆਨ ਦੀ ਅੱਖ ਖੁੱਲ੍ਹ ਗਈ ਫਿਰ ਪਤਾ ਲੱਗਿਆ ਉਹ ਫਨਾਹ ਹੋ ਜਾਂਦਾ, ਮੈਂ ਜਿਹੜੀ ਝੂਠੀ ਬਣੀ ਹੋਈ ਹੈ ਖਤਮ ਹੋ ਜਾਂਦੀ। ਹੁਣ ਇਹਦੇ 'ਚ ਕਹਿੰਦੇ ਫਿਰ ਰੱਬ ਕੀ ਮਿਲਣਾ ਹੋਇਆ, ਵੀ ਜੇ ਮੈਂ ਨਹੀਂ ਰਹੀ ਮੈਂ ਤਾਂ ਰੱਬ ਨੂੰ ਮਿਲਣਾ ਸੀ। ਇਹ ਹੁੰਦਾ ਨਹੀਂ, ਹੌਂ ਕਰੀ ਤਾਂ ਪਰਮੇਸ਼ੁਰ ਨਹੀਂ ਹੁੰਦਾ। ਹਉਮੈ ਦਾ ਪੂਰਾ ਨਾਸ਼ ਹੋਵੇ, ਭਾਵ ਹੋਵੇ, ਤਾਂ ਜਾ ਕੇ ਆਪਣਾ ਅਸਲਾ ਖੁੱਲ੍ਹਦਾ। ਅਸੀਂ ਉਹ ਕਿਤੇ ਘੱਟ ਵੱਸਦਾ, ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ, ਔਰ ਟੋਲਦਾ ਤਾਂ ਫਿਰਦਾ ਸੀ ਪਰ ਨਿਕਲਿਆ ਤੂੰ ਹੀ। ਸੋ ਇਹ ਅਵਸਥਾ ਹੋਇਆ ਕਰਦੀਆਂ ਨੇ। ਉਹ ਕਹਿਣ ਲੱਗੇ ਫਰੀਦਾ, ਮੁਰਸ਼ਦੇ ਕਾਬਲ ਦੀ ਸ਼ਰਨ ਵਿੱਚ ਗਏ ਬਿਨਾਂ ਨਹੀਂ ਮਿਲਣੀਆਂ, ਜਾਂ ਕੋਈ ਕਾਬਲ ਪੂਰਾ ਟੋਲ ਲੈ ਮੁਰਸ਼ਦੇ ਕਾਬਲ। ਉਸ ਵੇਲੇ ਬਾਬੇ ਫਰੀਦ ਨੇ ਦੱਸ ਦਿੱਤਾ ਉਸਨੇ ਕਿ ਇਸ ਵੇਲੇ ਬਖਤਿਆਰ ਕਾਕੀ ਜਿਹੜਾ ਹੈ ਅਜਮੇਰ ਸ਼ਰੀਫ 'ਚ, ਉਹਦੀ ਸ਼ਰਨ ਚਲੇ ਜਾ। ਉੱਥੇ ਗਿਆ ਤਾਂ ਜਾ ਕੇ ਦੇਖਦਾ ਹੈ ਕਿ ਉਹ ਬੱਚਿਆਂ ਨਾਲ ਖੇਡਦੇ ਨੇ। ਇਹਨੇ ਆਪਣੀ ਹੋਂਦ ਦੱਸਣ ਵਾਸਤੇ ਗੇਂਦ ਉੱਪਰ ਇਹ ਰੋਕ ਦਿੱਤੀ, ਉਹਨਾਂ ਨੇ ਗੇਂਦਬਾਜ਼ੀ ਉੱਪਰ ਹੀ ਰੋਕੀ। ਉਹਨੇ ਦੇਖਿਆ ਵੀ ਗੇਂਦ ਰੋਕਤੀ, ਉਸ ਸਮਰੱਥ ਸੀਗੀ, ਉਹਨਾਂ ਨੂੰ ਸਿੱਟ ਲਈ, ਦੇਖਿਆ ਵੀ ਆਹ ਬੰਦਾ ਆਇਆ, ਖੇਲ ਬੰਦ ਕਰਤੀ। ਕਹਿੰਦੇ ਕੀ ਗੱਲ, ਕਿਵੇਂ ਆਇਆ? ਕਹਿੰਦਾ ਮੈਂ ਤੁਹਾਨੂੰ ਮੁਰਸ਼ਦ ਧਾਰਨ ਕਰਨ ਆਇਆ। ਕਹਿੰਦੇ ਵਾਹ ਬਈ ਵਾਹ, ਮੁਰਸ਼ਦ ਬਣਨਾ ਆਇਆ ਕਿ ਧਾਰਨ ਕਰਨਾ? ਇਸ ਤਰ੍ਹਾਂ ਨਹੀਂ, ਮੁਰਸ਼ਦ ਮਰੀਦ ਨਹੀਂ ਬਣਦਾ, ਮਰੀਦ ਬਣਨ ਵਾਸਤੇ ਮੁਰਦਾ ਬਣਨਾ ਪੈਂਦਾ। ਜਾ ਅਜੇ ਤੂੰ ਫਿੱਟ ਨਹੀਂ। ਫਿਰ ਆਪਣੇ ਆਪ ਨੂੰ ਐਡਜਸਟ ਕੀਤਾ, ਦੁਬਾਰਾ ਆਇਆ ਤਾਂ ਉਹ ਇੱਕ ਮੁੱਢ ਦੇ ਥੱਲੇ ਬੈਠੇ ਸੀ ਸੁੱਕੇ ਹੋਏ ਦਰਖਤ ਦੇ। ਇਹਨੇ ਆਪਣੀ ਸ਼ਕਤੀ ਨਾਲ ਇਹਨੇ ਕਿਹਾ ਵੀ ਸਵੇਰੇ ਬੈਠੇ ਹੋਣੇ ਨੇ, ਹੁਣ ਸਮਾਧੀ 'ਚ ਆ ਕੇ ਧੁੱਪ ਆ ਗਈ, ਗਰਮੀ ਦਾ ਮਹੀਨਾ ਹੈ, ਵੀ ਮੈਂ ਕੁਛ ਸੇਵਾ ਕਰਦਾ। ਉਹ ਦਰਖਤ ਦੀਆਂ ਟਾਹਣੀਆਂ ਕੱਟਦੀਆਂ, ਉਹ ਜਦ ਠੰਡਾ ਲੱਗਿਆ ਉਹਨਾਂ ਨੇ ਫਿਰ ਅੱਖ ਖੋਲ੍ਹੀ, ਫਿਰ ਦੇਖਿਆ ਵੀ ਉਹੀ ਬੰਦਾ ਫਿਰ ਖੜਾ। ਉਹਨਾਂ ਨੇ ਨਿਗਾਹ ਕਰੀ, ਉਹ ਸਾਰਾ ਫਿਰ ਮੁੱਢ ਦਾ ਮੁੱਢ ਬਣਾ ਤਾ, ਟੁੰਡ ਬਣਾ ਤਾ। ਇਹਨੇ ਆ ਕੇ ਚਰਨ ਫੜ ਲਏ ਵੀ ਮੁਰਸ਼ਦ ਮੈਨੂੰ ਐਕਸੈਪਟ ਕਰ ਲਿਆ। ਕਹਿੰਦੇ ਤੂੰ ਫਿੱਟ ਨਹੀਂ ਹੈ, ਤੂੰ ਸਿੱਖੀ ਧਾਰਨ ਦੇ ਅਜੇ ਫਿੱਟੇ ਨਹੀਂ ਹੈ। ਇਹਦੇ ਵਿੱਚ ਸਿੱਖੀ ਧਾਰਨ ਦੀ ਪਹਿਲੀ ਸ਼ਰਤ ਹੈ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ,
ਹੋ ਸਭਨ ਕੀ ਰੇਣਕਾ ਤਾਂ ਉਹ ਹਮਾਰੇ ਪਾਸ। ਇਹ ਜਿਹੜੀ ਤੇਰੀ ਮੈਂ ਹੈ ਨਾ ਜਿਹਦੇ ਨਾਲ ਤੂੰ ਜਿਉਂਦਾ ਫਿਰਦਾ ਸੈਪਰੇਟ ਹੋ ਕੇ ਪਰਮੇਸ਼ਰ ਤੋਂ, ਇਹਨੂੰ ਮਾਰਨਾ ਮਰਨਾ ਕਬੂਲ ਕਰ ਲੈ। ਮਾਰਾਂਗੇ ਤਾਂ ਅਸੀਂ, ਪਰ ਪਹਿਲੇ ਤੇਰੀ ਸ਼ਰਤ ਹੈ ਕਿ ਤੈਨੂੰ ਕਬੂਲ ਕਰਨਾ ਪੈਣਾ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਾਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋੜ। ਇਹ ਰਹਿਤਾ ਨੇ ਫਰੀਦਾ ਕਿਹਾ ਮੁਰਸ਼ਦ ਮੇਰੇ 'ਤੇ ਭੁੱਲ ਹੋ ਗਈ, ਕਿਉਂਕਿ ਮੈਂ ਤਪ ਕਰਦਾ ਰਿਹਾ, ਸੰਗਤ 'ਚ ਰਿਹਾ ਨਹੀਂ ਆ, ਵਿਚਾਰ ਹੈ ਨਹੀਂ, ਹੁਣ ਮੇਰੇ 'ਤੇ ਕਿਰਪਾ। ਉਹਨਾਂ ਨੇ ਐਕਸੈਪਟ ਕਰ ਲਿਆ। 14 ਸਾਲ ਨਾ ਬੁਲਾਇਆ, ਸੇਵਾ ਕਰਦਾ ਰਿਹਾ ਬਹੁਤ, ਜਿਵੇਂ ਗੁਰੂ ਤੀਸਰੇ ਪਾਤਸ਼ਾਹ ਨੇ ਸੇਵਾ ਕਰੀ, ਇਸ ਤਰ੍ਹਾਂ ਪਾਣੀ ਭਰੇ, ਝਾੜੂ ਦੇਵੇ, ਲੰਗਰ ਤਿਆਰ ਕਰੇ, ਕਿਉਂਕਿ ਇਹਨਾਂ ਦੇ ਤਕੀਆਂ 'ਚ ਲੰਗਰ ਚੱਲਦੇ ਸੀ। ਅਤੇ 14 ਸਾਲ ਬਾਅਦ ਮੁਰਸ਼ਦ ਨੇ ਦੇਖਿਆ ਵੀ ਹੁਣ ਇਹਦਾ ਟੈਸਟ ਹੋਣਾ ਚਾਹੀਦਾ, ਕਿਉਂਕਿ ਜਿਵੇਂ ਦੁਨਿਆਵੀ ਵਿੱਦਿਆ ਦਾ ਟੈਸਟ ਹੈ, ਇਸੇ ਤਰ੍ਹਾਂ ਦੇ ਨਾਲ ਰੂਹਾਨੀ ਵਿੱਦਿਆ ਦਾ ਵੀ ਟੈਸਟ ਹੈ, ਉਹਨੂੰ ਕਸਵੱਟੀ ਕਹਿੰਦੇ ਨੇ। ਉਹ ਜਦੋਂ ਮੁਰਸ਼ਦ ਲਾਉਂਦਾ ਸਹਿਣੀ ਬੜੀ ਔਖੀ ਆ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਏ ਜੋ ਮਰਜ਼ੀ ਹੋਵੇ। ਉਸ ਵੇਲੇ ਉਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਐਡੀ ਬਾਰਿਸ਼ ਲਿਆਉਂਦੀ, ਸਰਦੀ ਦਾ ਮਹੀਨਾ। ਉਹ ਜਦ ਇਹ ਉੱਠ ਕੇ ਇਸ਼ਨਾਨ ਕਰਾਉਂਦਾ ਹੁੰਦਾ, 1 ਵਜੇ ਉੱਠਣਾ, ਪਾਣੀ ਗਰਮ ਕਰਨਾ, ਇਸ਼ਨਾਨ ਕਰਾਉਣਾ। ਅੱਜ ਜਦ ਉੱਠਿਆ ਉਹਦਾ ਮਹੀਨਾ, ਕੀ ਦੇਖਦਾ ਜਿੱਥੇ ਅੱਗ ਦੱਬੀ ਹੋਈ ਸੀ, ਪਹਿਲਾਂ ਡੱਬੀਆਂ ਨਹੀਂ ਸੀ ਹੁੰਦੀਆਂ, ਦੱਬ ਕੇ ਰੱਖ ਦਿੰਦੇ ਅੱਗ, ਜੇ 1 ਦੀ ਬੁੱਝ ਜਾਵੇ ਦੂਏ ਤੋਂ ਲਿਆਉਂਦੇ ਸੀ। ਦੇਖਿਆ ਤਾਂ ਉਹਦੇ 'ਚ ਤਾਂ ਪਾਣੀ ਭਰਿਆ ਹੋਇਆ। ਉਸ ਵੇਲੇ ਫਰੀਦ ਦੇ ਮਨ ਨੂੰ ਜੋ ਧੱਕਾ ਲੱਗਿਆ, ਉਹਨੂੰ ਉਹੀ ਜਾਣ ਸਕਦਾ, ਦੂਸਰੇ ਨੂੰ ਦੂਸਰਾ ਨਹੀਂ ਕੋਈ ਜਾਣ ਸਕਦਾ। ਐਂ ਪੜ੍ਹ ਲਓ। ਜਿਸ ਤਨ ਲੱਗੀਆਂ ਸੋਈ ਤਨ ਜਾ, ਕੁਛ ਨਹੀਂ ਸਮਝ ਆਉਂਦਾ ਵੀ ਅੱਜ ਮੇਰੇ ਜੇ ਮੈਂ ਇਸ਼ਨਾਨ ਨਾ ਕਰਾਇਆ, ਨਾਗਾ ਪੈ ਗਿਆ ਮੇਰੀ ਤਾਂ ਸੇਵਾ ਕਹੀ, ਕਿਉਂਕਿ ਸਭ ਤੋਂ ਔਖੀ ਸੇਵਾ ਜਿਹੜੀ ਹੈ ਗੁਰਪੀਰਾਂ ਕੀ ਚਾਕੜੀ ਮਹਾਂਕਾਲੀ ਸੁਖਸਾ, ਹੱਥੋਂ ਜ਼ਿਆਦਾ ਔਖੀ ਹੈ ਸੇਵਾ ਕਰਨੀ ਜਿਹੜੀ ਗੁਰੂ ਪੀਰਾਂ ਦੀ ਜਾਂਦੀ ਹੈ। ਜੇ ਜਰਾ ਕੁ ਨਰਾਜ਼ੀ ਹੋ ਗਈ, ਬਚਨ ਮੂੰਹ 'ਚੋਂ ਨਿਕਲ ਗਿਆ, ਪੂਰਾ ਹੋ ਜਾਣਾ। ਉਸ ਵੇਲੇ ਅਰਦਾਸ ਕਰੀ, ਹੇ ਅੱਲਾਹ ਤਾਲਾ, ਹੁਣ ਤੂੰ ਮੇਰੀ ਮਦਦ ਕਰ, ਮੈਨੂੰ ਨਹੀਂ ਕੁਛ ਸੁਝ ਰਿਹਾ। ਆਵਾਜ਼ ਆਈ ਵੀ ਸ਼ਹਿਰ ਦੇ ਅੰਦਰ ਦੇਖ ਜਾ ਕੇ। ਉਸ ਵੇਲੇ ਮੀਂਹ ਪੈ ਰਿਹਾ ਸੀ, ਉਹ ਜਿਹੜੇ ਸ਼ਬਦ ਨੇ ਫਰੀਦਾ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨਿਓ, ਚਲਾਂ ਤਾਂ ਭੇਜਿਆ ਕੰਬਲੀ, ਰਾਹਾਂ ਤਾਂ ਟੁੱਟੇ ਨਿਓ, ਇਸ ਤਰ੍ਹਾਂ ਦੇ ਵਿਚਾਰ ਆ ਕੇ ਕਹਿਣ ਲੱਗੇ ਵੀ ਜੋ ਸਜੋ ਕੰਬਲੀ ਅਬਰ ਅੱਲਾਹ ਵਰਸੇ ਨੇ ਪਿਆ ਵਰਸੀ ਜਾਵੇ, ਮੈਂ ਜਾ ਕੇ ਲਿਆ ਕੇ ਇਹਨਾਂ ਦਾ ਇਸ਼ਨਾਨ ਕਰਾ ਦੇਵਾਂ, ਮੇਰਾ ਨੇਮ ਨਾ ਟੁੱਟ ਜਾਵੇ। ਉਸ ਵੇਲੇ ਸ਼ਹਿਰ ਨੂੰ ਜਾਂਦਾ, ਚਿੱਕੜ ਬੇਅੰਤ ਹੋਇਆ ਹੋਇਆ, ਹਨੇਰਾ, ਅੱਜ ਕੱਲ੍ਹ ਤਾਂ ਹੈ ਨਹੀਂ ਵੀ ਬੱਤੀਆਂ ਜਗਦੀਆਂ ਸੀ, ਰੋਸ਼ਨੀ ਸੀ। ਉਹ ਗਲੀਆਂ 'ਚ ਘੁੰਮਦਾ ਫਿਰਦਾ, ਕੁੱਤੇ ਮਗਰ ਪਏ ਹੋਏ ਨੇ ਉਹਦੇ। ਅੱਗੇ ਕੀ ਦੇਖਦਾ, ਇੱਕ ਘਰ ਦੇ ਅੰਦਰ ਦੀਵਾ ਮੱਚਦਾ, ਆਸ ਹੋਈ ਮਨ ਦੇ ਅੰਦਰ ਵੀ ਮੇਰਾ ਕੰਮ ਬਣ ਜੂ।
ਉਹ ਚੜ੍ਹਿਆ ਪੌੜੀਆਂ, ਚੜ੍ਹ ਕੇ ਜਾ ਕੇ ਆਵਾਜ਼ 'ਤੇ ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ, ਕੌਣ? ਕਹਿਣ ਲੱਗਿਆ, ਮੈਂ ਫਰੀਦ ਹਾਂ, ਮੁਰਸ਼ਦ ਦਾ ਮਰੀਦ। ਜਾਣਦਾ ਸੀ ਸਾਰੇ ਪਿਆਰ ਕੀ, ਉੱਥੇ ਰਹਿੰਦਾ ਸੀ ਉਹ ਸ਼ਹਿਰ 'ਚ। ਉਹਨੇ ਕਿਹਾ, ਫਰੀਦਾ, ਇਹ ਪੀਰਾਂ ਫਕੀਰਾਂ ਦਾ ਘਰ ਨਹੀਂ ਹੈ ਇੱਥੇ ਆਉਣ ਨੂੰ, ਇਹ ਤਾਂ ਨਰਕ ਦਾ ਦਰਵਾਜ਼ਾ ਹੈ। ਸੁਣ, ਸਹਿਜ ਸੋਹਣ ਨਹੀਂ ਚੰਦਨ ਚੋਹਾ ਨਰਕ ਘੋਰ ਕਾ ਦੁਆਰਾ, ਕਿਵੇਂ ਤੂੰ ਭੁੱਲ ਕੇ ਆ ਗਿਆ? ਤੂੰ ਕਿਸੇ ਭਗਤ ਨੂੰ ਢੋਲ ਆਪਣੇ ਨੂੰ। ਕਹਿਣ ਲੱਗਿਆ, ਬੀਬਾ ਮੇਰੀ ਗੱਲ ਸੁਣ, ਮੈਨੂੰ ਤੇਰੇ ਥਾਈਂ ਕੰਮ ਆ ਗਿਆ। ਕੀ ਕੰਮ ਹੈ? ਦਰਵਾਜ਼ਾ ਖੋਲ੍ਹਿਆ, ਬੜਾ ਕਰੜਾ ਸੁਭਾਅ ਹੋ ਗਿਆ। ਕਹਿਣ ਲੱਗਿਆ, ਕੀ ਕੰਮ ਹੈ? ਕਹਿਣ ਲੱਗੀ, ਕਿਉਂ ਤੂੰ ਇਹ ਦਰਵਾਜ਼ਾ ਖੜਕਾਇਆ? ਕਹਿਣ ਲੱਗਿਆ, ਬੀਬਾ ਮੇਰੀ ਗੱਲ ਸੁਣ, 14 ਸਾਲ ਤੋਂ ਮੈਂ ਮੁਰਸ਼ਦ ਦੀ ਸੇਵਾ ਕਰ, 24 ਸਾਲ ਮੈਂ ਬਹੁਤ ਜ਼ੋਹਦ ਕਰਿਆ, ਤਪ ਕਰਿਆ, ਅਤੇ ਅੱਜ ਜੇ ਮੈਂ ਫੇਰ ਹੋ ਗਿਆ, ਮੇਰੀ ਸਾਰੀ 24 ਅਤੇ 14, 38 ਸਾਲ ਦੀ ਜਿਹੜੀ ਮਿਹਨਤ ਹੈ ਨਾ, ਜ਼ੀਰੋ ਬਣ ਜਾਣੀ, ਤੂੰ ਮੇਰੀ ਹੈਲਪ ਕਰ। ਉਹ ਕਹਿਣ ਲੱਗੀ, ਮੁਫ਼ਤ ਹੈ? ਤੇਰਾ ਐਡਾ ਬੜਾ ਕੰਮ ਚੱਲੇ ਅਤੇ ਮੈਂ ਮੁਫ਼ਤ ਕਰਦਾ? ਤੈਨੂੰ ਸਰੀਰ ਦਾ ਅੰਗ ਦੇਣਾ ਪੈਣਾ। ਖੁਸ਼ ਹੋ ਗਿਆ, ਕਹਿਣ ਲੱਗਿਆ, ਤਨ ਗੰਦਗੀ ਦੀ ਕੋਲੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਗਾ, ਬੋਲ ਕੀ ਹੈ? ਕਿਉਂਕਿ ਇਹ ਅਹਿਸਾਸ ਹੈ ਜੀ, ਪਿਆਰ ਦੀ ਖੇਡ, ਇਹ ਸਿਖਾਲੀ ਨਹੀਂ ਹੈ। ਗੁਰੂ ਮਹਾਰਾਜ ਦੇ ਐਸਾ ਫਰਮਾਨ ਆਉਂਦਾ ਹੈ, ਪਰ ਉਹ ਪਿਆਰ ਨਾ ਸਿਰ ਤੋਂ ਪਰੇ ਹੈ ਪ੍ਰੇਮ ਦਾ।
ਬੀਬਾ ਜੇ ਸਿਰ ਦੇ ਕੇ ਵੀ ਮੇਰਾ ਪਰਨ ਨਿਭ ਜਾਵੇ, ਇਹ ਵੀ ਸਸਤੀ ਬਾਤ ਹੈ, ਬੋਲ ਕਿਹੜਾ ਅੰਗ ਲੈਣਾ? ਕਹਿੰਦੀ ਅੱਖ ਦਾ ਡੇਲਾ ਦੇ ਦੇ। ਅੱਖ ਅੱਗੇ ਕਰਦੀ ਗਈ, ਮੈਂ ਨਹੀਂ ਕੱਢਣਾ, ਆਪੇ ਕੱਢ ਕੇ ਦੇ। ਡੇਲਾ ਕੱਢਿਆ, ਹਵਾਲੇ ਕਰਦਾ, ਕਿਵੇਂ ਵਿਚਾਰਾ ਅੱਗ ਲਿਆ, ਇੱਕ ਗੋਲਾ ਹੀ ਦਿੱਤਾ ਉਹਨੇ। ਆ ਕੇ ਮੁਰਸ਼ਦ ਦਾ ਇਸ਼ਨਾਨ ਕਰ ਲਿਆ, ਅੱਖ 'ਤੇ ਪੱਟੀ ਬੰਨ ਲਈ। ਸਵੇਰਾ ਹੋ ਗਿਆ, ਉਸ ਵੇਲੇ ਉਹ ਜਾਣਦਾ ਸੀ, ਸਭ ਕੁਝ ਜਾਣਦਾ ਸੀ, ਕਿਉਂਕਿ ਕਿਸਬੱਟੀ ਉਹਨੇ ਆਪ ਲਾਈ ਸੀ। ਅਤੇ ਉਸ ਵੇਲੇ ਫਿਰ ਪਰਖ ਕਰਨ ਵਾਸਤੇ ਫਰਦਰ ਕਹਿਣ ਲੱਗਿਆ, ਫਰੀਦ ਨਹੀਂ ਨਜ਼ਰ ਆ ਰਿਹਾ। ਕਹਿੰਦੇ ਜੀ ਉਹ ਗੋਸ਼ੇ 'ਚ ਬੈਠਾ, ਕੋਨੇ 'ਚ ਬੈਠਾ, ਮੂੰਹ ਕਰੀ ਕੰਧ ਵੱਲ ਸਿਮਰਨ ਕਰ ਰਿਹਾ, ਇਬਾਦਤ ਕਰ ਰਿਹਾ। ਕਹਿੰਦੇ ਬੁਲਾਓ। ਬੁਲਾਇਆ, ਕਹਿਣ ਲੱਗੇ ਫਰੀਦਾ ਇਹ ਕੀ ਗੱਲ, ਅੱਖ ਬੰਨੀ ਹੈ? ਹੁਣ ਚਾਹੀਦਾ ਤਾਂ ਜਵਾਬ ਇਹ ਸੀ ਵੀ ਮਹਾਰਾਜ ਮੈਂ ਬੜਾ ਮੁਸ਼ਕਲ ਨਾਲ ਰਾਤ ਅੱਗ ਲਿਆ, ਅੱਖ ਦੇ ਕੇ ਲਿਆਇਆ। ਲੇਕਿਨ ਇਹ ਜਿਹੜੇ ਹੁੰਦੇ ਨੇ ਨਾ ਮਹਾਂਪੁਰਸ਼, ਇਹਨਾਂ ਦੀਆਂ ਗੱਲਾਂ ਅਜੀਬ ਹੋਇਆ ਕਰਦੀਆਂ, ਆਪਾਂ ਨਹੀਂ ਜਣਾਉਂਦੇ। ਉਹ ਤਾਂ ਖੁਸ਼ ਹੈ ਮੇਰੀ ਸੇਵਾ ਨਿਭ ਗਈ, ਅੱਖ ਦੇ ਦੀ ਤਾਂ ਕੀ ਫਰਕ ਪੈ ਗਿਆ। ਕਹਿਣ ਲੱਗਿਆ ਮੁਰਸ਼ਿਦ ਮੇਰੀ ਅੱਖ ਆਈ ਹੋਈ ਹੈ। ਉਹ ਕਹਿੰਦੇ ਆਈ ਹੋਈ ਅੱਖ ਨਹੀਂ ਬੰਨੀ ਦੀ ਹੁੰਦੀ, ਗਈ ਹੋਈ ਬੰਨੀ ਦੀ ਹੁੰਦੀ ਹੈ। ਖੋਲ੍ਹਦੇ ਪੱਟੀ, ਪੱਟੀ ਖੋਲ੍ਹੀ, ਸਮਰੱਥ ਸੀਗੇ, ਉਹ ਅੱਖ ਆਈ, ਲੇਕਿਨ ਵਾਹਿਗੁਰੂ ਦੀ ਅੱਖ ਨਾਲੋਂ ਥੋੜ੍ਹੀ ਜਿਹੀ ਛੋਟੀ ਸੀ। ਉਹ ਬਾਬੇ ਫਰੀਦ ਦੀ ਔਲਾਦ ਵਿੱਚ ਉੱਥੇ ਯੂਪੀ 'ਚ ਅਜੇ ਵੀ ਹੈਗੀ, ਉਹਨੂੰ ਅਸੀਂ ਬੁਲਾਉਂਦੇ ਹੁੰਦੇ ਸੀ, ਇੱਕ ਅੱਖ ਛੋਟੀ ਆ ਉਹਨਾਂ ਦੀ। ਉਹ ਵੀ ਦੱਸਦੇ ਨੇ ਇਹ ਗੱਲ ਵੀ ਸਾਨੂੰ ਫਿਰ ਮੁਰਸ਼ਦ ਨੇ ਇਸ ਤਰ੍ਹਾਂ ਦੇ ਨਾਲ ਕਿਹਾ। ਸੋ ਉਸ ਵੇਲੇ ਮੁਰਸ਼ਦ ਨੇ ਜਿਹੜਾ ਹੁਣ ਕੰਮ ਹੈ ਨਾ, ਜਿਹਨੂੰ ਫਨਾਹੇ ਅੱਲਾ ਕਹਿੰਦੇ ਨੇ, ਆਖਰੀ ਅਵਸਥਾ ਇਹ ਗੁਰੂ ਸਾਹਿਬ ਦੇ ਵਿੱਚ ਆਉਂਦੀ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਨਾਲ। ਉਹ ਗੁਰ ਉਪਦੇਸ਼ ਜਿਹਨੂੰ ਦਸਵਾਂ ਦੁਆਰ ਕਹਿੰਦੇ, ਖੋਲ੍ਹ ਦੇਣਾ, ਪਰਮੇਸ਼ੁਰ ਅੱਖਾਂ ਦੇ ਨਾਲ ਦਿਖਾ ਦੇਣਾ, ਉਹ ਗੁਰੂ ਤੋਂ ਬਗੈਰ ਨਹੀਂ ਕਦੇ ਹੁੰਦਾ। ਉਸ ਵੇਲੇ ਗੁਰੂ ਦੀ ਨਜ਼ਰ ਹੋਇਆ ਕਰਦੀ ਹੈ, ਨਾਨਕ ਨਜ਼ਰੀ ਨਜ਼ਰ ਨਿਹਾਲ, ਉਹਦੇ ਬਗੈਰ ਨਹੀਂ ਹੋਇਆ ਕਰਦਾ। ਮਨ ਹੱਠ ਜਿੰਨਾ ਚੀਕ ਕਰੇ, ਬਥੇਰਾ ਕਰਿਆ ਮਨ ਹੱਠ, 24 ਸਾਲ ਤੋੜਦਾ ਨਹੀਂ ਹੈ, ਨਹੀਂ ਪਰਮੇਸ਼ੁਰ ਮਿਲਿਆ। ਹੁਣ ਉਸ ਨੇ ਬੁੱਕਲ 'ਚ ਲੈ ਲਿਆ, ਉਹਨੂੰ ਦੋ ਅੱਖਰ ਕਹੇ ਨੇ, ਬਹੁਤੇ ਨਹੀਂ ਕਹੇ, ਹਮਾ ਅਜ ਓਸਤ, ਹਮਾ ਓਸਤ। ਇਹ ਗਿਆਨ ਦੀ ਬਾਤ ਹੈ, ਚਾਰ ਹੁੰਦੇ ਨੇ ਬਟ ਦੋ ਉਸਨੇ ਕਹੇ। ਇੰਨੀ ਕਹਿਣ ਦੀ ਦੇਰ ਸੀ ਕਿ ਉਹਦੇ ਛੌੜ ਕੱਟੇ ਗਏ ਆ ਗਿਆਨ ਦੇ। ਫਰੀਦ ਕਹੇ ਕੀ ਦੇਖਦਾ ਕਿ ਹਰ ਪਾਸੇ ਪਰਮੇਸ਼ੁਰ ਦਾ ਨੂਰ, ਹਰ ਪਾਸੇ ਪਰਮੇਸ਼ੁਰ ਦਾ ਨੂਰ, ਜਿਹਦੇ ਬਾਰੇ ਐਸਾ ਮਹਾਰਾਜ ਦੇ ਵਿੱਚ ਫਰਮਾਨ ਆਉਂਦਾ, ਪੜ੍ਹੋ ਅੱਖਾਂ ਨਾਲ ਆਇਓ ਦੇ ਆਇਓ।
ਜ਼ਿੰਦਗੀ ਦਾ ਚੱਕਰ ਨਹੀਂ, ਚੈਨ ਨਹੀਂ, ਵਰ ਨਹੀਂ, ਜਾਤ ਨਹੀਂ, ਪਾਤ ਨਹੀਂ ਹੈ, ਉਹ ਮਹਾਰਾਜ ਕਹਿੰਦੇ ਅੱਖਾਂ ਨਾਲ ਦਿਖ ਜਾਂਦੇ। ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੇ ਮੁੱਖ ਮਸਤਕ, ਤਿੰਨ ਜਾਣਦਾ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ, ਗੁਰਬਚਨੀ ਸਹਿਜੇ ਚਾਖੀ, ਤੈ ਭਇਆ ਪ੍ਰਕਾਸ਼ ਮਿਟਿਆ ਅੰਧਿਆਰਾ, ਜੋ ਸੂਰਜ ਰਹਿਣ ਕਰਾਖੀ। ਸੂਰਜ ਚੜ੍ਹੇ ਤਾਂ ਜਿਵੇਂ ਰਾਤ ਖਤਮ ਹੋ ਜਾਂਦੀ ਹੈ, ਇਸ ਤਰ੍ਹਾਂ ਅਗਿਆਨ ਦੀ ਰਾਤ ਜਿਹੜੀ ਸੀ ਉਹ ਟੋਟਲੀ ਖਤਮ ਹੋ ਗਈ ਜਿਸ ਵਕਤ ਗੁਰੂ ਨੇ ਬੁੱਕਲ ਵਿੱਚ ਲੈ ਕੇ ਇਹ ਵਾਕ ਕਹੇ ਦੋ। ਅਦਿਸ਼ਟ ਗੋਚਰ ਲੱਖ ਨਿਰੰਜਣ, ਸੋ ਦੇਖਿਆ ਗੁਰਮੁਖ ਆਖੀ, ਗੁਰਮੁਖ ਦੀ ਮਦਦ ਦੇ ਨਾਲ ਉਹ ਅੱਖਾਂ ਨਾਲ ਦੇਖ ਲਿਆ, ਦੇਖਿਆ ਕਿ ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ, ਹਰ ਬਿਨ ਵਰਨਾ ਦੇਖੋ ਕੋਈ, ਨਦਰੀ ਹਰ ਨਿਆਰ, ਇਹ ਬਿਸਨ ਸਾਹ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆ, ਇਹੀ ਸੰਸਾਰ ਜਿਹੜਾ ਪਰਮੇਸ਼ਰ ਦਾ ਰੂਪ ਹੋ ਕੇ, ਕਿਉਂਕਿ ਹੈ ਨਹੀਂ ਇਹ ਸੰਸਾਰ ਕੇਵਲ ਵਿੱਦਿਆ ਕਰਕੇ ਭਰਮ ਕਰਕੇ ਸੰਸਾਰ ਨਜ਼ਰ ਆਉਂਦਾ, ਇਹ ਤਾਂ ਪਰਮੇਸ਼ਰ ਆਪ ਹੀ ਆਪਣੀ ਖੇਲ ਕਰ ਰਿਹਾ ਅਨੇਕਾਂ ਚ ਰੂਪਾਂ ਦੇ ਅੰਦਰ। ਕਥੋਂ ਸੁਚੇਤ ਹੋ ਕੇ ਚੇਤਨਾ ਕੋ ਚਾਰ ਕੀ ਹੋ, ਕਥੋਂ ਅਚਿੰਤ ਹੋ ਕੇ ਸੋਭਤ ਅਚੇਤ ਹੋ, ਕਥੋਂ ਭਿਖਾਰੀ ਹੋ ਕੇ ਮੰਗਤ ਫਿਰਤ ਵੀ, ਕਹੋਂ ਮਹਾਂਦਾਨ ਹੋ ਕੇ ਮੰਗਿਓ ਧਨ ਦੇ ਤੋ, ਕਹੋਂ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੋਂ ਮਹਾਰਾਜਨ ਤੇ ਛੀਨ ਛਿਜ ਲੈ ਤੋ, ਕਹੋਂ ਵੇਦ ਰੀਤ, ਕਹੋਂ ਤਾਂਸ ਵਿਪਰੀਤ, ਕਹੋਂ ਤਿਰਗੁਣੋ ਅਤੀਤ, ਕਹੋਂ ਸਰਗੁਣ ਸਮੇਤ। ਉਹ ਰਿਐਲਿਟੀ ਅਸੀਂ ਸੁਣ ਤਾਂ ਲਈ, ਸਾਨੂੰ ਤਾਂ ਦਿਸਦਾ ਨਹੀਂ ਕਿਉਂਕਿ ਅਸੀਂ ਸਾਡੇ ਉਹ ਅੱਖ ਨਹੀਂ ਖੁੱਲ੍ਹੀ ਜਿਹੜੀ ਖੁੱਲ੍ਹਣੀ ਚਾਹੀਦੀ। ਸੋ ਇਸ ਤਰ੍ਹਾਂ ਦੇ ਨਾਲ ਮੈਂ ਬੇਨਤੀ ਕਰੀ ਸੀ, ਭਾਈ ਸਾਹਿਬ ਨੇ ਕਿਹਾ ਸੀ ਮਨ ਹੱਠ ਨਾਲ ਨਹੀਂ ਮਿਲਦਾ, ਕਿੰਨਾ ਹੱਠ ਕਰਿਆ ਉਹਨੇ, ਮਿਲਿਆ ਕਦ ਜਦ ਮੁਰਸ਼ਦ ਕਾਵਲ ਨੇ ਦਿਖਾ ਦਿੱਤਾ ਪਰਮੇਸ਼ਰ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਤਰਨ ਮਾਏ ਆਕਾਸ਼ ਪਿਆਲ, ਸਰਬ ਰੋਗ ਪੂਰਨ ਪ੍ਰਤਪਾਲ, ਬਣ ਤਿਰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਦਹਿ ਦਿਸੇ ਸਮਾਏ, ਤਿਸ ਤੇ ਪਿੰਨ ਨਾਹੀ ਕੋ ਥਾਂ, ਗੁਰਪ੍ਰਸ਼ਾਦ ਨਾਨਕ ਸੁਖ। ਇਹ ਸਾਡੀ ਮੰਜ਼ਿਲ ਹੈ ਜਿੱਥੇ ਅਸੀਂ ਪਹੁੰਚਣਾ, ਬਾਕੀ ਇਹ ਹੇਠਾਂ ਹੇਠਾਂ ਗੇੜੇ ਖਾਣੇ ਨੇ, ਚਾਹੇ ਕਿੰਨੇ ਜਨਮ ਕਰ ਲਓ, ਜਿੰਨਾ ਚਿਰ ਹਉਮੈ ਦਾ ਨਾਸ਼ ਨਹੀਂ ਹੁੰਦਾ ਓਨੀ ਦੇਰ ਤੱਕ ਜੰਮਣਾ ਮਰਨਾ ਨਹੀਂ ਕਦੇ ਵੀ ਹਟ ਸਕਦਾ। ਸੋ ਹਉਮੈ ਦਾ ਨਾਸ਼ ਹੋਣਾ, ਨਾਮ ਜਦ ਪ੍ਰਗਟ ਹੋਣਾ, ਨਾਮ ਕਿੱਥੋਂ ਪ੍ਰਗਟ ਹੋਣਾ, ਬਾਹਰੋਂ ਆ ਕੇ। ਮਹਾਰਾਜ ਕਹਿੰਦੇ ਨਹੀਂ, ਤੇਰੇ ਅੰਦਰ ਨਾਮ ਦਾ ਭੰਡਾਰਾ ਹੈ, ਨਾਉਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਮਾਧਾਨ ਤੈਨਾਤ ਕਹਿ ਨਾ ਜਾਈ ਚਾਹ। ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ, ਅੰਮ੍ਰਿਤ ਵਿਵੇ ਅੰਮ੍ਰਿਤ ਹੋਏ, ਅਮਰ ਅੰਮ੍ਰਿਤ ਨਾਮ ਹੈ, ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਗੁਰਮਤ ਪਾਏ ਨਾਮ, ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਤੁਹਾਡਾ ਸਮਾਂ ਹੋ ਜਾਂਦਾ, ਮੈਂ ਬਹੁਤ ਸ਼ੋਰਟਕੱਟ ਕਰਕੇ ਟਾਈਮ ਦੇ ਅੰਦਰ ਰਹਿਣਾ, ਨਹੀਂ ਤਾਂ ਤਿੰਨ ਤਿੰਨ ਘੰਟੇ ਦੇ ਦੀਵਾਨ ਹੁੰਦੇ ਨੇ, ਤੁਹਾਨੂੰ ਔਖਾ ਹੀ ਬੈਠਣਾ, ਕੰਮਾਂ ਕਾਰਾਂ ਵਾਲੇ ਹੈਗੇ। ਇੱਥੇ ਹੀ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।